सानू लगता कि निशाना साड़ा फुल बटा फुल लगना ही लगना। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਨਿਸ਼ਾਨਾ ਬਾਰੇ ਥੋੜ੍ਹਾ ਜਿਹਾ ਬਿੱਲਾ ਬਾਜੀ ਤੁਸੀਂ ਜਾਣਦੇ ਹੋ। ਦੇਖੋ ਜੀ, ਨਿਸ਼ਾਨਾ ਦੀ ਗੱਲ ਕਰਦੇ ਹਾਂ ਕਿ ਨਿਸ਼ਾਨੇ ਦਾ ਅੱਜ ਸਾਡਾ ਫਿਲਮ ਦਾ ਪ੍ਰੀਮੀਅਰ ਹੈ। ਸਾਰਾ ਮੀਡੀਆ ਦਾ ਪਹਿਲਾਂ ਥੈਂਕਸ ਕਰਦੇ ਹਾਂ, ਤੁਸੀਂ ਸਾਰੇ ਪਹੁੰਚੇ ਹੋ ਕਿ ਆਪਾਂ ਸਾਰੇ ਐਕਸਾਈਟਡ ਹਾਂ ਕਿ ਫਿਲਮ ਦੇਖਣ ਜਾ ਰਹੇ ਹਾਂ ਕਿ ਹੁਣ ਆਪਾਂ ਆਫਟਰ ਫਿਲਮ ਦੇਖਣ ਤੋਂ ਬਾਅਦ ਆਪਾਂ ਤੁਹਾਡੇ ਵੀ ਰਿਵਿਊਜ਼ ਲਵਾਂਗੇ ਅਤੇ ਅਸੀਂ ਵੀ ਦੱਸਾਂਗੇ ਅਸੀਂ ਆਪਣੀ ਜੋ ਮਿਹਨਤ ਕੀਤੀ ਹੈ ਉਹਦੇ 'ਤੇ ਅਸੀਂ ਖਰੇ ਉਤਰੇ ਹਾਂ ਜਾਂ ਨਹੀਂ ਉਤਰੇ। ਬਾਕੀ ਸਾਡੇ ਡਾਇਰੈਕਟਰ ਸਾਹਿਬ ਅੱਜ ਨਾਲ ਨੇ, ਇਹਨਾਂ ਨੇ ਸਾਨੂੰ ਬੜੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਡੀ ਇਸ ਫਿਲਮ ਦੇ ਲਈ ਸਾਡੇ ਤੋਂ ਕੋਸ਼ਿਸ਼ ਕਰੀ ਅਸੀਂ ਨੇ ਵਧੀਆ ਬਣਾਉਣ ਦੀ ਅਤੇ 25 ਨਵੰਬਰ ਨੂੰ ਜਾਣ ਕੇ ਪਰਸੋਂ ਰਿਲੀਜ਼ ਹੋ ਰਹੀ ਹੈ। ਅਤੇ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਸ ਮਿਹਨਤ ਦਾ ਫਲ 25 ਨਵੰਬਰ ਨੂੰ ਤੁਸੀਂ ਜ਼ਰੂਰ ਦਿਓ ਜੇ ਤੁਹਾਨੂੰ ਫਿਲਮ ਵਧੀਆ ਲੱਗੀ। ਐਂ ਲਾ ਸਾਨੂੰ ਲੱਗਦਾ ਕਿ ਨਿਸ਼ਾਨਾ ਸਾਡਾ ਫੁੱਲ ਵੱਡਾ ਫੁੱਲ ਲੱਗਣਾ ਹੀ ਲੱਗਣਾ। ਇਹ ਗੱਲਾਂ ਆਪਾਂ ਮੈਨੂੰ ਲੱਗਦਾ ਵੀ ਤੁਹਾਨੂੰ ਪਤਾ ਹੀ ਹੈ, ਆਫਟਰ ਜਦੋਂ ਆਪਾਂ ਫਿਲਮ ਦੇਖ ਕੇ ਆਵਾਂਗੇ ਆਪਣੇ ਕੋਲ ਤੁਸੀਂ ਸਾਰੇ ਆਪਾਂ ਇਕੱਠੇ ਹੀ ਹੋਵਾਂਗੇ, ਬਹੁਤ ਸਾਰੀਆਂ ਗੱਲਾਂ ਕਰਾਂਗੇ। ਫਿਲਹਾਲ ਆਪਾਂ ਸਾਡਾ ਤੁਸੀਂ ਪੁੱਛੋ ਵੀ ਕਿੰਨੀ ਐਕਸਾਈਟਮੈਂਟ ਹੈ, ਡਰ ਹੈ। ਹਾਂਜੀ, ਬਿਲਕੁਲ ਜੀ, ਮੇਰਾ ਗਾਣਾ ਹੈ ਉਹ ਵੀ ਤੁਸੀਂ ਦੇਖੋ, ਨਜ਼ਾਰਾ ਲੈਣਾ ਮੈਂ। ਹਾਜ਼ਰੀ ਹੈਗੀ ਜੀ, ਲਵਾਈ ਹੈ ਇਹਨਾਂ ਨੇ ਧੰਜਲ ਸਾਹਿਬ ਨੇ, ਅਤੇ ਬਹੁਤ ਮੈਨੂੰ ਖੁਸ਼ੀ ਹੋਈ ਆ। ਮੈਂ ਪਰਮਿੰਦਰ ਬਿੰਦਾ ਜੀ ਸੰਗਰੋਜ ਅਤੇ ਨਵੀਆਂ ਹੀਰੋਇਨਾਂ ਦਾ ਕੰਮ ਕਰ ਰਿਹਾ। ਧੰਜਲ ਸਾਹਿਬ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਡੇ ਤੋਂ, ਰਜੀਵ ਮਹਿਰਾ ਸਾਡੀ ਜੋੜੀ ਹੈ ਇਹਦੇ ਵਿੱਚ, ਅਤੇ ਬਹੁਤ ਮਜ਼ਾ ਆਊਗਾ। ਬਸ ਨਿਸ਼ਾਨਾ ਤੁਸੀਂ ਮਤਲਬ ਮਜ਼ਾ ਆਜੂਗਾ ਕਰਨ ਦੇ, ਸਭ ਕੁਛ ਹੈ ਮਤਲਬ ਪੂਰੀ ਪਟਾਰੀ ਹੈ। ਆਹ ਵੀ ਲਓ, ਆਹ ਵੀ ਲਓ, ਆਹ ਵੀ ਲਓ, ਸਾਰਾ ਮਾਮਲਾ ਉਹਦੇ ਵਿੱਚ। ਮਹਿਰਾ ਸਾਹਿਬ ਭਾਅ ਜੀ ਤੁਹਾਨੂੰ ਆਈ ਕਹਿ ਰਹੇ ਸੀ, ਕਹਿੰਦੇ ਜੀ ਪੰਜਾਬ 'ਚ ਮੇਰੀ ਦੂਸਰੀ ਫਿਲਮ ਹੈ, ਲੇਕਿਨ ਧੰਦਰ ਸਾਹਿਬ ਨਾਲ ਕੰਮ ਕਰਕੇ ਇੱਕ ਚੀਜ਼ ਦਾ ਮਜ਼ਾ ਆ, ਕਿਉਂਕਿ ਉਹ ਸਿਨੇਮਾ ਕਰਨ ਨੂੰ ਸਿਨੇਮਾ ਅਤੇ ਫਿਲਮ ਦੇ ਵਿੱਚ ਬਹੁਤ ਫਰਕ ਹੈਗਾ। ਇਹ ਉਹ ਸਿਨੇਮਾ ਕਰਨ ਇਹਦੇ ਵਿੱਚ ਬਹੁਤ ਜ਼ਿਆਦਾ ਮਟੀਰੀਅਲ, ਬਹੁਤ ਐਕਸਾਈਟਿਡ ਹੈਗੇ ਹਾਂ ਕਿ ਜਲਦੀ ਜਲਦੀ ਰਿਲੀਜ਼ ਹੋ ਗਏ ਔਰ ਰਿਜ਼ਲਟ ਸਨ। ਕੰਪੀਟੀਸ਼ਨ ਖੈਰ ਮੇਰਾ ਡੈਬਿਊ ਹੈ, ਇਸ ਲਈ ਮੈਂ ਪੂਰੀ ਤਿਆਰੀ ਨਾਲ ਹਰ ਚੀਜ਼ ਪੂਰੀ ਤਿਆਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਜਿਵੇਂ ਇੱਕ ਸਕੂਲ ਦਾ ਬੱਚਾ ਇਗਜ਼ਾਮ ਦੇਣ ਜਾਂਦਾ ਹੈ, ਜਿਵੇਂ ਅਸੀਂ ਇਗਜ਼ਾਮ ਦੇਣ ਜਾਂਦੇ ਹੁੰਦੇ ਸੀ 10th 11th 12th ਦੇ ਵਿੱਚ, ਉਵੇਂ ਦੀ ਯਾਰ ਬਟਰਫਲਾਈ ਇਨ ਮਾਈ ਸਟਮਕਸ ਕਿ ਕਿਵੇਂ ਦਾ ਰਿਸਪੋਂਸ ਆਏਗਾ। ਆਪਣੇ ਵੱਲੋਂ ਸਭ ਨੇ ਬਹੁਤ ਮਿਹਨਤ ਕੀਤੀ ਹੈ, ਸਰ ਨੇ ਬਹੁਤ ਕੁਝ ਸਿਖਾਇਆ, ਅਤੇ ਅੱਜ ਫਾਈਨਲੀ ਉਹ ਡੇ ਆ ਗਿਆ ਜਿਹਦੇ ਲਈ ਸਾਰੇ ਮਿਹਨਤ ਕਰ ਰਹੇ ਸੀ, ਅਤੇ ਫਿੰਗਰ ਕ੍ਰੋਸ, ਲੈਟਸ ਸੀ ਵਾਟ ਹੈਪਨ। ਯੈਸ ਯੈਸ, ਬਿਲਕੁਲ ਬਿਲਕੁਲ, ਇਹ ਤਾਂ ਬਾਅਦ 'ਚ ਸੁਣੇ, ਹੁਣ ਕਿਉਂ ਸੁਣਨੇ ਆ? ਬਿਲਕੁਲ, ਆਪਣੀ ਹੁਣ ਫਿਲਮ ਆਪਾਂ ਪਹਿਲਾਂ ਦੇਖ ਕੇ ਆਉਣਾ ਸਾਰੇ, ਫਿਰ ਤੁਸੀਂ ਕਿਹੋ ਵੀ ਸਾਨੂੰ ਆਹ ਗਾਣਾ ਬੜਾ ਵਧੀਆ ਲੱਗਿਆ ਉਹ ਸੁਣਾਓ। ਹਾਂਜੀ, ਮੁਰਗਾ ਬਾਈ ਨੇ ਬਣਾਇਆ ਸੀ। ਬਾਕੀ ਤੁਹਾਨੂੰ ਐਕਸਾਈਟਮੈਂਟ ਹੈ ਕਿ ਆਪਾਂ ਸਾਰੀ ਫਿਲਮ ਦੇਖਣ ਲਈ ਪੂਰੇ ਰੈਡੀ ਹਾਂਗੇ, ਸਾਡੇ ਸਾਨੀ ਸਾਹਿਬ ਅਤੇ ਸਾਡੇ ਡੀ ਪੀ ਐਸ ਸੀ ਸਾਹਿਬ, ਸਾਨੀ ਸਾਹਿਬ ਸਾਡੀ ਫਿਲਮ ਰਿਲੀਜ਼ ਕਰ ਰਹੇ ਨੇ, ਡੀ ਪੀ ਐਸ ਸੀ ਸਾਹਿਬ ਸਾਡੇ ਹੁਣ ਫੁੱਲ ਐਕਸਾਈਟਮੈਂਟ ਹੈਗੇ ਕਿ ਨਿਸ਼ਾਨਾ ਸਾਡਾ 25 ਨਵੰਬਰ ਲੰਘਣ ਜਾ ਰਿਹਾ। ਲਓ ਜੀ, ਸਾਡੇ ਭਰਾ ਵਿਕਰਮ ਜੀ, ਹਾਂਜੀ ਹਾਂਜੀ ਹਾਂਜੀ, ਇਹ ਤਾਂ ਤੁਸੀਂ ਦੇਖ ਦੇਖ ਹੀ ਲੈਣਾ। ਹਾਂਜੀ ਉਹੀ, ਬਿਲਕੁਲ ਉਹੀ। ਚਲੋ ਠੀਕ ਹੈ ਜੀ, ਥੈਂਕ ਯੂ। ਹਾਂਜੀ, 25 ਤਰੀਕ ਨੂੰ ਰਿਲੀਜ਼ ਹੋ ਰਹੀ ਹੈ। ਹਾਂਜੀ, 25 ਨਵੰਬਰ ਨੂੰ ਫਿਲਮ ਸਾਡੀ ਰਿਲੀਜ਼ ਹੋ ਰਹੀ ਹੈ ਸਾਰੇ ਵਰਲਡ ਵਾਈਡ। 25 ਨਵੰਬਰ 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 25
ਚਿੱਟਾ ਸੂਟ ਨਹੀਂ ਪਾਇਆ।
ਨਾ ਸੂਟ ਡਿਜ਼ਾਈਨਰ ਦੱਸੋ ਕੌਣ ਹੈ ਤੁਹਾਡੀ ਮੂਵੀ ਦਾ ਸਾਡੀ ਫਿਲਮ ਦੇ ਡਿਜ਼ਾਈਨਰ ਜਿਨ੍ਹਾਂ ਨੇ ਗਾਣੇ ਡਿਜ਼ਾਈਨ ਦੇ ਕੱਪੜੇ ਡਿਜ਼ਾਈਨ ਕੀਤੇ ਆ ਉਹ ਹੈਗੇ ਆ ਮੈਮ ਲੁਧਿਆਣਾ ਤੋਂ ਉਹਨਾਂ ਨੇ ਮਨੀਸ਼ ਮਲਹੋਤਰਾ ਨੂੰ ਅਸਿਸਟ ਕੀਤਾ ਹੋਇਆ ਮੈਂ ਸੋਰੀ ਉਹਨਾਂ ਦਾ ਨਾਮ ਭੁੱਲ ਗਈ ਹਾਂ ਬਟ ਬਹੁਤ ਵਧੀਆ ਡਿਜ਼ਾਈਨਰ ਨੇ ਔਰ ਜਿਹੜਾ ਫਿਲਮ ਦਾ ਡਿਜ਼ਾਈਨ ਉਹ ਨਵੀਨ ਕਰਕੇ ਕੋਈ ਮੁੰਡਾ ਉਹਨੇ ਕੀਤਾ ਐਂਟਰੀ ਬੜੀ ਖਤਰਨਾਕ ਕਰਾਈ ਉਹਨਾਂ ਨੇ ਐਂ ਆ ਜੀ ਐਂ ਆ ਐਕਸ਼ਨ ਹੀਰੋਇਨ ਇੱਦਾਂ ਹੀ ਹੁੰਦੀ ਆ ਲੱਤਾਂ ਹੀ ਚੱਕ ਕੇ ਮਾਰੀਆਂ ਉਹਦੇ ਸਵਾਦ ਉਹ ਕਿੰਨੇ ਟੇਕਨ ਕੀਤੇ ਸਹੀ ਸਹੀ ਆਈ ਥਿੰਕ ਦੋ ਤਿੰਨ ਟੇਕਸ ਹੋ ਗਿਆ ਸੀਗਾ ਹੁਣ ਸਭ ਤੋਂ ਵੱਧ ਸਵਾਦ ਹੀ ਉਸ ਚੀਜ਼ ਹਾਂ ਬਿਲਕੁਲ ਮਜ਼ਾ ਆਉਂਦਾ ਵਿਲਨ ਨੂੰ ਕੁੱਟ ਕੇ ਤਾਂ ਵੈਸੇ ਹੀ ਸਵਾਦ ਬੜਾ ਆਉਂਦਾ ਵਾ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਮੈਂ ਤਾਂ ਸਿਰਫ ਸੱਚੀ ਦੱਸਾਂ ਮੈਂ ਆਪਣੀਆਂ ਮਿਸਟੇਕਸ ਦੇਖ ਰਹੀ ਸੀਗੀ ਮੈਂ ਕੁਛ ਹੋਰ ਨਹੀਂ ਦੇਖ ਰਹੀ ਸੀ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਇਹ ਲੱਗ ਰਹੀ ਹਾਂ ਉਹ ਲੱਗ ਰਹੀ ਮੈਂ ਉਹ ਦੇਖਣੇ ਅਸੀਂ ਹੈਗੇ ਹਾਂ ਅਸੀਂ ਹੈ ਮੈਂ ਆਪਣੀਆਂ ਗਲਤੀਆਂ ਦੇਖ ਰਹੀ ਸੀ ਕਿ ਮੈਂ ਕੁਛ ਹੋਰ ਵਧੀਆ ਕਰ ਸਕਦੀ ਸੀ ਇੱਥੇ ਮੈਂ ਕੁਛ ਇੱਦਾਂ ਕਰ ਸਕਦੀ ਗਲਤੀ ਲੱਭੀ ਵੇ ਤੁਹਾਨੂੰ ਐਂ ਥੋੜ੍ਹੀ ਦੱਸ ਦੇਣਾ ਤੁਹਾਨੂੰ ਸੱਚੀ ਸਾਨੂੰ ਤਾਂ ਲੱਭੀ ਤੁਹਾਨੂੰ ਕਿੱਦਾਂ ਨਹੀਂ ਲੱਭੀ ਐ ਹੋ ਹੀ ਨਹੀਂ ਸਕਦਾ ਤੁਸੀਂ ਗਲਤੀ ਕਿਹੜੀ ਕੀਤੀ ਇੱਕ ਦੱਸ ਦਿਓ ਮੈਨੂੰ ਆਈਡੀਆ ਤਾਂ ਹੋਵੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਿੱਦਾਂ ਮੈਨੂੰ ਮੈਂ ਸੋਚਦੀ ਹਾਂ ਕਿ ਜਿੱਦਾਂ ਜਿਹੜਾ ਫਾਦਰ ਸਾਹਿਬ ਨਾਲ ਸੀਨ ਸੀਗਾ ਮੈਂ ਹੋਰ ਇਨਵੋਲਵਮੈਂਟ ਨਾ ਕਰ ਸਕਦੀ ਸੀ ਕੁਛ ਨਾ ਕੁਛ ਮਤਲਬ ਮੈਨੂੰ ਲੱਗਦਾ ਕਿ ਮੈਂ ਹੋਰ ਇਨਵੋਲਵ ਹੋ ਕੇ ਕਰ ਸਕਦੀ ਸੀ ਮੈਨੂੰ ਐਂ ਲੱਗਿਆ ਕਿ ਥੋੜ੍ਹਾ ਜਿਹਾ ਮੈਂ ਮਿਸ ਕਰ ਗਈ ਕਿਤੇ ਥੋੜ੍ਹਾ ਬਹੁਤ ਜ਼ਿਆਦਾ ਨਹੀਂ ਮਿਸ ਕਰ ਗਈ ਵੈਸੇ ਵਧੀਆ ਗੱਲ ਆ ਵੀ ਤੁਸੀਂ ਜਲਦੀ ਸੈਟੀਸਫਾਈ ਨਹੀਂ ਹੁੰਦੇ ਬਟ ਸਾਡੇ ਹਿਸਾਬ ਦੇ ਨਾਲ ਪਰਫਾਰਮੈਂਸ ਵਾਈਜ਼ ਤੇ ਸਾਰਿਆਂ ਦਾ ਹੀ ਕੰਮ ਬਹੁਤ ਸੋਹਣਾ ਸੀ ਹਾਂਜੀ ਬਿਲਕੁਲ ਸਾਰਿਆਂ ਦਾ ਕੰਮ ਬਹੁਤ ਵਧੀਆ ਸੀ ਹਾਂ ਤੇ ਹੁਣ ਦਿਲੋ ਦਿਮਾਗ ਦੇ ਵਿੱਚ ਕੀ ਚੱਲਦਾ ਦਿਨ ਰਹਿ ਗਿਆ ਵਿੱਚ ਕੱਲ ਦਾ ਹੁਣ ਤਾਂ ਦੇਖੋ ਆਡੀਅੰਸ ਨੇ ਕੀ ਰਿਸਪੋਂਸ ਦੇਣਾ ਮੇਰਾ ਉਹਦੇ ਉੱਤੇ ਹੀ ਆ ਅੱਜ ਪ੍ਰੀਮੀਅਰ ਹੋ ਗਿਆ ਪਰ ਧੁੜਕੂ ਤਾਂ 25 ਤਰੀਕ ਤੱਕ ਲੱਗਾ ਰਹਿਣਾ ਵਾ ਬਟ ਮੇਰੀ ਰਿਕੁਐਸਟ ਸਾਰਿਆਂ ਨੂੰ ਇਹੀ ਆ ਜੀ ਤੁਸੀਂ ਮੀਡੀਆ ਵਾਲਿਆਂ ਨੇ ਵੀ ਫਿਲਮ ਦੇਖੀ ਆ ਤੁਸੀਂ ਤੁਹਾਨੂੰ ਆਪ ਲੱਗਾ ਕਿ ਫਿਲਮ ਮੈਸੇਜ ਵੀ ਦੇਣ ਵਾਲੀ ਆ ਅਤੇ ਐਂਟਰਟੇਨਮੈਂਟ ਵੀ ਕਰਾਉਣ ਵਾਲੀ ਆ ਅਤੇ ਮੈਨੂੰ ਲੱਗਦਾ ਆਡੀਅੰਸ ਨੂੰ ਪਸੰਦ ਆਊਗੀ ਫਿਲਮ ਔਰ ਮੈਨੂੰ ਲੱਗਦਾ ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਆ ਲਾਸਟ ਸਵਾਲ ਪ੍ਰੀਮੀਅਰ 'ਤੇ ਪਾਉਣ ਲਈ ਡਰੈਸ ਫਾਈਨਲ ਕਰਨ ਨੂੰ ਕਿੰਨਾ ਕੁ ਟਾਈਮ ਲੱਗਾ ਬਿਲਕੁਲ ਨਹੀਂ ਲੱਗਾ ਇਹ ਤਾਂ ਝੂਠ ਇਹ ਤਾਂ ਜੀ ਇਹ ਗਾਊਨ ਮੈਂ 80 ਦੀ ਕੁੜੀ ਦਾ ਵਿਆਹ ਤੇ ਪਾਇਆ ਸੀ ਇਹ 3 ਸਾਲ ਪਹਿਲਾਂ ਮੈਂ ਖਰੀਦਿਆ ਸੀ ਪਰ ਮੈਂ ਪਾਇਆ ਨਹੀਂ ਸੀਗਾ ਮੈਨੂੰ ਲੱਗਾ ਜਦੋਂ ਕੁਝ ਆਊਗਾ ਕਿਉਂਕਿ ਕੋਵਿਡ ਹੋ ਗਿਆ ਸੀ ਦੋ ਵਿੱਚੋਂ ਦੋ ਨੂੰ ਅੱਛਾ ਦੁਨੀਆ ਨੂੰ ਕੋਵਿਡ ਹੋ ਗਿਆ ਸੀ ਇਹ ਰਹਿ ਗਿਆ ਸੀ ਮੇਰਾ ਪੰਜਾਬ ਨਾ ਰੁਕੋ ਭਾਈ ਜਾ ਸਾਡੀ ਇੰਟਰਵਿਊ ਇੱਦਾਂ ਹੁੰਦਾ ਹੁੰਦਾ ਗੱਲ ਕਰਨੀ ਕੋਈ ਨਹੀਂ ਇਹ ਗਾਊਨ ਉਹੀ ਉਦੋਂ ਹੀ ਖਰੀਦਿਆ ਸੀ ਮੈਨੂੰ ਲੱਗਾ ਇਹ ਪਾ ਲੈਣੀ ਜ਼ਿਆਦਾ ਕੀ ਕੰਨਾ ਵਾਲਾ ਕੱਲਾ ਇਹ ਮੈਂ ਲੈ ਸੀ ਇਹ 9 ਫੇਸ ਦੀ ਮਾਰਕੀਟ ਤੋਂ ਕਿੰਨੇ ਕਿਤੇ ਆ ਜਾਂਦੇ ਮੈਡਮ ਹੁਣ ਤੁਹਾਨੂੰ ਪਤਾ ਹੈ ਦੱਸਿਓ ਨਾ ਕਿਉਂ ਪੁੱਛ ਰਿਹਾ ਮੈਂ ਤੁਹਾਨੂੰ ਪਤਾ ਹੈ ਕਾਰਨ ਕਿ ਆ ਗਏ ਤੇ ਕਾਰਨ ਵਾਲਿਆਂ ਮੈਨੂੰ ਡਿਸਕਾਊਂਟ 350 ਹਾਂ ਇੰਨੇ ਕਿਤੇ ਹੀ ਆਏ ਆ ਮਤਲਬ ਉਦੋਂ ਜੇ ਕੁੜੀ ਨੂੰ ਮਤਲਬ ਤਿਆਰ ਹੋਣ ਲਈ ਕਿੰਨੇ ਕੁ ਪੈਸੇ ਚਾਹੀਦੇ ਕਿੰਨਾ ਖਰਚਾ ਪ੍ਰੋਪਰ ਮੇਰੇ ਖਿਆਲ 15-16 ਹਜ਼ਾਰ ਦਾ ਜਦੋਂ ਮੈਂ ਲਿੱਤਾ ਸੀਗਾ ਦੱਸਿਓ ਬੀਪ ਲਾ ਦਿਓ ਇੱਥੇ ਇਹ ਇੱਕ ਡਿਜ਼ਾਈਨਰ ਤੋਂ ਲਿੱਤਾ ਸੀਗਾ ਚੰਡੀਗੜ੍ਹੋਂ ਹੀ ਤੁਹਾਨੂੰ ਪਤਾ ਡਿਜ਼ਾਈਨਰ ਬਹੁਤ ਮਹਿੰਗੇ ਗਾਊਨ ਲਾ ਦਿੰਦੇ ਆ ਕੱਪੜਾ ਭਾਵੇਂ ਸਸਤਾ ਹੀ ਹੋਵੇ ਅਤੇ ਬਸ ਇੱਕ ਇਹ ਵੀ ਗੱਲ ਆ ਜਿੱਦਾਂ ਤੁਸੀਂ ਪਾਇਆ ਵੀ ਫੋਰ ਐਗਜ਼ਾਮ ਮੈਨੂੰ ਲੱਗਦਾ ਨਾ ਵੀ ਤੁਸੀਂ ਚੀਜ਼ 2000 ਵਾਲੀ ਵੀ ਪਾਈ ਹੋਵੇ ਫੋਰ ਐਗਜ਼ਾਮਪਲ ਉਹ ਫਿਰ ਬੰਦੇ ਦੀ ਇੱਕ ਉਹ ਚੀਜ਼ ਹੋਈ ਹੱਥ ਨਾਲ ਜੋੜ ਪਾਈ ਇੰਟਰਵਿਊ ਥੋੜ੍ਹੀ ਲੰਬੀ ਚੱਲਣੀ ਹੈ ਜੇ ਉਹ ਬੰਦੇ ਲੱਗਦੀ ਵੀ ਆ ਵੀ ਉਸ ਚੀਜ਼ ਨੇ ਪਾਈ ਆ ਮੈਨੂੰ ਲੱਗਦਾ ਤੁਸੀਂ ਕੈਰੀ ਕਿੱਦਾਂ ਕਰਦੇ ਹੋ ਇਹ ਜ਼ਰੂਰੀ ਨਹੀਂ ਕੋਈ ਬ੍ਰਾਂਡ ਪਾਓ ਮੈਨੂੰ ਲੱਗਦਾ ਕਿ ਤੁਸੀਂ ਨੋਰਮਲ ਕੱਪੜੇ ਵੀ ਪਾਓ ਪਰ ਤੁਸੀਂ ਤੁਹਾਡਾ ਕੌਨਫੀਡੈਂਟ ਉਦਾਂ ਦਾ ਹੋਵੇ ਨਾ ਫਿਰ ਮੈਨੂੰ ਨਹੀਂ ਲੱਗਦਾ ਬੰਦਾ ਮਾੜਾ ਲੱਗ ਸਕਦਾ ਤੁਹਾਡਾ ਕੌਨਫੀਡੈਂਸ ਜਦੋਂ ਲੋ ਹੋਵੇ ਉਹਨੂੰ ਅਪ ਕਰਨ ਲਈ ਕੀ ਕਰਦੇ ਮੈਂ ਉਦੋਂ ਗਾਣੇ ਸੁਣਦੀ ਹਾਂ ਰੱਬ ਨੂੰ ਯਾਦ ਕਰਦੀ ਹਾਂ ਸੁਣਾ ਦਿਓ ਇੱਕ ਮੈਂ ਸਿੰਗਰ ਨਹੀਂ ਇੰਨੀ ਵਧੀਆ ਮੈਂ ਗੁਣਗੁਣਾ ਲੈਂਦੀ ਹਾਂ ਪਰ ਮੇਰਾ ਆਹ ਬਹਾਨਾ ਸੁਣਦੇ ਅਸੀਂ ਜਦ ਮੀਡੀਆ ਲੈਣ ਚ ਆਏ ਹੀ ਸੁਣਦੇ ਆਏ ਹਾਂ ਨਹੀਂ ਇੱਕ ਦੋ ਲਾਈਨ ਹੀ ਸੁਣਾ ਸਕਦੀ ਮੈਂ ਗਾ ਕੇ ਨਹੀਂ ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ ਤੇ ਮੈਨੂੰ ਤੁਸੀਂ ਆਹ ਜੰਗ ਜਿੱਤ ਲਈ ਆ ਹੁਣ ਬਾਕੀ ਆਡੀਅੰਸ ਦਾ ਫੈਸਲਾ ਉਹ ਕੀ ਕਰਨਗੇ ਤੇ ਬਹੁਤ ਬਹੁਤ ਮੁਬਾਰਕਾਂ ਜੀ ਤੇ ਇੱਕ ਵਾਰੀ ਫੇਰ ਤੋਂ ਤੇ ਤੁਸੀਂ ਅੱਜ ਮੈਨੂੰ ਲੱਗਦਾ ਉਹ ਬਾਬੇ ਵਾਲੀ ਰਿੰਗ ਪਾਈ ਨਹੀਂ ਹੈਗੀ ਅਗਲੀ ਵਾਰ ਪਾਈ ਚੰਗਾ ਜਿਹੜੇ ਸਾਡੇ ਚੈਨਲ 25 ਤਰੀਕ ਨੂੰ ਨਿਸ਼ਾਨਾ ਭਾਵਨਾ ਸਾਹਿਬ ਕੀ ਹਾਲ ਚਾਲ ਵਧੀਆ ਜੀ ਆਈ ਫਿਲਮ 'ਚ ਕਨਫਿਊਜ਼ ਹੋ ਰਹੀ ਸੱਚੀ ਬਹੁਤ ਸੋਹਣੇ ਲੱਗ ਰਹੇ ਜਿਹੜੇ ਸਾਡੇ ਸੂਟ ਕਿਹਨੇ ਡਿਜ਼ਾਈਨ ਕੀਤੇ ਪਹਿਲਾ ਸਵਾਲ ਤਾਂ ਮੈਨੂੰ ਇਹ ਨਵਦੀਪ ਸਾਡੇ ਕੋਸਟਿਊਮ ਡਿਜ਼ਾਈਨਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਅਬਲੇਜ ਸਟੂਡੀਓ ਉਹਨਾਂ ਵੱਲੋਂ ਪੂਰਨ ਮਾਸ਼ੀ ਸੌਂਗ ਦੇ ਵਿੱਚ ਬਹੁਤ ਪਿਆਰੇ ਪਿਆਰੇ ਸੂਟਸ ਹੈ ਅਤੇ ਕੋਟ ਪੈਂਟ ਵਾਲੀ ਲੁੱਕ ਵੀ ਉਹ ਵੀ ਬੜੀ ਖਤਰਨਾਕ ਕੱਢੀ ਹੈ ਨਾ ਯੈਸ ਕਨਫਿਊਜ਼ ਹੋ ਗਏ ਸੀ ਵੀ ਕਿਹੜੀ ਲੁੱਕ ਨੂੰ ਰੇਟ ਕਰੀਏ ਵੀ ਉਹ ਵਾਲੀ ਅੱਛੀ ਆ ਉਹ ਵਾਲੀ ਅੱਛੀ ਆ ਇੱਕ ਗੱਲ ਮੈਂ ਹੋਰ ਨੋਟ ਕੀਤੀ ਆ ਤੁਹਾਡੀਆਂ ਸਹੇਲੀਆਂ ਵੀ ਬਹੁਤ ਸੋਹਣੀਆਂ ਨੇ ਥੈਂਕ ਯੂ ਤੂੰ ਲੈ ਕੇ ਆਉਂਦੇ ਇੱਦਾਂ ਦਾ ਸਰਕਲ ਇਹ ਕਿੱਥੋਂ ਮਿਲਦੀਆਂ ਅਤੇ ਦੇਖ ਕਿਹੜੇ ਕਿਹੜੀ ਜਗ੍ਹਾ 'ਤੇ ਪਾਏ ਜਾਂਦੇ ਇਹ ਲੋਕ ਇਹੋ ਜਿਹੇ ਲੋਕ ਇਹ ਬਿਊਟੀ ਤੁਹਾਨੂੰ ਲੁਧਿਆਣੇ 'ਚ ਹੀ ਪਾਈ ਜਾਂਦੀ ਹੈ ਮੇਰੇ ਸਾਰੇ ਫ੍ਰੈਂਡਸ ਲੁਧਿਆਣੇ ਦੀ ਹੈ ਅਤੇ ਫਿਰ ਐਵੇਂ ਥੋੜ੍ਹਾ ਨਾ ਲੁਧਿਆਣਾ ਮੰਨਿਆ ਜਾਂਦਾ ਹੈ ਹਰ ਕਿਤੇ ਹੈ ਨਾ ਖੁੱਲ੍ਹ ਕੇ ਨਹੀਂ ਬੋਲ ਸਕਦੇ ਸਾਨੂੰ ਪਤਾ ਲੱਗਿਆ ਤੁਹਾਡੇ ਡੈਡੀ ਸਾਹਮਣੇ ਖੜੇ ਹੈ ਹਾਂਜੀ ਅਤੇ ਕੀ ਚੱਲ ਰਿਹਾ ਹੁਣ ਦਿਲੋ ਦਿਮਾਗ ਵਿੱਚ ਪਹਿਲੀ ਫਿਲਮ ਕੀਤੀ
लग रहा भी यही चलता रहे स्क्रीन पर मैं आँदी रहा तो मैं आप देखती रहा आई एम वेरी हैप्पी आई हैव नो वर्ड्स जो स्क्रीन पर आते नहीं दिल च आता नहीं हाई सुपर स्टार सुपरस्टार नहीं फील तो एक आता ही है ना मतलब जो अपने वीड्डी स्क्रीन पर देखता मैं एवं भी मेरी जो मैं चाहती सी मेरी मेहनत कोविड आ गया बिच काफ़ी कुछ स्लो हो गया मैं कदों तो अपने आप को बिग स्क्रीन पर देखना चाहती सी और फाइनली अज आगे पूरा होया है तो मैं बस इतने स्टॉप हो जाए तो मैं बस अपने आप देखती रहा जो तुम देखते सीन से या डायलॉग से रिएक्शन नोट किए आले दुआले के सोचे देखते नहीं मैं देख रही थी मैं रिएक्शन सच्ची नहीं इधर उधर नोट किया मैं महक का करैक्टर पूरा इंजॉय कर रही थी उस वक्त अरे मैं बहुत खुश थी तो लोग बहुत तालियां भी है ना एप्रीशिएट कर रहे थे जिमें कई सीनस बहुत इंपॉर्टेंट है बहुत मैसेज डिपिक्ट हो रहे हैं तो वधिया रिव्यू है सब का बाकी मीडिया विल क्रिएट अवेयरनैस ताकि इदा के कंसैप्ट होर अगे आन ताकि लोग प्यार देन ताकि इदा के कंसैप्ट पंजाबी इंडस्ट्री भी होर ग्रो करे घरदे नाल बैठ के अपनी फिल्म देखनी कितनी औखी होंदी है औखी तो नहीं होंदी बिकॉज देखो फर्स्ट मूवी है डेब्यू है ਤੁਸੀਂ ਆਲਵੇਜ਼ ਲਰਨ ਕਰਦੇ ਹੋ ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ ਸੈਕਿੰਡ ਹੋਰ ਵਧੀਆ ਹੁੰਦਾ ਥਰਡ ਸ਼ੋਰ ਵਧੀਆ ਹੁੰਦਾ ਅਤੇ ਔਖੀ ਨਹੀਂ ਹੁੰਦੀ ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ ਐਵੇਂ ਲੱਗਦਾ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ ਵੀ ਪੇਰੈਂਟਸ ਨੂੰ ਪੇਬੈਕ ਕੀਤਾ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ ਅਤੇ ਬੈਸਟ ਆਫ ਲੱਕ ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ ਸਿਨੇਮਾਜ਼ ਨੀਅਰ ਯੂ ਫਟਾਫਟ ਜਾਓ ਹੁਮ ਹੁਮ ਆਗੇ ਪਹੁੰਚੋ ਅਤੇ ਬਹੁਤ ਜ਼ਿਆਦਾ ਪਿਆਰ ਦਿਓ ਥੈਂਕ ਯੂ ਸੋ ਮਚ ਤਨੋਰ ਭਾਅ ਜੀ ਕੀ ਹਾਲ ਚਾਲ ਵਧੀਆ ਬਾਈ ਤੂੰ ਦੱਸ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂੰਗਾ ਲੱਗ ਗਿਆ ਸੱਚੀ ਕਿਵੇਂ ਲੱਗੀ ਫਿਲਮ ਬਾਈ ਤੂੰ ਦੱਸ ਫਿਲਮ ਸੱਚੀ ਬਹੁਤ ਅੱਛੀ ਲੱਗੀ ਆ ਜਿਹੜੀ ਆਪਾਂ ਕੈਮਰੇ 'ਤੇ ਕਹਿ ਰਹੇ ਮੈਨੂੰ ਜਿਹੜੀ ਚੀਜ਼ ਦੀ ਕਮੀ ਲੱਗੀ ਮੈਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਮਿਊਜ਼ਿਕ ਦੀ ਕਮੀ ਲੱਗੀ ਮੇਰਾ ਪਰਸਨਲ ਐਕਸਪੀਰੀਅੰਸ ਕੀ ਹੈ ਬੈਕਗਰਾਊਂਡ ਮਿਊਜ਼ਿਕ ਸਾਡਾ ਬਹੁਤ ਅੱਛਾ ਹੈ ਫਿਲਮ ਦਾ ਅਤੇ ਦੱਸਾਂ ਕੀ ਇਹ ਇਸ ਸਿਨੇਮਾ ਦੀ ਜਿਹੜੀ ਬੈਕਗਰਾਊਂਡ ਦੀ ਸਾਊਂਡ ਹੈ ਇੱਥੇ ਉਹ ਥੋੜ੍ਹੀ ਜਿਹੀ ਮਾੜੀ ਹੈ ਇਹ ਵੀ ਹਾਂ ਤੁਸੀਂ ਕਲੀਅਰ ਕਰ ਮਾੜੀ ਹੈ ਅਸੀਂ ਸਿਰ ਮੇ ਅਸੀਂ ਤਾਂ ਉਦੋਂ ਹੀ ਨੋਟਿਸ ਕਰਦਾ ਕਿਉਂਕਿ ਅਸੀਂ ਐਡੀਟਿੰਗ 'ਚ ਦੇਖੀ ਹੋਈ ਹੈ ਫਿਲਮ ਜੋ ਅਸੀਂ ਦੇਖੀ ਹੈ ਫਿਲਮ ਇਹ ਜਿਹੜੀ ਇਸ ਸਿਨੇਮਾ ਦੀ ਸਾਊਂਡ ਕੁਆਲਿਟੀ ਅੱਛੀ ਨਹੀਂ ਗਈ ਇਹੀ ਪ੍ਰੋਬਲਮ ਹੈ ਜਦੋਂ ਪਤਾ ਸੀ ਵੀ ਐਂਟਰੀ ਹੋਣ ਵਾਲੀ ਹੈ ਨਰਵਸ ਤਾਂ ਹੋਊਗੇ ਨਾ ਕਿਤੇ ਕਿਤੇ ਵੀ ਕਿੰਨੇ ਲੋਕਾਂ ਨੇ ਮੈਨੂੰ ਦੇਖਣਾ ਖੁਸ਼ੀ ਸੀਗੀ ਨਰਵਸ ਨਹੀਂ ਸੀ ਸਾਰਾ ਕੁਝ ਸੀਗਾ ਸਾਰੇ ਇਮੋਸ਼ਨਸ ਸੀਗੇ ਜਦੋਂ ਇਫੈਕਟ ਕਰਦੇ ਹੋ ਜਦੋਂ ਤੁਸੀਂ ਸ਼ਰਟ ਜੀ ਲਾਈ ਮੈਂ ਕਿ ਜੇ ਕਿਤੇ ਵਿਕਰਮ ਸਰ ਵੀ ਲੈ ਲੈਣ ਮਰੋ ਸਵਾਦ ਆ ਜਵੇ ਉਹਨਾਂ ਦੇ ਲਵਾਈ ਕਿਉਂ ਤੁਸੀਂ ਉਹਨਾਂ ਨੂੰ ਪੁੱਛੋ ਅੱਛਾ ਸੀਗੀ ਮੈਂ ਨਹੀਂ ਲੱਗਿਆ ਪਤਾ ਨਹੀਂ ਫਾਈਟ ਸੀਕੁਐਂਸ ਦਾ ਮੈਂ ਪੁੱਛੂਗਾ ਉਹਨਾਂ ਕੋਲ ਪੁੱਛੋ ਉਹਨਾਂ ਨੂੰ ਮੈਂ ਨਹੀਂ ਕੁਛ ਕਹਿਣਾ ਉਹਨਾਂ ਨੂੰ ਪੁੱਛਿਆ ਤੇ ਹੁਣ ਜਦੋਂ ਲੋਕ ਮਿਲ ਰਹੇ ਆ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ ਕੀ ਹੁੰਦਾ ਰੱਬ ਦਾ ਸ਼ੁਕਰ ਨਿਕਲਦਾ ਦਿਲ ਚੋਂ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਉਹਨਾਂ ਨੇ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਤੇ ਮੈਂ ਤਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਸ਼ੁਕਰਗੁਜ਼ਾਰ ਹਾਂ ਆਪਣੀ ਮਾਮ ਤੇ ਡੈਡ ਨੂੰ ਵੀ ਥੈਂਕ ਯੂ ਜੀ ਮੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਤੁਸੀਂ ਤੇ ਮੈਨੂੰ ਇੱਥੇ ਲੈ ਕੇ ਆਏ ਇਸ ਮੁਕਾਮ ਤੇ ਖੜਾ ਕੀਤਾ ਮੈਨੂੰ ਤੇ ਬਾਕੀ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਕਿ ਆਡੀਅੰਸ ਨੂੰ ਆਪਣੀ ਫਿਲਮ ਵਧੀਆ ਲੱਗੀ ਤੇ ਮੈਂ ਤਾਂ ਕਹਿੰਦਾ ਵੀ 25 ਨਵੰਬਰ ਨੂੰ ਪਲੀਜ਼ ਵੀ ਦੇਖਿਓ ਸਾਡੀ ਫਿਲਮ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਅਸੀਂ ਜ਼ਿਆਦਾ ਟਾਈਮ ਲੈਣਾ ਅਤੇ ਮੁਬਾਰਕਾਂ ਬਹੁਤ ਬਹੁਤ ਅਤੇ ਹੁਣ ਇਹ ਗੱਡੀ ਇੱਥੇ ਰੁਕਣੀ ਨਹੀਂ ਚਾਹੀਦੀ ਇਹ ਚੜ੍ਹਾਈਆਂ ਉੱਪਰ ਨੂੰ ਚੜ੍ਹਦੀਆਂ ਕਿਵੇਂ ਲੱਗੀ ਐਕਟਿੰਗ ਬਾਈ ਤੂੰ ਦੱਸ ਸੱਚੀ ਬਹੁਤ ਵਧੀਆ ਲੱਗੀ ਅਸੀਂ ਜਦੋਂ ਚੱਲ ਰਹੀ ਸੀ ਨਾ ਫਿਲਮ ਉਦੋਂ ਡਿਸਕਸ ਕਰ ਰਹੇ ਸੀ ਵੀ ਇੱਕ ਹੁੰਦੀ ਨਾ ਵੀ ਸਕਰੀਨ 'ਤੇ ਲੁੱਕ ਬੰਦੇ ਦੀ ਪਹਿਲਾ ਸਵਾਲ ਹੁੰਦਾ ਵੀ ਸਕਰੀਨ 'ਤੇ ਬੰਦਾ ਜੱਚ ਰਿਹਾ ਮਤਲਬ ਬਿੱਲੇ ਭਾਈ ਦੇ ਪੈਰਲਲ ਸੀ ਅਸੀਂ ਇਹ ਨਹੀਂ ਕਹਿ ਇਹ ਗੱਲ ਕੋਈ ਨਹੀਂ ਕਹੂਗਾ ਫਿਲਮ ਦੇਖ ਕੇ ਕਿ ਵੀ ਇਹ ਸੈਕੰਡ ਲੀਡ ਆ ਜਾਂ ਲੀਡ ਆ ਪੈਰਲਲ ਕਰੈਕਟਰਸ ਦਾ ਉਹ ਡਾਇਰੈਕਟਰ ਦੇ ਹਿੱਸੇ ਵੀ ਜਾਂਦੀ ਜੀ ਹਾਂਜੀ ਹਾਂਜੀ ਤਾਂ ਡਾਇਰੈਕਟਰ ਸਾਹਿਬ ਦੀ ਤਾਰੀਫ ਆ ਵੀ ਦੋਨਾਂ ਨੂੰ ਆਏ ਨਹੀਂ ਵੀ ਇੱਕ ਬੰਦੇ ਨੂੰ ਜ਼ਿਆਦਾ ਚੱਕਦਾ ਜਾਂ ਕਿਸੇ ਨੂੰ ਚੱਕਦਾ ਦੋਨੇ ਇਕੁਅਲ ਸੀਗੇ ਅਤੇ ਉਹ ਮਤਲਬ ਵੀ ਅਤੇ ਸਾਡੀ ਦੋਨਾਂ ਦੀ ਮਤਲਬ ਕੈਮਿਸਟਰੀ ਵੀ ਬਹੁਤ ਵਧੀਆ ਲੱਗੀ ਮੈਨੂੰ ਆਪ ਇੰਨੀ ਵਾਰ ਜਿਵੇਂ ਸਾਰਾ ਕੁਝ ਦੇਖ ਕੇ ਅਤੇ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਆ ਜੀ ਦੀ ਇੰਨੀ ਵਧੀਆ ਫਿਲਮ ਬਣ ਗਈ ਜੀ ਠੀਕ ਆ ਬਾਈ ਥੈਂਕ ਯੂ ਸੋ ਮਚ ਮੁਬਾਰਕ ਇੱਕ ਵਾਰੀ ਫਿਲਮ ਦੇਖ ਕੇ ਆਏ ਆਪਾਂ ਸਾਰੇ ਜੀ ਜੇ ਪਰਸੋਂ ਹੋਣੀ ਹੈ ਸੋ ਫੀਲਿੰਗ ਕਿਵੇਂ ਦੀ ਹੈ ਚਾਰ ਕਾਸ ਨੇ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਨੇ ਫਿਲਮ ਬਾਰੇ ਦੇਖੋ ਜੀ ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ ਅਤੇ ਮੇਰੇ ਨਾਲ ਦੋ ਮੇਰੇ ਦੋਸਤ ਮਿੱਤਰ ਆਏ ਅਤੇ ਬਹੁਤ ਵਧੀਆ ਫਿਲਮ ਬਣਾਈ ਡਾਕਟਰ ਸਾਹਿਬ ਦੀ ਅਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ ਰੀਜ਼ਨ ਕੀ ਇੱਕ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ 'ਤੇ ਫਿਲਮ ਬਣਾਈ ਹੈ ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ ਅਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ ਬਹੁਤ ਜ਼ਿਆਦਾ ਖੁਸ਼ੀ ਇਮੋਸ਼ਨਲ ਵੀ ਕਿਉਂਕਿ ਫਿਲਮ ਦੇਖ ਲਈ ਅਤੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੁਣ ਮਤਲਬ ਇੱਕ ਹਾਈ ਨਹੀਂ ਹੁੰਦਾ ਬੰਦੇ ਨੂੰ ਉਹ ਹੋ ਰਿਹਾ ਨੈਚੁਰਲ ਹਾਈ ਹੋ ਰਿਹਾ ਮੈਨੂੰ ਜੰਗ ਬਹਾਦਰ ਸਾਹਿਬ ਹਾਂਜੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ
ਅਸੀਂ ਜਿੰਨੀ ਮਿਹਨਤ ਕਰਨੀ ਸੀ ਜਾਂ ਫਿਲਮ ਜੈਸੀ ਡਾਇਰੈਕਟਰ ਸਾਹਿਬ ਨੇ ਬਣਾਉਣੀ ਸੀ ਜਾਂ ਪ੍ਰੋਡਿਊਸਰ ਸਾਹਿਬ ਨੇ ਜਿੰਨਾ ਖਰਚਾ ਕਰਕੇ ਇੰਨਾ ਵਧੀਆ ਸਿਨੇਮਾ ਬਣਾਇਆ ਇਹ ਹੁਣ ਤੁਸੀਂ ਦੇਖ ਲਿਆ ਹੁਣ ਤੁਸੀਂ ਇਹਦੇ ਬਾਰੇ ਦੱਸੋ ਜਾਂ ਪ੍ਰੈਸ 'ਚ ਲਿਖੋ ਜਾਂ ਸਵੇਰੇ ਅਖਬਾਰਾਂ 'ਚ ਕਹੋ ਜਾਂ ਟੀਵੀ 'ਤੇ ਦਿਖਾਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ ਬਿਲਕੁਲ ਅਸੀਂ ਨੇ ਮਿਹਨਤ ਕੀਤੀ ਹੈ ਤੁਸੀਂ ਅੱਜ ਸਾਰਾ ਪ੍ਰੈਸ ਮੀਡੀਆ ਹੈ ਤੁਸੀਂ ਨੇ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਚੰਗਾ ਦੱਸਿਓ ਕਿ ਮਾੜੀ ਲੱਗੀ ਤਾਂ ਮਾੜੀ ਦੱਸਿਓ ਪਰ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਹੀ ਲੱਗੀ ਹੋਣੀ ਅਤੇ ਜਿਹੜਾ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ ਚਾਹੇ ਬੈਕਗਰਾਊਂਡ ਹੋਣ ਡਾਇਰੈਕਟਰ ਟੀਮ ਹੋਵੇ ਟੈਕਨੀਕਲ ਹੋਵੇ ਉਹਨਾਂ ਨੇ ਤਾਂ ਬਹੁਤ ਜ਼ੋਰ ਲਾ ਕੇ ਕੰਮ ਕੀਤਾ ਹੁੰਦਾ ਉਹ ਕੀਤਾ ਹੁੰਦਾ ਆਡੀਅੰਸ ਵਾਸਤੇ ਤੁਹਾਡੇ ਵਾਸਤੇ ਬਸ ਤੁਸੀਂ ਦੱਸਿਓ ਕੱਲ੍ਹ ਨੂੰ ਵੀ ਇਹ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ ਬਾਕੀ ਬਹੁਤ ਖੁਸ਼ੀ ਹੈ ਸਰ ਰੋਜ਼ ਦਾ ਜਿਹੜਾ ਬ੍ਰੇਕ ਹੋਇਆ ਬਹੁਤ ਅੱਛਾ ਇਹਦਾ ਡੈਬਿਊ ਬਹੁਤ ਅੱਛਾ ਸਮਝ ਨਹੀਂ ਆ ਰਿਹਾ ਮੈਂ ਤਾਂ ਮੈਂ ਨਮ ਹਾਂ ਬਹੁਤ ਜ਼ਿਆਦਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਉਸ ਟਾਈਮ ਲਾਈਕ ਓਵਰ ਲੈਨ ਬਟ ਸਟਿਲ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿਵੇਂ ਦੀ ਲੱਗੀ ਔਰ ਤੁਸੀਂ ਇਹ ਮੈਸੇਜ ਦੇਣਾ ਲੋਕਾਂ ਨੂੰ 25 ਤਰੀਕ ਨੂੰ ਤਾਂ ਕਿ ਲੋਕ ਸਿਨੇਮਾ ਚ ਆਉਣ ਸਾਡੀ ਫਿਲਮ ਦੇਖਣ ਬਸ ਇਹੀ ਆ ਸਾਡੇ ਸਾਰਿਆਂ ਦੀ ਮਿਹਨਤ ਸਫਲ ਰਵਨੀਤ ਭਾਈ ਸਾਨੂੰ ਤੁਹਾਡੇ ਰਿਵਿਊ ਚਾਹੀਦੇ ਨੇ ਜੀ ਹਾਂਜੀ 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 ਦੱਸੋ ਬੋਲੋ 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 ਅਤੇ ਮੈਂ ਫਿਲਮ ਦਾ ਹਿੱਸਾ ਨਹੀਂ ਹਾਂ ਪਰ ਮੈਂ ਇਹਨਾਂ ਦਾ ਪਰਿਵਾਰਕ ਹਿੱਸਾ ਸਾਰਿਆਂ ਦਾ ਸਾਥ ਵੀ ਕੁਲਵਿੰਦਰ ਔਰ ਸਰੋਜ ਭਾਈ ਨਾਲ ਮੁਲਾਕਾਤ ਹੋਈ ਸਰ ਨੂੰ ਤੁਸੀਂ ਵੇਖ ਵੇਖ ਵੱਡੇ ਹੋਏ ਹਾਂ ਭਾਵਨਾ ਹੋ ਗਏ ਸੋ ਗੁੱਗੂ ਗਿੱਲ ਸਾਹਿਬ ਜਿਹੜੇ ਥੰਮ ਨੇ ਸੋ ਬਹੁਤ ਵਧੀਆ ਇੱਕ ਮੀਨਿੰਗਫੁਲ ਸਿਨੇਮਾ ਤੁਹਾਡੀ ਵੋਟ ਦੀ ਕੀ ਵੈਲਿਊ ਹੈ ਉਹ ਵੀ ਤੁਹਾਨੂੰ ਪਤਾ ਲੱਗੂ ਕਿ ਡੌਰੀ ਸਿਸਟਮ ਦੀ ਗੱਲ ਹੋਈ ਹੈ ਨਸ਼ੇ ਦੇ ਖਿਲਾਫ ਗੱਲ ਹੋਈ ਹੈ ਸੋ ਇੱਕ ਪਰਿਵਾਰ ਬਹਿ ਕੇ ਫਿਲਮ ਦੇਖੂਗਾ ਔਰ ਨੌਜਵਾਨ ਪੀੜ੍ਹੀ ਜ਼ਰੂਰ ਇੱਥੋਂ ਕੁਛ ਨਾ ਕੁਛ ਸਿੱਖੂਗੀ ਸੋ ਜ਼ਰੂਰ ਹੱਥ ਬੰਨ ਕੇ ਬੇਨਤੀ ਹੈ ਪਰਿਵਾਰ ਜ਼ਰੂਰ ਆਉਣ ਕਿੱਦਾਂ ਦੀ ਫਿਲਮ ਲੱਗੀ ਬਾਕੀ ਤੁਸੀਂ ਦੱਸ ਦੇਣਾ ਜੀ ਡਾਇਰੈਕਟਰ ਸਾਹਿਬ ਹਾਂਜੀ 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 ਸੁੱਖੀ ਸਾਹਿਬ ਕੈਪਟਨ ਆਫ ਦਾ ਸ਼ਿਪ ਕਿਵੇਂ ਦੀ ਫੀਲਿੰਗ ਹੈ ਸਰ ਤੁਹਾਡੇ ਵੱਲੋਂ ਜਦੋਂ ਵੀ ਸਿਨੇਮਾ ਬਣਾਇਆ ਜਾਂਦਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਹੁਣੇ ਸਾਰੀ ਟੀਮ ਨੇ ਦੇਖੀ ਤੁਹਾਡੇ ਦੋਸਤਾਂ ਮਿੱਤਰਾਂ ਨੇ ਕਿਹੜੇ ਕਿਹੜੇ ਕੰਪਲੀਮੈਂਟ ਤੁਹਾਨੂੰ ਮਿਲੇ ਨੇ ਹੁਣੇ ਦੇਖੋ ਕੰਪਲੀਮੈਂਟ ਤਾਂ ਹੁਣ 25 ਤਰੀਕ ਨੂੰ ਲੋਕ ਦੇਣਗੇ ਮੈਂ ਤਾਂ ਤੁਹਾਡੇ ਮੀਡੀਆ ਦੇ ਥਰੂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਆ ਤਾਂ ਇਹ ਇਮਾਨਦਾਰੀ ਦੇ ਨਾਲ ਮੈਸੇਜ ਸਾਰੇ ਲੋਕਾਂ ਨੂੰ ਪਹੁੰਚਾਓ ਕਿ ਆਪਾਂ ਵਾਕਈ ਚਾਹੁੰਦੇ ਹਾਂ ਵੀ ਪੰਜਾਬੀ ਸਿਨੇਮਾ ਨੈਕਸਟ ਲੈਵਲ 'ਤੇ ਜਾਵੇ ਪੰਜਾਬੀ ਸਿਨੇਮਾ ਟੈਕਨੀਕਲੀ ਸਕ੍ਰਿਪਟ ਵਾਈਜ਼ ਗਰੋ ਕਰੇ ਤਾਂ ਤੁਸੀਂ ਸਾਰੇ ਜਾਣੇ ਮਤਲਬ ਲੋਕਾਂ ਨੂੰ ਅਪੀਲ ਕਰੋ ਕਿ 25 ਤਰੀਕ ਨੂੰ ਆਉਣ ਸਾਡੇ ਨਿਸ਼ਾਨੇ ਨੂੰ ਅਗਰ ਉਹ ਸਕਸੈਸ ਕਰਦੇ ਤਾਂ ਅੱਗੇ ਅਗਲਾ ਨਿਸ਼ਾਨਾ ਇਹ ਤੋਂ ਵੀ ਵੱਡਾ ਲਾਵਾਂ ਨਸ਼ਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਪੰਜਾਬ 'ਚ ਹੋਰ ਕਿਹੜੇ ਕਿਹੜੇ ਐਸੇ ਮੁੱਦੇ ਹੈ ਜਿੱਥੇ ਲੱਗਦਾ ਹੈ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ ਪੰਜਾਬ ਦੇ ਬਹੁਤ ਮੁੱਦੇ ਨੇ ਬਹੁਤ ਮੁੱਦੇ ਨੇ ਇਕੱਲਾ ਮੁੱਦਾ ਮਤਲਬ ਸਿਰਫ ਕਿੰਨਾ ਕਿੰਨਾ ਨਸ਼ਾਈ ਨਹੀਂ ਪਰ ਇਸ ਫਿਲਮ ਦੇ ਵਿੱਚ ਆਪਾਂ ਦੇਖਿਆ ਗਿਆ ਕਿ ਦੋ ਅਸੀਂ ਜਿਹੜੇ ਹੈਗੇ ਆ ਉਹ ਬੇਰੁਜ਼ਗਾਰ ਆ ਗਏ ਅਤੇ ਇਹਦੇ ਵਿੱਚ ਡੋਰੀ ਦੀ ਵੀ ਗੱਲ ਕੀਤੀ ਗਈ ਹੈ ਨਸ਼ਿਆਂ ਦੀ ਵੀ ਗੱਲ ਕੀਤੀ ਗਈ ਹੈ ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਹਾਂ ਕਈ ਤਰ੍ਹਾਂ ਦੇ ਮੁੱਦੇ ਹੈਗੇ ਨੇ ਜੋ ਤੁਸੀਂ ਨੇ ਤਾਂ ਫਿਲਮ ਦੇਖੀ ਹੈ ਤੁਹਾਨੂੰ ਤਾਂ ਪਤਾ ਹੈ ਇਹ ਮੈਸੇਜ ਤੁਸੀਂ ਨੇ ਦੱਸਣਾ ਆਡੀਅੰਸ ਨੂੰ ਕਿ 25 ਨਵੰਬਰ ਨੂੰ ਕਿਉਂ ਫਿਲਮ ਦੇਖਣੀ ਹੈ ਕਿਉਂ ਫਿਲਮ ਦੇਖਣੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਉਹ ਮੁੱਦਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਗੱਲਾਂ ਕਰਦੇ ਹਾਂ ਕਿ ਆਹ ਮੁੱਦਿਆਂ ਨਾਲ ਅਸੀਂ ਜੂਝ ਰਹੇ ਹਾਂ ਅਤੇ ਇੰਟਰਟੇਨਮੈਂਟ ਵੀ ਹੈ ਤੁਸੀਂ ਨੇ ਐਕਸ਼ਨ ਦੇਖਿਆ ਫਸਟ ਟਾਈਮ ਪੰਜਾਬੀ ਸਿਨੇਮਾ ਦੇ ਵਿੱਚ ਮੈਂ ਤਾਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨੇਗੀਆਂ ਪਰ ਡਾਇਰੈਕਟਰ ਸਾਹਿਬ ਨੇ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਬੜੀ ਮਿਹਨਤ ਨਾਲ ਸਾਊਥ ਦੇ ਆਰਟਿਸਟ ਜੋ ਐਕਸ਼ਨ ਦੇ ਕਮਾਲ ਦੇ ਵਾਹ ਕਮਾਲ ਦਾ ਸਾਨੂੰ ਮੈਨੂੰ ਵੀ ਇਹ ਲੱਗਦਾ ਹੁੰਦਾ ਜਦੋਂ ਮੈਂ ਸਾਊਥ ਦੀਆਂ ਫਿਲਮਾਂ ਦੇਖਦਾ ਸੀਗਾ ਵੀ ਕਿਸੇ ਨੂੰ ਮੁੱਕੀ ਮਾਰ ਕੇ ਬੰਦਾ ਕਿਵੇਂ ਡਰ ਰਿਹਾ ਪਰ ਉਹ ਅਸੀਂ ਮੈਂ ਖੁਦ ਆਪਣੇ ਆਪ ਅਜਮਾ ਕੇ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ ਤੁਹਾਡੇ ਸਾਰਿਆਂ ਨੂੰ ਤੁਸੀਂ ਮੈਨੂੰ ਦੱਸੋ ਫਿਲਮ ਕਿਵੇਂ ਲੱਗੀ ਥੈਂਕ ਯੂ ਤੁਸੀਂ ਸਾਰਿਆਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡ੍ਰੀਮ ਕਮ ਟਰੂ ਮੂਮੈਂਟ ਹੈ ਮੇਰੇ ਲਈ ਮੈਨੂੰ ਯਕੀਨ ਨਹੀਂ ਹੋ ਰਿਹਾ ਆਪਣੇ ਆਪ ਨੂੰ ਬਿਗ ਸਕਰੀਨ 'ਤੇ ਦੇਖਣਾ ਕਦੋਂ ਦਾ ਸੁਪਨਾ ਸੀਗਾ ਕੋਵਿਡ ਕਾਰਨ ਸਲੋ ਹੋ ਗਿਆ ਬਟ ਫਾਈਨਲੀ ਸਫ਼ਰ ਕਾ ਫਲ ਮਿੱਠਾ ਹੁੰਦਾ ਹੈ ਅੱਜ ਉਹ ਦੇਖ ਵੀ ਲਈ ਚੀਜ਼ ਅਤੇ ਪੰਜਾਬ ਦੀ ਰੀਅਲ ਪਿਕਚਰ ਡਿਪਿਕਟ ਹੋਈ ਹੈ ਨਾ ਕਾਫੀ ਇੰਪੋਰਟੈਂਟ ਇਸ਼ੂਜ਼ ਕਵਰ ਹੋਏ ਸੋ ਆਈ ਵਿਲ ਰਿਕੁਐਸਟ ਆਡੀਅੰਸ ਐਂਡ ਮੀਡੀਆ ਕਿ ਅਵੇਅਰਨੈਸ ਕ੍ਰੀਏਟ ਕਰੋ ਵਧੀਆ ਚੀਜ਼ਾਂ ਨੂੰ ਪ੍ਰਮੋਟ ਕਰੋ ਤਾਂ ਕਿ ਸਾਡੀ ਫਿਲਮ ਸੁਪਰਹਿਟ ਕਰ ਸਕੇ ਥੈਂਕ ਯੂ ਸੋ ਮਚ ਨਿਸ਼ਾਨਾ 25 ਨਵੰਬਰ ਨੂੰ ਸਾਰੇ ਜਣੇ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈਲੋ ਦੇਖੋ ਜੀ ਨਿਸ਼ਾਨਾ ਦੀ ਗੱਲ ਕਰਦੇ ਹਾਂ ਕਿ ਨਿਸ਼ਾਨੇ ਅੱਜ ਸਾਡਾ ਫਿਲਮ ਦਾ ਪ੍ਰੀਮੀਅਰ ਹੈ ਸਾਰਾ ਮੀਡੀਆ ਦਾ ਪਹਿਲਾਂ ਥੈਂਕਸ ਕਰਦੇ ਹਾਂ ਤੁਸੀਂ ਸਾਰੇ ਪਹੁੰਚੇ ਹੋ ਅਤੇ ਆਪਾਂ ਸਾਰੇ ਐਕਸਾਈਟਡ ਹਾਂ ਕਿ ਫਿਲਮ ਦੇਖਣ ਜਾ ਰਹੇ ਹਾਂ ਕਿ ਹੁਣ ਆਪਾਂ ਆਫਟਰ ਫਿਲਮ ਦੇਖਣ ਤੋਂ ਬਾਅਦ ਆਪਾਂ ਤੁਹਾਡੇ ਵੀ ਰਿਵਿਊਜ਼ ਲਵਾਂਗੇ ਅਤੇ ਅਸੀਂ ਵੀ ਦੱਸਾਂਗੇ ਅਸੀਂ ਆਪਣੀ ਜੋ ਮਿਹਨਤ ਕੀਤੀ ਹੈ ਉਹਦੇ 'ਤੇ ਅਸੀਂ ਖਰੇ ਉਤਰੇ ਹਾਂ ਜਾਂ ਨਹੀਂ ਉਤਰੇ ਬਾਕੀ ਸਾਡੇ ਡਾਇਰੈਕਟਰ ਸਾਹਿਬ ਅੱਜ ਨਾਲ ਨੇ ਇਹਨਾਂ ਨੇ ਸਾਨੂੰ ਬੜੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਡੀ ਇਸ ਫਿਲਮ ਦੇ ਲਈ ਸਾਡੇ ਤੋਂ ਕੋਸ਼ਿਸ਼ ਕਰੀ ਅਸੀਂ ਨੇ ਵਧੀਆ ਬਣਾਉਣ ਦੀ ਅਤੇ 25 ਨਵੰਬਰ ਨੂੰ ਜਾਣੀ ਕਿ ਪਰਸੋਂ ਰਿਲੀਜ਼ ਹੋ ਰਹੀ ਹੈ ਅਤੇ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਸ ਮਿਹਨਤ ਦਾ ਫਲ 25 ਨਵੰਬਰ ਨੂੰ ਤੁਸੀਂ ਜ਼ਰੂਰ ਦਿਓ ਜੋ ਤੁਹਾਨੂੰ ਫਿਲਮ ਵਧੀਆ ਲੱਗੀ ਸਾਨੂੰ ਲੱਗਦਾ ਕਿ ਨਿਸ਼ਾਨਾ ਸਾਡਾ
फिल्म देख के आवेंगे अपने को सारे आप इकट्ठे ही होवे बहुत सारिया गल्ला करांगे फिलहाल सा पुछो भी कितनी एक्साइटमेंट है हाँ जी बिल्कुल जी मेरा गाना है वह भी तुम देखो नजारा लेना मतलब हाजरी है जी लवाई है इन्होंने धज्जल साहब ने तो बहुत मैं खुशी हुई है मैं परमिंदर बिल्ला जी संगरोज के नवी हीरोइन का काम कर रहा धज्जल साहब ने बहुत वाइया काम करवाया सब तो अजीत मेहरा सा जोड़ी है ये तो बहुत मजा आऊगा बस निशाना तुम्हें मतलब मजा आजगा फिल्म देख सब कुछ है मतलब पूरी पटारी है आ भी लाओ आ भी लाओ आ भी लाओ सारा मामला मेरी दूसरी फिल्म है लेकिन धज्जल साहब ने कम करके चीज़ा मजा आया क्योंकि और सिनेमा कर सिनेमा तो फिल्म के बहुत फर्क है क्योंकि और सिनेमा कर ये बहुत ज़्यादा मटीरियल बहुत एक्साइटेड है कि जल्दी जल्दी रिलीज हो गए और चल चल खैर मेरा डेब्यू है इसलिए मैं पूरी तैयारी हर चीज़ पूरी तैयारी करने की कोशिश की है बाकी जिमें स्कूल का बच्चा एग्जाम देन जाता है जिमें असं एग्जाम देन जाते होंगे सी 10th 11th 12th उवें दी आ बटरफ्लाई इन माय स्टमक्स की किवें दा रिस्पोंस आएगा अपने वालों सब ने बहुत मेहनत की है सर ने बहुत कुछ सिखाया तो अज फाइनली वो डे आ गया जिदे लई सारे मेहनत कर रहे सी ते फिंगर क्रॉस लेट्स सी व्हाट हैपेंस एक्साइटमेंट है कि आप सारी फिल्म देखने लिए पूरे रेडी है साडे सानी साहब सारे वर्ल्ड चिट्टा सूट के किन्ने नंबर डिजाइन किया गाने च पाया जिहड़ा इत्थे फुल्लिए बनया उपर प्लेन किहड़ा चिट्टा सूट गाने दे विच पता तुसीं नहीं नहीं मैं नहीं पाया चिट्टा सूट नहीं पाया ना सूट डिजाइनर दसो कौन है तुहाडी मूवी दा साडी फिल्म दे डिजाइनर जिन्हां ने गाने डिजाइन दे कपड़े डिजाइन किए आ वह हैगे आ मैम लुधियाना तो उन्होंने मनीष मल्होत्रा नूं असिस्ट किया होया मैं सॉरी उन्हां दा नाम भुल गई हाँ बट बहुत वधिया डिजाइनर ने और जिहड़ा फिल्म दा डिजाइन नवीन करके कोई मुंडा उन्हें किया एंट्री बड़ी खतरनाक कराई उन्होंने ऐ हाँ जी ऐ हाँ एक्शन हीरोइन इदां ही होंदी आ लत्तां जी चक्के मारियां उस स्वाद जी किन्ने टेकां च कीता सही सही आई थिंक दो तीन टेक्स हो गया सीगा हुण सब तों स्वाद ही उस चीज़ हाँ बिल्कुल मज़ा आता विलन नूं कुट के तो वैसे ही स्वाद बड़ा आता वा अपने आप नूं स्क्रीन ते देख के अपने आप स्क्रीन पर देख के मैं तो सिर्फ सच्ची दसा मैं अपन मिसटेक्स देख रही थी मैं कुछ होर नहीं देख रही थी कि मैं बहुत सोहनी लग रही हाँ ये लग रही हूँ वो लग रही मैं देखने असी है असी है मैं अपन गलतियाँ देख रही थी कि मैं कुछ होर वधिया कर सकती सी इतने मैं कुछ इदा कर सकती गलती लभी वैसे तुहानू ऐ थोड़ी दस देना तुहानू सच्ची सानू तो लभी तुहानू किदां नहीं लभी ऐ हो ही नहीं सकदा तुसी गलती किहड़ी कीती इक दस दो मैनू आइडिया तो होवे
ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਿੱਦਾਂ ਮੈਨੂੰ, ਮੈਂ ਸੋਚਦੀ ਹਾਂ ਕਿ ਜਿੱਦਾਂ ਜਿਹੜਾ ਫਾਦਰ ਸਾਹਿਬ ਨਾਲ ਸੀਨ ਸੀਗਾ ਮੈਂ ਹੋਰ ਇਨਵੋਲਵਮੈਂਟ ਨਾ ਕਰ ਸਕਦੀ ਸੀ, ਕੁਛ ਨਾ ਕੁਛ ਮਤਲਬ ਮੈਨੂੰ ਲੱਗਦਾ ਕਿ ਮੈਂ ਹੋਰ ਇਨਵੋਲਵ ਹੋ ਕੇ ਕਰ ਸਕਦੀ ਸੀ, ਮੈਨੂੰ ਐਂ ਲੱਗਿਆ ਕਿ ਥੋੜ੍ਹਾ ਜਿਹਾ ਮੈਂ ਮਿਸ ਕਰ ਗਈ ਕਿਤੇ, ਥੋੜ੍ਹਾ ਬਹੁਤ ਜ਼ਿਆਦਾ ਨਹੀਂ ਮਿਸ ਕਰ ਗਈ। ਵੈਸੇ ਵਧੀਆ ਗੱਲ ਆ ਵੀ ਤੁਸੀਂ ਜਲਦੀ ਸੈਟੀਸਫਾਈ ਨਹੀਂ ਹੁੰਦੇ, ਬਟ ਸਾਡੇ ਹਿਸਾਬ ਦੇ ਨਾਲ ਪਰਫਾਰਮੈਂਸ ਵਾਈਜ਼ ਤਾਂ ਸਾਰਿਆਂ ਦਾ ਹੀ ਕੰਮ ਬਹੁਤ ਸੋਹਣਾ। ਹਾਂਜੀ ਬਿਲਕੁਲ, ਸਾਰਿਆਂ ਦਾ ਕੰਮ ਬਹੁਤ ਵਧੀਆ ਸੀ। ਹਾਂ, ਅਤੇ ਹੁਣ ਦਿਲੋ ਦਿਮਾਗ ਦੇ ਵਿੱਚ ਕੀ ਚੱਲਦਾ, ਦਿਨ ਰਹਿ ਗਿਆ ਵਿੱਚ ਕੱਲ੍ਹ ਦਾ? ਹੁਣ ਤਾਂ ਦੇਖੋ ਆਡੀਅੰਸ ਨੇ ਕੀ ਰਿਸਪੋਂਸ ਦੇਣਾ ਮੇਰਾ ਉਹਦੇ ਉੱਤੇ ਹੀ ਆ। ਅੱਜ ਪ੍ਰੀਮੀਅਰ ਹੋ ਗਿਆ ਪਰ ਧੁੜਕੂ ਤਾਂ 25 ਤਰੀਕ ਤੱਕ ਲੱਗਾ ਰਹਿਣਾ ਵਾ। ਬਟ ਮੇਰੀ ਰਿਕੁਐਸਟ ਤਾਂ ਸਾਰਿਆਂ ਨੂੰ ਇਹੀ ਆ ਜੀ, ਤੁਸੀਂ ਮੀਡੀਆ ਵਾਲਿਆਂ ਨੇ ਵੀ ਫਿਲਮ ਦੇਖੀ ਆ, ਤੁਸੀਂ ਤੁਹਾਨੂੰ ਆਪ ਲੱਗਾ ਕਿ ਫਿਲਮ ਮੈਸੇਜ ਵੀ ਦੇਣ ਵਾਲੀ ਆ ਅਤੇ ਐਂਟਰਟੇਨਮੈਂਟ ਵੀ ਕਰਾਉਣ ਵਾਲੀ ਆ, ਅਤੇ ਮੈਨੂੰ ਲੱਗਦਾ ਆਡੀਅੰਸ ਨੂੰ ਪਸੰਦ ਆਊਗੀ ਫਿਲਮ, ਔਰ ਮੈਨੂੰ ਲੱਗਦਾ ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਆ। ਲਾਸਟ ਸਵਾਲ, ਪ੍ਰੀਮੀਅਰ 'ਤੇ ਪਾਉਣ ਲਈ ਡਰੈਸ ਫਾਈਨਲ ਕਰਨ ਨੂੰ ਕਿੰਨਾ ਕੁ ਟਾਈਮ ਲੱਗਾ? ਬਿਲਕੁਲ ਨਹੀਂ ਲੱਗਾ। ਇਹ ਤਾਂ ਝੂਠ, ਇਹ ਤਾਂ ਜੀ ਇਹ ਗਾਊਨ ਮੈਂ 80 ਦੀ ਕੁੜੀ ਦਾ ਵਿਆਹ ਤਾਂ ਪਿਆ ਸੀ, ਇਹ 3 ਸਾਲ ਪਹਿਲਾਂ ਮੈਂ ਖਰੀਦਿਆ ਸੀ ਪਰ ਮੈਂ ਪਾਇਆ ਨਹੀਂ ਸੀਗਾ, ਮੈਨੂੰ ਲੱਗਾ ਜਦੋਂ ਕੁਛ ਆਊਗਾ ਕਿਉਂਕਿ ਕੋਵਿਡ ਹੋ ਗਿਆ ਸੀ ਦੋ ਵਿੱਚੋਂ ਦੋ ਨੂੰ ਅੱਛਾ ਦੁਨੀਆ ਨੂੰ ਕੋਵਿਡ ਹੋ ਗਿਆ ਸੀ, ਇਹ ਰਹਿ ਗਿਆ ਸੀ ਮੇਰਾ ਭਾਂਜਾ ਵਾ ਯਾਰ ਕੋ ਭਾਈ ਜੱਪ ਸਾਡੀ ਇੰਟਰਵਿਊ ਇੱਦਾਂ ਹੁੰਦਾ ਹੁੰਦਾ ਗੱਲ ਕਰਨੀ ਕੋਈ ਨਹੀਂ। ਇਹ ਗਾਊਨ ਉਹੀ ਉਦੋਂ ਨਹੀਂ ਖਰੀਦਿਆ ਸੀ, ਮੈਨੂੰ ਲੱਗਾ ਇਹ ਪਾ ਲੈਣੀ ਜ਼ਿਆਦਾ ਕੀ ਕੰਨਾਂ ਵਾਲਾ ਕੱਲਾ, ਇਹ ਮੈਂ ਲੈ ਆਈ ਸੀ 9 ਫੇਸ ਦੀ ਮਾਰਕੀਟ ਤੋਂ। ਕਿੰਨੇ ਕਿਤੇ ਆ ਜਾਂਦੇ ਮੈਡਮ? ਮੈਂ ਹੁਣ ਤੁਹਾਨੂੰ ਪਤਾ ਦੱਸਿਓ ਨਾ ਕਿਉਂ ਪੁੱਛ ਰਿਹਾ, ਮੈਂ ਤੁਹਾਨੂੰ ਪਤਾ ਹੈ ਕਾਰਨ ਕਿ ਆ ਗਏ ਤੇ ਕਾਰਨ ਵਾਲਿਆਂ ਨੇ ਮੈਨੂੰ ਡਿਸਕਾਊਂਟ 350। ਹਾਂ ਇੰਨੇ ਕਦੇ ਆਏ ਆ। ਮਤਲਬ ਉਦੋਂ ਜੇ ਕੁੜੀ ਨੂੰ ਮਤਲਬ ਤਿਆਰ ਹੋਣ ਲਈ ਕਿੰਨੇ ਕੁ ਪੈਸੇ ਚਾਹੀਦੇ, ਕਿੰਨਾ ਖਰਚਾ ਪ੍ਰੋਪਰ? ਮੇਰੇ ਖਿਆਲ 15-16 ਹਜ਼ਾਰ ਦਾ ਜਦੋਂ ਮੈਂ ਲਿੱਤਾ ਸੀਗਾ, ਦੱਸੀ ਵੀਪ ਲਾ ਦਿਓ ਇਹ ਇੱਕ ਡਿਜ਼ਾਇਨਰ ਤੋਂ ਲਿੱਤਾ ਸੀਗਾ ਚੰਡੀਗੜ੍ਹੋਂ ਹੀ, ਤੁਹਾਨੂੰ ਪਤਾ ਡਿਜ਼ਾਇਨਰ ਬਹੁਤ ਮਹਿੰਗੇ ਗਾਊਨ ਲਾ ਦਿੰਦੇ ਆ, ਕੱਪੜਾ ਭਾਵੇਂ ਸਸਤਾ ਹੀ ਹੋਵੇ ਅਤੇ ਬਸ। ਇਹ ਵੀ ਗੱਲ ਆ ਜਿੱਦਾਂ ਤੁਸੀਂ ਪਾਇਆ ਵੀ, ਫੋਰ ਐਗਜ਼ਾਮਪਲ ਮੈਨੂੰ ਲੱਗਦਾ ਨਾ ਵੀ ਤੁਸੀਂ ਚੀਜ਼ 2000 ਵਾਲੀ ਵੀ ਪਾਈ ਹੋਵੇ ਫੋਰ ਐਗਜ਼ਾਮਪਲ, ਉਹ ਫਿਰ ਬੰਦੇ ਦੀ ਇੱਕ ਉਹ ਚੀਜ਼ ਹੋਈ, ਹੱਥ ਨਾਲ ਜੋੜ ਪਾਈ, ਇੰਟਰਵਿਊ ਥੋੜ੍ਹੀ ਲੰਬੀ ਚੱਲਣੀ ਹੈ, ਜੇ ਉਹ ਬੰਦੇ ਲੱਗਦੀ ਵੀ ਆ ਵੀ ਉਸ ਚੀਜ਼ ਨੇ ਪਾਈ। ਆ ਮੈਨੂੰ ਲੱਗਦਾ ਤੁਸੀਂ ਕੈਰੀ ਕਿੱਦਾਂ ਕਰਦੇ ਹੋ, ਇਹ ਜ਼ਰੂਰੀ ਨਹੀਂ ਕੋਈ ਬ੍ਰਾਂਡ ਪਾਓ, ਮੈਨੂੰ ਲੱਗਦਾ ਕਿ ਤੁਸੀਂ ਨੋਰਮਲ ਕੱਪੜੇ ਵੀ ਪਾਓ ਪਰ ਤੁਸੀਂ ਤੁਹਾਡਾ ਕੌਨਫੀਡੈਂਟ ਉੱਦਾਂ ਦਾ ਹੋਵੇ ਨਾ, ਫਿਰ ਮੈਨੂੰ ਨਹੀਂ ਲੱਗਦਾ ਬੰਦਾ ਮਾੜਾ ਲੱਗ ਸਕਦਾ। ਕੌਨਫੀਡੈਂਸ ਜਦੋਂ ਲੋ ਹੋਵੇ ਉਹਨੂੰ ਅਪ ਕਰਨ ਲਈ ਕੀ ਕਰਦੇ? ਮੈਂ ਉਦੋਂ ਗਾਣੇ ਸੁਣਦੀ ਹਾਂ, ਰੱਬ ਨੂੰ ਯਾਦ ਕਰਦੀ ਹਾਂ। ਸੁਣਾ ਦਿਓ ਇੱਕ। ਮੈਂ ਸਿੰਗਰ ਨਹੀਂ ਇੰਨੀ ਵਧੀਆ, ਮੈਂ ਗੁਣਗੁਣਾ ਲੈਂਦੀ ਹਾਂ ਪਰ ਮੇਰਾ ਆਹ ਬਹਾਨਾ ਸੁਣਦੇ ਅਸੀਂ ਜਦ ਵੀਡੀਓ ਲੈਣ 'ਚ ਇਹੀ ਸੁਣਦੇ ਆਏ ਹਾਂ ਜੀ। ਨਹੀਂ ਇੱਕ ਦੋ ਲਾਈਨ ਹੀ ਸੁਣਾ ਸਕਦੀ ਮੈਂ ਗਾ ਕੇ ਨਹੀਂ। ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ। ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ, ਅਤੇ ਮੈਨੂੰ ਤੁਸੀਂ ਆਹ ਜੰਗ ਜਿੱਤ ਲਈ ਆ, ਹੁਣ ਬਾਕੀ ਆਡੀਅੰਸ ਦਾ ਫੈਸਲਾ ਉਹ ਕੀ ਕਰਨਗੇ, ਅਤੇ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਇੱਕ ਵਾਰੀ ਫਿਰ ਤੋਂ, ਅਤੇ ਤੁਸੀਂ ਅੱਜ ਮੈਨੂੰ ਲੱਗਦਾ ਉਹ ਬਾਬੇ ਵਾਲੀ ਰਿੰਗ ਪਾਈ ਨਹੀਂ ਹੈਗੀ, ਅਗਲੀ ਵਾਰ ਪਾਈ। ਚੰਗਾ, ਜੁੜੇ ਸਾਡੇ ਚੈਨਲ 25 ਤਰੀਕ ਨੂੰ ਨਿਸ਼ਾਨਾ। ਭਾਵਨਾ ਸਾਹਿਬ ਕੀ ਹਾਲ ਚਾਲ? ਵਧੀਆ ਜੀ। ਆਈ ਫਿਲਮ 'ਚ ਕਨਫਿਊਜ਼ ਹੋ ਰਹੀ, ਸੱਚੀ ਬਹੁਤ ਸੋਹਣੇ ਲੱਗ ਰਹੇ, ਜਿਹੜੇ ਤੁਹਾਡੇ ਸੂਟ ਕਿਹਨੇ ਡਿਜ਼ਾਇਨ ਕੀਤੇ? ਪਹਿਲਾ ਸਵਾਲ ਤਾਂ ਇਹ, ਨਵਦੀਪ ਸਾਡੇ ਕੋਸਟਿਊਮ ਡਿਜ਼ਾਈਨਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਅਬਲੇ ਸਟੂਡੀਓ ਉਹਨਾਂ ਵੱਲੋਂ ਪੂਰਨਮਾਸ਼ੀ ਸੌਂਗ ਦੇ ਵਿੱਚ ਬਹੁਤ ਪਿਆਰੇ ਪਿਆਰੇ ਸੂਟਸ ਹੈ, ਅਤੇ ਕੋਟ ਪੈਂਟ ਵਾਲੀ ਲੁੱਕ ਵੀ ਉਹ ਵੀ ਬੜੀ ਖਤਰਨਾਕ ਕੱਢੀ ਹੈ ਨਾ। ਯੈਸ ਕਨਫਿਊਜ਼ ਹੋ ਗਏ ਸੀ ਵੀ ਕਿਹੜੀ ਲੁੱਕ ਨੂੰ ਰੇਟ ਕਰੀਏ, ਵੀ ਉਹ ਵਾਲੀ ਅੱਛੀ ਆ, ਉਹ ਵਾਲੀ ਅੱਛੀ ਆ। ਇੱਕ ਗੱਲ ਮੈਂ ਹੋਰ ਨੋਟ ਕੀਤੀ ਆ, ਤੁਹਾਡੀਆਂ ਸਹੇਲੀਆਂ ਵੀ ਬਹੁਤ ਸੋਹਣੀਆਂ ਨੇ। ਥੈਂਕ ਯੂ। ਤੂੰ ਲੈ ਕੇ ਆਉਂਦੇ ਇੱਧਰ ਸਰਕਲ, ਇਹ ਕਿੱਥੋਂ ਮਿਲਦੀਆਂ? ਅਤੇ ਦੇਖ ਕਿਹੜੀ ਕਿਹੜੀ ਜਗ੍ਹਾ 'ਤੇ ਪਾਏ ਜਾਂਦੇ ਇਹ ਲੋਕ, ਇਹੋ ਜਿਹੇ ਲੋਕ? ਇਹ ਬਿਊਟੀ ਤੁਹਾਨੂੰ ਲੁਧਿਆਣੇ 'ਚ ਪਾਈ ਜਾਂਦੀ ਹੈ, ਮੇਰੇ ਸਾਰੇ ਫ੍ਰੈਂਡਸ ਲੁਧਿਆਣੇ ਦੀ ਹੈ, ਅਤੇ ਫਿਰ ਐਵੇਂ ਥੋੜ੍ਹੇ ਨਾਲ ਲੁਧਿਆਣਾ ਮੰਨਿਆ ਜਾਂਦਾ ਹੈ ਹਰ ਕਿਤੇ, ਹੈ ਨਾ। ਕੱਲ੍ਹ ਕਿ ਨਹੀਂ ਬੋਲ ਸਕਦੇ, ਸਾਨੂੰ ਪਤਾ ਲੱਗੇ ਤੁਹਾਡੇ ਡੈਡੀ ਸਾਹਮਣੇ ਖੜੇ ਆ। ਹਾਂਜੀ। ਅਤੇ ਕੀ ਚੱਲ ਰਿਹਾ ਹੁਣ ਦਿਲੋ ਦਿਮਾਗ ਵਿੱਚ, ਪਹਿਲੀ ਫਿਲਮ ਕੀਤੀ? ਯਕੀਨ ਨਹੀਂ ਹੋ ਰਿਹਾ, ਇੱਕ ਡ੍ਰੀਮ ਲੱਗ ਰਿਹਾ, ਡ੍ਰੀਮ ਕਮ ਥਰੂ ਮੂਮੈਂਟ ਹੈ, ਲੱਗ ਰਿਹਾ ਵੀ ਇਹੀ ਚੱਲਦਾ ਰਹੇ ਸਕਰੀਨ 'ਤੇ, ਮੈਂ ਆਉਂਦੀ ਰਹਾਂ ਅਤੇ ਮੈਂ ਆਪਣੇ ਆਪ ਨੂੰ ਦੇਖਦੀ ਰਹਾਂ। I am very happy. I have no words. ਜੇ ਤੋ ਸਕਰੀਨ ਤੇ ਤੁਸੀਂ ਆਉਂਦੇ ਨਹੀਂ ਸੀ, ਦਿਲ ਚ ਆਉਂਦਾ ਨਹੀਂ ਸੀਗਾ ਹਾਈ ਸੁਪਰਸਟਾਰ? ਸੁਪਰਸਟਾਰ ਨਹੀਂ, ਪਰ ਫੀਲ ਤਾਂ ਇੱਕ ਆਉਂਦਾ ਹੀ ਹੈ ਨਾ, ਮਤਲਬ ਜਦੋਂ ਆਪਣੇ ਨੂੰ ਵੱਡੀ ਸਕਰੀਨ ਤੇ ਦੇਖਦਾ। ਮੈਨੂੰ ਐਵੇਂ ਸੀਗਾ ਵੀ ਮੇਰੀ ਜੋ ਮੈਂ ਚਾਹੁੰਦੀ ਸੀ, ਮੇਰੀ ਮਿਹਨਤ, ਕੋਵਿਡ ਆ ਗਿਆ ਵਿੱਚ ਕਾਫੀ ਕੁਝ ਸਲੋ ਹੋ ਗਿਆ, ਮੈਂ ਕਦੋਂ ਤੋਂ ਆਪਣੇ ਆਪ ਨੂੰ ਬਿਗ ਸਕਰੀਨ ਤੇ ਦੇਖਣਾ ਚਾਹੁੰਦੀ ਸੀ, ਉਹ ਫਾਈਨਲੀ ਅੱਜ ਆ ਕੇ ਪੂਰਾ ਹੋਇਆ, ਤੇ ਮੈਨੂੰ ਸੀਗਾ ਬਸ ਇੱਥੇ ਸਟਾਪ ਹੋ ਜੇ ਤੇ ਮੈਂ ਬਸ ਆਪਣੇ ਆਪ ਨੂੰ ਦੇਖਦੀ ਰਹਾ। ਜਦੋਂ ਤੁਸੀਂ ਦੇਖਦੇ ਸੀ ਤੁਹਾਡਾ ਸੀਨ ਸੀ ਜਾਂ ਡਾਇਲੌਗ ਸੀ, ਰਿਐਕਸ਼ਨ ਨੋਟ ਕੀਤੇ ਆਲੇ ਦੁਆਲੇ ਦੇ ਕੀ ਸੋਚੀ ਦੇਖਦੇ? ਨਹੀਂ ਮੈਂ ਦੇਖ ਰਹੀ ਸੀ, ਮੈਂ ਰਿਐਕਸ਼ਨ ਸੱਚੀ ਨਹੀਂ ਇੱਧਰ ਉੱਧਰ ਨੋਟ ਕੀਤਾ, ਮਹਿਕ ਦਾ ਕਰੈਕਟਰ ਪੂਰਾ ਇੰਜੋਏ ਕਰ ਰਹੀ ਸੀ ਉਸ ਵਕਤ, ਅਤੇ ਮੈਂ ਬਹੁਤ ਖੁਸ਼ ਸੀਗੀ, ਅਤੇ ਲੋਕ ਬਹੁਤ ਤਾਲੀਆਂ ਵੀ ਹੈ ਨਾ ਐਪਰੀਸ਼ੀਏਟ ਕਰ ਰਹੇ ਸੀਗੇ, ਜਿਵੇਂ ਕਈ ਸੀਨਸ ਬਹੁਤ ਇੰਪੋਰਟੈਂਟ ਹੈ, ਬਹੁਤ ਮੈਸੇਜ ਡਿਪਿਕਟ ਹੋ ਰਿਹਾ, ਅਤੇ ਵਧੀਆ ਰਿਵਿਊ ਹੈ
ਘਰਦਿਆਂ ਨਾਲ ਬੈਠ ਕੇ ਆਪਣੀ ਫਿਲਮ ਦੇਖਣੀ ਕਿੰਨੀ ਔਖੀ ਹੁੰਦੀ ਆ? ਔਖੀ ਤਾਂ ਨਹੀਂ ਹੁੰਦੀ, ਬਿਕੋਜ਼ ਦੇਖੋ ਫਸਟ ਮੂਵੀ ਹੈ, ਡੈਬਿਊ ਹੈ, ਤੁਸੀਂ ਆਲਵੇਜ਼ ਲਰਨ ਕਰਦੇ ਹੋ, ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ, ਸੈਕਿੰਡ ਤਾਂ ਹੋਰ ਵਧੀਆ ਹੁੰਦਾ, ਥਰਡ ਸ਼ੋਅ ਵਧੀਆ ਹੁੰਦਾ ਹੈ, ਅਤੇ ਔਖੀ ਨਹੀਂ ਹੁੰਦੀ। ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ, ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ, ਐਵੇਂ ਲੱਗਦਾ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ, ਵੀ ਪੇਰੈਂਟਸ ਨੂੰ ਪੇਬੈਕ ਕੀਤਾ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ। ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ, ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ, ਅਤੇ ਬੈਸਟ ਆਫ ਲੱਕ, ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ। ਸਿਨੇਮਾਜ਼ ਨੀਅਰ ਯੂ, ਫਟਾਫਟ ਜਾਓ, ਹੁਮ ਹੁਮ ਆ ਕੇ ਪਹੁੰਚੋ, ਅਤੇ ਬਹੁਤ ਜ਼ਿਆਦਾ ਪਿਆਰ ਦਿਓ। ਥੈਂਕ ਯੂ ਸੋ ਮਚ। ਤਨੋਰ ਭਾਅ ਜੀ ਕੀ ਹਾਲ ਚਾਲ? ਵਧੀਆ ਬਾਈ, ਤੂੰ ਦੱਸ। ਜਿਹੜੀ ਆਪਾਂ ਗੱਲ ਕਰਦੇ ਸੀ ਨਾ, ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ, ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂੰਗਾ, ਲੱਗ ਗਿਆ। ਸੱਚੀ ਕਿਵੇਂ ਲੱਗੀ ਫਿਲਮ ਬਾਈ, ਤੂੰ ਦੱਸ। ਫਿਲਮ ਸੱਚੀ ਬਹੁਤ ਅੱਛੀ ਲੱਗੀ ਹੈ। ਜਿਹੜੀ ਆਪਾਂ ਕੈਮਰੇ 'ਤੇ ਕਹਿ ਰਹੇ, ਮੈਨੂੰ ਜਿਹੜੀ ਚੀਜ਼ ਦੀ ਕਮੀ ਲੱਗੀ, ਮੈਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਮਿਊਜ਼ਿਕ ਦੀ ਕਮੀ ਲੱਗੀ, ਮੇਰਾ ਪਰਸਨਲ ਐਕਸਪੀਰੀਅੰਸ। ਬੈਕਗਰਾਊਂਡ ਮਿਊਜ਼ਿਕ ਸਾਡਾ ਬਹੁਤ ਬਹੁਤ ਅੱਛਾ ਹੈ ਫਿਲਮ ਦਾ, ਅਤੇ ਦੱਸਾਂ ਕੀ ਇਹ ਇਸ ਸਿਨੇਮਾ ਦੀ ਜਿਹੜੀ ਬੈਕਗਰਾਊਂਡ ਦੀ ਜਿਹੜੀ ਸਾਊਂਡ ਹੈ ਇੱਥੇ, ਉਹ ਥੋੜ੍ਹੀ ਜਿਹੀ ਮਾੜੀ ਹੈ। ਇਹ ਵੀ ਹੋ, ਹਾਂ ਤੁਸੀਂ ਕਲੀਅਰ ਕਰ, ਮਾੜੀ ਹੈ ਅਸੀਂ ਸਿਨੇਮੇ, ਅਸੀਂ ਤਾਂ ਉਦੋਂ ਹੀ ਨੋਟਿਸ ਕਰਾਂ ਕਿਉਂਕਿ ਅਸੀਂ ਐਡੀਟਿੰਗ 'ਚ ਦੇਖੀ ਹੋਈ ਹੈ ਫਿਲਮ, ਜੋ ਅਸੀਂ ਦੇਖੀ ਹੈ ਫਿਲਮ, ਇਹ ਜਿਹੜੀ ਇਸ ਸਿਨੇਮਾ ਦੀ ਸਾਊਂਡ ਕੁਆਲਿਟੀ ਅੱਛੀ ਨਹੀਂ ਗਈ, ਇਹੀ ਪ੍ਰੋਬਲਮ ਹੈ। ਜਦੋਂ ਪਤਾ ਸੀ ਵੀ ਐਂਟਰੀ ਹੋਣ ਵਾਲੀ ਹੈ, ਨਰਵਸ ਤਾਂ ਹੋਊਂਗੇ ਨਾ ਕਿਤੇ ਕਿਤੇ ਵੀ ਕਿੰਨੇ ਲੋਕਾਂ ਨੇ ਮੈਨੂੰ ਦੇਖਣਾ? ਖੁਸ਼ੀ ਸੀਗੀ, ਨਰਵਸ ਨਹੀਂ ਸੀ, ਸਾਰਾ ਕੁਝ ਸੀਗਾ, ਸਾਰੇ ਇਮੋਸ਼ਨਸ ਸੀਗੇ। ਜਦੋਂ ਇਫੈਕਟ ਕਰਦੇ ਹੋ, ਜਦੋਂ ਤੁਸੀਂ ਸ਼ਰਟ ਜੀ ਲਾਈ, ਮੈਂ ਕਿਹਾ ਜੇ ਕਿਤੇ ਬਿਕਰਮ ਸਰ ਵੀ ਲੈ ਲੈਣ, ਮੇਰਾ ਸਵਾਦ ਆ ਜਾਵੇ ਉਹਨਾਂ ਦੀ ਲਵਾਈ ਕਿਉਂ? ਤੁਸੀਂ ਉਹਨਾਂ ਨੂੰ ਪੁੱਛੋ। ਅੱਛਾ ਸੀਗੀ, ਮੈਂ ਲੱਗੇ ਪਤਾ ਨਹੀਂ ਫਾਈਟ ਸੀਕੁਐਂਸ ਦਾ, ਮੈਂ ਪੁੱਛੂਗਾ ਉਹਨਾਂ ਕੋਲ। ਪੁੱਛੋ ਉਹਨਾਂ ਨੂੰ, ਮੈਂ ਨਹੀਂ ਕੁਛ ਕਹਿਣਾ, ਉਹਨਾਂ ਨੂੰ ਪੁੱਛਿਆ। ਅਤੇ ਹੁਣ ਜਦੋਂ ਲੋਕ ਮਿਲ ਰਹੇ ਆ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ, ਕੀ ਹੁੰਦਾ? ਰੱਬ ਦਾ ਸ਼ੁਕਰ ਨਿਕਲਦਾ ਦਿਲ ਚੋਂ? ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ, ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ, ਅਤੇ ਮੈਂ ਤਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਸ਼ੁਕਰ ਗੁਜ਼ਾਰ ਹਾਂ, ਆਪਣੀ ਮੋਮ ਅਤੇ ਡੈਡ ਨੂੰ ਵੀ ਥੈਂਕ ਯੂ ਜੀ, ਮੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਤੁਸੀਂ, ਅਤੇ ਮੈਨੂੰ ਇੱਥੇ ਲੈ ਕੇ ਆਏ, ਇਸ ਮੁਕਾਮ 'ਤੇ ਖੜਾ ਕੀਤਾ ਮੈਨੂੰ, ਅਤੇ ਬਾਕੀ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਕਿ ਆਡੀਅੰਸ ਨੂੰ ਆਪਣੀ ਫਿਲਮ ਵਧੀਆ ਲੱਗੀ, ਅਤੇ ਮੈਂ ਤਾਂ ਕਹਿੰਦਾ ਵੀ 25 ਨਵੰਬਰ ਨੂੰ ਪਲੀਜ਼ ਵੀ ਦੇਖਿਓ ਸਾਡੀ ਫਿਲਮ। ਜ਼ਿੰਦਗੀ ਦਾ ਬਹੁਤ ਵੱਡਾ ਦਿਨ ਆ, ਅਸੀਂ ਜ਼ਿਆਦਾ ਟਾਈਮ ਨਹੀਂ ਲੈਣਾ, ਅਤੇ ਮੁਬਾਰਕਾਂ ਬਹੁਤ ਬਹੁਤ, ਅਤੇ ਹੁਣ ਇਹ ਗੱਡੀ ਇੱਥੇ ਰੁਕਣੀ ਨਹੀਂ ਚਾਹੀਦੀ, ਇਹ ਚੜ੍ਹਾਈਆਂ ਉੱਪਰ ਨੂੰ ਚੜ੍ਹਦੀਆਂ। ਕਿਵੇਂ ਲੱਗੀ ਐਕਟਿੰਗ ਬਾਈ, ਤੂੰ ਦੱਸ? ਸੱਚੀ ਬਹੁਤ ਵਧੀਆ ਲੱਗੀ, ਅਸੀਂ ਜਦੋਂ ਚੱਲ ਰਹੀ ਸੀ ਨਾ ਫਿਲਮ, ਉਦੋਂ ਹੀ ਡਿਸਕਸ ਕਰ ਰਹੇ ਸੀ ਵੀ ਇੱਕ ਹੁੰਦੀ ਨਾ ਵੀ ਸਕਰੀਨ 'ਤੇ ਲੁੱਕ ਬੰਦੇ ਦੀ, ਪਹਿਲਾ ਸਵਾਲ ਹੁੰਦਾ ਵੀ ਸਕਰੀਨ 'ਤੇ ਬੰਦਾ ਜੱਚ ਰਿਹਾ, ਮਤਲਬ ਬਿੱਲੇ ਭਾਈ ਦੇ ਪੈਰਲਲ ਸੀ, ਅਸੀਂ ਇਹ ਨਹੀਂ ਕਹਿ, ਇਹ ਗੱਲ ਕੋਈ ਨਹੀਂ ਕਹੂਗਾ ਫਿਲਮ ਦੇਖ ਕੇ ਕਿ ਵੀ ਇਹ ਸੈਕੰਡ ਲੀਡ ਆ ਜਾਂ ਲੀਡ ਆ, ਪੈਰਲਲ ਕਰੈਕਟਰਸ ਦਾ ਉਹ ਡਾਇਰੈਕਟਰ ਦੇ ਹਿੱਸੇ ਵੀ ਜਾਂਦੀ ਜੀ। ਹਾਂਜੀ ਹਾਂਜੀ, ਤਾਂ ਡਾਇਰੈਕਟਰ ਸਾਹਿਬ ਦੀ ਤਾਰੀਫ ਆ ਵੀ ਦੋਨਾਂ ਨੂੰ, ਆਏ ਨਹੀਂ ਵੀ ਇੱਕ ਬੰਦੇ ਨੂੰ ਜ਼ਿਆਦਾ ਚੱਕਦਾ ਜਾਂ ਕਿਸੇ ਨੂੰ ਚੱਕਦਾ, ਦੋਨੇ ਇਕੁਅਲ ਸੀਗੇ, ਅਤੇ ਉਹ ਮਤਲਬ ਵੀ, ਅਤੇ ਸਾਡੀ ਦੋਨਾਂ ਦੀ ਮਤਲਬ ਕੈਮਿਸਟਰੀ ਵੀ ਬਹੁਤ ਵਧੀਆ ਲੱਗੀ ਮੈਨੂੰ ਆਪ ਇੰਨੀ ਵਾਰ ਜਿਵੇਂ ਸਾਰਾ ਕੁਝ ਦੇਖ ਕੇ, ਅਤੇ ਮਤਲਬ ਕਹਿੰਦਾ ਵਾਹਿਗੁਰੂ ਦੀ ਮਿਹਰ ਆ ਜੀ ਦੀ, ਇੰਨੀ ਵਧੀਆ ਫਿਲਮ ਬਣ ਗਈ ਜੀ। ਠੀਕ ਆ ਬਾਈ, ਥੈਂਕ ਯੂ ਸੋ ਮਚ, ਮੁਬਾਰਕ ਇੱਕ ਵਾਰੀ। ਤੁਹਾਨੂੰ ਦੇਖ ਕੇ ਆਏ ਆਪਾਂ ਸਾਰੇ, ਜੀ ਪਰਸੋਂ ਹੋਣੀ ਸੋ ਫੀਲਿੰਗ ਕਿਵੇਂ ਦੀ ਹੈ ਜੀ? ਚਾਰ ਕਾਸਟ ਨੇ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਨੇ ਫਿਲਮ ਬਾਰੇ? ਦੇਖੋ ਜੀ, ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ, ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ, ਅਤੇ ਮੇਰੇ ਨਾਲ ਜੋ ਮੇਰੇ ਦੋਸਤ ਮਿੱਤਰ ਆਏ, ਅਤੇ ਬਹੁਤ ਵਧੀਆ ਫਿਲਮ ਬਣਾਈ ਡਾਕਟਰ ਸਾਹਿਬ ਦੀ, ਅਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ। ਰੀਜ਼ਨ ਕੀ, ਇੱਕ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ 'ਤੇ ਫਿਲਮ ਬਣਾਈ ਹੈ, ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ, ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ, ਅਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ। ਬਸ ਬਹੁਤ ਜ਼ਿਆਦਾ ਖੁਸ਼ੀ, ਇਮੋਸ਼ਨਲ ਵੀ ਕਿਉਂਕਿ ਫਿਲਮ ਦੇਖ ਲਈ, ਅਤੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੁਣ, ਮਤਲਬ ਇੱਕ ਹਾਈ ਨਹੀਂ ਹੁੰਦਾ ਬੰਦੇ ਨੂੰ, ਉਹ ਹੋ ਰਿਹਾ, ਨੈਚੁਰਲ ਹਾਈ ਹੋ ਰਿਹਾ ਮੈਨੂੰ। ਜੰਗ ਬਹਾਦਰ ਸਾਹਿਬ, ਹਾਂਜੀ, ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਅਸੀਂ ਜਿੰਨੀ ਮਿਹਨਤ ਕਰਨੀ ਸੀ ਜਾਂ ਫਿਲਮ ਜੇ ਅਸੀਂ ਡਾਇਰੈਕਟਰ ਸਾਹਿਬ ਨੇ ਬਣਾਉਣੀ ਸੀ ਜਾਂ ਪ੍ਰੋਡਿਊਸਰ ਸਾਹਿਬ ਨੇ ਜਿੰਨਾ ਖਰਚਾ ਕਰਕੇ ਇੰਨਾ ਵਧੀਆ ਸਿਨੇਮਾ ਬਣਾਇਆ, ਇਹ ਹੁਣ ਤੁਸੀਂ ਦੇਖ ਲਿਆ, ਹੁਣ ਤੁਸੀਂ ਇਹਦੇ ਬਾਰੇ ਦੱਸੋ, ਜਾਂ ਪ੍ਰੈਸ 'ਚ ਲਿਖੋ, ਜਾਂ ਸਵੇਰੇ ਅਖਬਾਰਾਂ 'ਚ ਕਹੋ, ਜਾਂ ਟੀਵੀ 'ਤੇ ਦਿਖਾਓ, ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ? ਬਿਲਕੁਲ, ਅਸੀਂ ਨੇ ਮਿਹਨਤ ਕੀਤੀ ਹੈ, ਤੁਸੀਂ ਅੱਜ ਸਾਰਾ ਪ੍ਰੈਸ ਮੀਡੀਆ ਹੈ, ਤੁਸੀਂ ਨੇ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਚੰਗਾ ਦੱਸਿਓ, ਜੇ ਮਾੜੀ ਲੱਗੀ ਤਾਂ ਮਾੜੀ ਦੱਸਿਓ, ਪਰ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਹੀ ਲੱਗੀ ਹੋਣੀ ਹੈ। ਅਤੇ ਜਿਹੜਾ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ, ਚਾਹੇ ਬੈਕਗਰਾਊਂਡ ਹੋਣ, ਡਾਇਰੈਕਸ਼ਨ ਟੀਮ ਹੋਵੇ, ਟੈਕਨੀਕਲ ਹੋਵੇ, ਉਹਨਾਂ
ਨਾਲ ਲੋਕਾਂ ਨੂੰ 25 ਤਰੀਕ ਤੱਕ ਲੋਕ ਸਿਨੇਮਾ 'ਚ ਆਉਣ, ਸਾਡੀ ਫਿਲਮ ਦੇਖਣ। ਬਸ ਇਹੀ ਆ, ਸਾਡੇ ਸਾਰਿਆਂ ਨੂੰ ਮਿਹਨਤ ਸਫਲ ਹੋਵੇ। ਰਵਨੀਤ ਭਾਈ, ਸਾਨੂੰ ਤੁਹਾਡੇ ਰਿਵਿਊ ਚਾਹੀਦੇ ਨੇ ਜੀ। ਹਾਂਜੀ ਹਾਂਜੀ, ਦੱਸੋ। ਅਭੀ ਮੈਂ ਫਿਲਮ ਦਾ ਹਿੱਸਾ ਨਹੀਂ ਹਾਂ, ਪਰ ਮੈਂ ਇਹਨਾਂ ਦਾ ਪਰਿਵਾਰਕ ਹਿੱਸਾ ਸਾਰਿਆਂ ਦਾ। ਸਾਜੀ ਕੁਲਵਿੰਦਰ ਔਰ ਸਨਰੋਜ਼ ਭਾਈ ਨਾਲ ਮੁਲਾਕਾਤ ਹੋਈ, ਸਾਨੂੰ ਤੁਸੀਂ ਵੇਖ ਵੇਖ ਵੱਡੇ ਹੋਏ ਹਾਂ, ਭਾਵਨਾ ਹੋ ਗਏ। ਸੋ ਗੁੱਗੂ ਗਿੱਲ ਸਾਹਿਬ ਜਿਹੜੇ ਥੰਮ ਨੇ, ਸੋ ਬਹੁਤ ਵਧੀਆ, ਇੱਕ ਮੀਨਿੰਗਫੁਲ ਸਿਨੇਮਾ। ਤੁਹਾਡੀ ਵੋਟ ਦੀ ਕੀ ਵੈਲਿਊ ਹੈ ਉਹ ਵੀ ਤੁਹਾਨੂੰ ਪਤਾ ਲੱਗੂ ਕਿ ਡੌਰੀ ਸਿਸਟਮ ਦੀ ਗੱਲ ਹੋਈ ਹੈ, ਨਸ਼ੇ ਦੇ ਖਿਲਾਫ ਗੱਲ ਹੋਈ ਹੈ। ਸੋ ਇੱਕ ਪਰਿਵਾਰ ਬਹਿ ਕੇ ਫਿਲਮ ਦੇਖੂਗਾ ਔਰ ਨੌਜਵਾਨ ਪੀੜ੍ਹੀ ਜ਼ਰੂਰ ਇੱਥੋਂ ਕੁਛ ਨਾ ਕੁਛ ਸਿੱਖੂਗੀ। ਸੋ ਜ਼ਰੂਰ ਹੱਥ ਬੰਨ ਕੇ ਬੇਨਤੀ ਹੈ, ਪਰਿਵਾਰ ਜ਼ਰੂਰ ਆਉਣ। ਕਿੱਦਾਂ ਦੀ ਫਿਲਮ ਲੱਗੀ ਬਾਕੀ ਤੁਸੀਂ ਦੱਸ ਦੇਣਾ ਜੀ। ਡਾਇਰੈਕਟਰ ਸਾਹਿਬ, ਹਾਂਜੀ ਹਾਂਜੀ ਹਾਂਜੀ, ਸੁੱਖੀ ਸਾਹਿਬ, ਕੈਪਟਨ ਆਫ ਦਾ ਸ਼ਿਪ। ਕਿਵੇਂ ਜੀ ਫੀਲਿੰਗ ਹੈ ਸਰ ਤੁਹਾਡੇ ਵੱਲੋਂ, ਜਦੋਂ ਵੀ ਸਿਨੇਮਾ ਬਣਾਇਆ ਜਾਂਦਾ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਸੋ ਹੁਣ ਸਾਰੀ ਟੀਮ ਨੇ ਦੇਖੀ, ਤੁਹਾਡੇ ਦੋਸਤਾਂ ਮਿੱਤਰਾਂ ਨੇ, ਕਿਹੜੇ ਕਿਹੜੇ ਕੰਪਲੀਮੈਂਟ ਤੁਹਾਨੂੰ ਮਿਲੇ ਨੇ ਹੁਣ? ਦੇਖੋ, ਕੰਪਲੀਮੈਂਟ ਤਾਂ ਹੁਣ 25 ਤਰੀਕ ਤੋਂ ਲੋਕ ਦੇਣਗੇ। ਮੈਂ ਤਾਂ ਤੁਹਾਡੇ ਮੀਡੀਆ ਦੇ ਥਰੂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਜੇ ਤੁਹਾਨੂੰ ਫਿਲਮ ਵਧੀਆ ਲੱਗੀ ਆ ਤਾਂ ਇਹ ਇਮਾਨਦਾਰੀ ਦੇ ਨਾਲ ਮੈਸੇਜ ਸਾਰੇ ਲੋਕਾਂ ਨੂੰ ਪਹੁੰਚਾਓ ਕਿ ਆਪਾਂ ਵਾਕਈ ਚਾਹੁੰਦੇ ਹਾਂ ਵੀ ਪੰਜਾਬੀ ਸਿਨੇਮਾ ਨੈਕਸਟ ਲੈਵਲ 'ਤੇ ਜਾਵੇ, ਪੰਜਾਬੀ ਸਿਨੇਮਾ ਟੈਕਨੀਕਲੀ ਸਕ੍ਰਿਪਟ ਵਾਈਜ਼ ਗਰੋ ਕਰੇ। ਤਾਂ ਤੁਸੀਂ ਸਾਰੇ ਜਾਣੇ ਲੋਕਾਂ ਨੂੰ ਅਪੀਲ ਕਰੋ ਕਿ 25 ਤਰੀਕ ਨੂੰ ਆਉਣ ਸਾਡੇ ਨਿਸ਼ਾਨੇ ਨੂੰ, ਅਗਰ ਉਹ ਸਕਸੈਸ ਕਰਦੇ ਤਾਂ ਅੱਗੇ ਅਗਲਾ ਨਿਸ਼ਾਨਾ ਇੱਦੋਂ ਵੀ ਵੱਡਾ ਲਾਵਾਂ। ਨਸ਼ਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ, ਪੰਜਾਬ 'ਚ ਹੋਰ ਕਿਹੜੇ ਕਿਹੜੇ ਐਸੇ ਮੁੱਦੇ ਹੈ ਜਿੱਥੇ ਲੱਗਦਾ ਹੈ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ? ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ, ਬਹੁਤ ਮੁੱਦੇ ਨੇ, ਇਕੱਲਾ ਮੁੱਦਾ ਪਰ ਇਸ ਫਿਲਮ ਦੇ ਵਿੱਚ ਆਪਾਂ ਦੇਖਿਆ ਗਿਆ ਕਿ ਜੋ ਅਸੀਂ ਜਿਹੜੇ ਹੈਗੇ ਹਾਂ ਉਹ ਬੇਰੁਜ਼ਗਾਰਾਂਗੇ, ਅਤੇ ਇਹਦੇ ਵਿੱਚ ਡੋਰੀ ਦੀ ਵੀ ਗੱਲ ਕੀਤੀ ਗਈ ਹੈ, ਨਸ਼ਿਆਂ ਦੀ ਵੀ ਗੱਲ ਕੀਤੀ ਗਈ ਹੈ, ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਹੈ। ਕਈ ਹਾਂ ਕਈ ਤਰ੍ਹਾਂ ਦੇ ਮੁੱਦੇ ਹੈਗੇ ਨੇ ਜੋ ਤੁਸੀਂ ਨੇ ਤਾਂ ਫਿਲਮ ਦੇਖੀ ਹੈ, ਤੁਹਾਨੂੰ ਤਾਂ ਪਤਾ ਹੈ ਇਹ ਮੈਸੇਜ ਤੁਸੀਂ ਨੇ ਦੱਸਣਾ ਆਡੀਅੰਸ ਨੂੰ ਕਿ 25 ਨਵੰਬਰ ਨੂੰ ਕਿਉਂ ਫਿਲਮ ਦੇਖਣੀ ਹੈ, ਕਿਉਂ ਫਿਲਮ ਦੇਖਣੀ ਹੈ, ਕਿਉਂਕਿ ਇਸ ਫਿਲਮ ਦੇ ਵਿੱਚ ਉਹ ਮੁੱਦਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਗੱਲਾਂ ਕਰਦੇ ਹਾਂ ਕਿ ਆਹ ਮੁੱਦਿਆਂ ਨਾਲ ਅਸੀਂ ਜੂਝ ਰਹੇ ਹਾਂ, ਅਤੇ ਇੰਟਰਟੇਨਮੈਂਟ ਵੀ ਹੈ। ਤੁਸੀਂ ਨੇ ਐਕਸ਼ਨ ਦੇਖਿਆ ਫਸਟ ਟਾਈਮ ਪੰਜਾਬੀ ਸਿਨੇਮੇ ਦੇ ਵਿੱਚ, ਮੈਂ ਤਾਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨਹੀਂ ਹੈ, ਪਰ ਡਾਇਰੈਕਟਰ ਸਾਹਿਬ ਨੇ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਬੜੀ ਮਿਹਨਤ ਨਾਲ ਸਾਊਥ ਦੇ ਆਰਟਿਸਟ ਜੋ ਐਕਸ਼ਨ ਦੇ ਕਮਾਲ ਦੇ ਬਾ ਕਮਾਲ ਦਾ, ਸਾਨੂੰ ਮੈਨੂੰ ਵੀ ਇਹ ਲੱਗਦਾ ਹੁੰਦਾ ਜਦੋਂ ਮੈਂ ਸਾਊਥ ਦੀਆਂ ਫਿਲਮਾਂ ਦੇਖਦਾ ਸੀਗਾ ਵੀ ਕਿਸੇ ਨੂੰ ਮੁੱਕੀ ਮਾਰ ਕੇ ਬੰਦਾ ਕਿਵੇਂ ਡਰ ਰਿਹਾ, ਪਰ ਉਹ ਅਸੀਂ ਮੈਂ ਖੁਦ ਆਪਣੇ ਆਪ ਅਜਮਾ ਕੇ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ। ਤੁਹਾਡੇ ਸਾਰਿਆਂ ਨੂੰ ਤੁਸੀਂ ਮੈਨੂੰ ਦੱਸੋ ਫਿਲਮ ਕਿਵੇਂ ਲੱਗੀ ਹੈ ਤੁਹਾਡੇ? ਯਾ ਥੈਂਕ ਯੂ। ਤੁਸੀਂ ਸਾਰਿਆਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਡ੍ਰੀਮ ਕਮ ਟਰੂ ਮੂਮੈਂਟ ਹੈ ਮੇਰੇ ਲਈ, ਮੈਨੂੰ ਯਕੀਨ ਨਹੀਂ ਹੋ ਰਿਹਾ ਆਪਣੇ ਆਪ ਨੂੰ ਬਿਗ ਸਕਰੀਨ 'ਤੇ ਦੇਖਣਾ, ਕਦੋਂ ਦਾ ਸੁਪਨਾ ਸੀਗਾ, ਕੋਵਿਡ ਕਾਰਨ ਸਲੋ ਹੋ ਗਿਆ, ਬਟ ਫਾਈਨਲੀ ਸਫ਼ਰ ਕਾ ਫਲ ਮਿੱਠਾ ਹੁੰਦਾ ਹੈ, ਅੱਜ ਉਹ ਦੇਖ ਮਿਲੀ ਚੀਜ਼। ਅਤੇ ਪੰਜਾਬ ਦੀ ਰੀਅਲ ਪਿਕਚਰ ਡਿਪਿਕਟ ਹੋਈ ਹੈ ਨਾ, ਕਾਫੀ ਇੰਪੋਰਟੈਂਟ ਇਸ਼ੂਜ ਕਵਰ ਹੋਏ ਹੈ। ਸੋ ਆਈ ਵਿਲ ਰਿਕੁਐਸਟ ਆਡੀਅੰਸ ਐਂਡ ਮੀਡੀਆ ਕਿ ਅਵੇਅਰਨੈਸ ਕ੍ਰੀਏਟ ਕਰੋ, ਵਧੀਆ ਚੀਜ਼ਾਂ ਨੂੰ ਪ੍ਰਮੋਟ ਕਰੋ ਤਾਂ ਕਿ ਸਾਡੀ ਫਿਲਮ ਸਪੋਰਟ ਕਰ ਸਕੇ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਨਿਸ਼ਾਨਾ 25 ਨਵੰਬਰ ਨੂੰ ਸਾਰੇ ਜਣੇ ਦੇ ਕੇ ਬੜੀ ਕਰ ਤੁਮਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਹੋ ਸਤਿ ਸ਼੍ਰੀ ਅਕਾਲ। ਦੇਖੋ ਜੀ, ਨਿਸ਼ਾਨਾ ਦੀ ਗੱਲ ਕਰਦੇ ਹਾਂ ਕਿ ਨਿਸ਼ਾਨੇ ਦਾ ਅੱਜ ਸਾਡਾ ਫਿਲਮ ਦਾ ਪ੍ਰੀਮੀਅਰ ਹੈ। ਸਾਰਾ ਮੀਡੀਆ ਦਾ ਪਹਿਲਾਂ ਥੈਂਕਸ ਕਰਦੇ ਹਾਂ ਤੁਸੀਂ ਸਾਰੇ ਪਹੁੰਚੇ ਹੋ, ਕਿ ਆਪਾਂ ਸਾਰੇ ਐਕਸਾਈਟਡ ਹਾਂ ਕਿ ਫਿਲਮ ਦੇਖਣ ਜਾ ਰਹੇ ਹਾਂ, ਕਿ ਹੁਣ ਆਪਾਂ ਆਫਟਰ ਫਿਲਮ ਦੇਖਣ ਤੋਂ ਬਾਅਦ ਆਪਾਂ ਤੁਹਾਡੇ ਵੀ ਰਿਵਿਊਜ਼ ਲਵਾਂਗੇ, ਅਤੇ ਅਸੀਂ ਵੀ ਦੱਸਾਂਗੇ ਅਸੀਂ ਆਪਣੀ ਜੋ ਮਿਹਨਤ ਕੀਤੀ ਹੈ ਉਹਦੇ 'ਤੇ ਅਸੀਂ ਖਰੇ ਉਤਰੇ ਹਾਂ ਜਾਂ ਨਹੀਂ ਉਤਰੇ। ਬਾਕੀ ਸਾਡੇ ਡਾਇਰੈਕਟਰ ਸਾਹਿਬ ਅੱਜ ਨਾਲ ਨੇ, ਇਹਨਾਂ ਨੇ ਸਾਨੂੰ ਬੜੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਡੀ ਇਸ ਫਿਲਮ ਦੇ ਲਈ ਸਾਡੇ ਤੋਂ ਕੋਸ਼ਿਸ਼ ਕਰੀ ਅਸੀਂ ਨੇ ਵਧੀਆ ਬਣਾਉਣ ਦੀ, ਅਤੇ 25 ਨਵੰਬਰ ਨੂੰ ਜਾਣੀ ਕਿ ਪਰਸੋਂ ਰਿਲੀਜ਼ ਹੋ ਰਹੀ ਹੈ। ਅਤੇ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਸ ਮਿਹਨਤ ਦਾ ਫਲ 25 ਨਵੰਬਰ ਨੂੰ ਤੁਸੀਂ ਜ਼ਰੂਰ ਦਿਓ ਜੋ ਤੁਹਾਨੂੰ ਫਿਲਮ ਵਧੀਆ ਲੱਗੀ। ਐਂ ਲਾ ਸਾਨੂੰ ਲੱਗਦਾ ਕਿ ਨਿਸ਼ਾਨਾ ਸਾਡਾ ਫੁੱਲ ਵੱਡਾ ਫੁੱਲ ਲੱਗਣਾ ਹੀ ਲੱਗਣਾ। ਇਹ ਗੱਲਾਂ ਆਪਾਂ ਮੈਨੂੰ ਲੱਗਦਾ ਵੀ ਤੁਹਾਨੂੰ ਪਤਾ ਹੀ ਹੈ, ਆਫਟਰ ਜਦੋਂ ਆਪਾਂ ਫਿਲਮ ਦੇਖ ਕੇ ਆਵਾਂਗੇ ਆਪਣੇ ਕੋਲ ਤੁਸੀਂ ਸਾਰੇ ਆਪਾਂ ਇਕੱਠੇ ਹੀ ਹੋਵਾਂਗੇ, ਬਹੁਤ ਸਾਰੀਆਂ ਗੱਲਾਂ ਕਰਾਂਗੇ। ਫਿਲਹਾਲ ਆਪਾਂ ਸਾਡਾ ਤੁਸੀਂ ਪੁੱਛੋ ਵੀ ਕਿੰਨੀ ਐਕਸਾਈਟਮੈਂਟ ਹੈ, ਡਰ ਹੈ। ਹਾਂਜੀ ਬਿਲਕੁਲ ਜੀ, ਮੇਰਾ ਗਾਣਾ ਹੈਗਾ ਉਹ ਵੀ ਤੁਸੀਂ ਦੇਖੋ ਨਜ਼ਾਰਾ ਲੈਣਾ ਮੈਂ। ਹਾਜ਼ਰੀ ਹੈਗੀ ਜੀ, ਲਵਾਈ ਹੈ ਇਹਨਾਂ ਨੇ ਧੰਜਲ ਸਾਹਿਬ ਨੇ, ਅਤੇ ਬਹੁਤ ਮੈਨੂੰ ਖੁਸ਼ੀ ਹੋਈ ਹੈ। ਮੈਂ ਪਰਮਿੰਦਰ ਬਿੱਲਾ ਜੀ ਸਨਰੋਜ਼ ਅਤੇ ਨਵੀਆਂ ਹੀਰੋਇਨਾਂ ਦਾ ਕੰਮ ਕਰ ਰਿਹਾ, ਧੰਜਲ ਸਾਹਿਬ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਡੇ ਤੋਂ, ਰਾਜੀਵ ਮਹਿਰਾ ਸਾਡੀ ਜੋੜੀ ਹੈ ਇਹਦੇ ਵਿੱਚ, ਅਤੇ ਬਹੁਤ ਮਜ਼ਾ ਆਊਗਾ। ਬਸ ਨਿਸ਼ਾਨਾ ਤੁਸੀਂ ਮਤਲਬ ਮਜ਼ਾ ਆਜੂਗਾ ਫਿਲਮ ਦੇਖ, ਸਭ ਕੁਛ ਹੈਗਾ ਮਤਲਬ, ਪੂਰੀ ਪਟਾਰੀ ਹੈ, ਆਹ ਵੀ ਲਓ, ਆਹ ਵੀ ਲਓ, ਆਹ ਵੀ ਲਓ, ਸਾਰਾ ਮਾਮਲਾ। ਪੰਜਾਬ 'ਚ ਮੇਰੀ ਦੂਸਰੀ ਫਿਲਮ ਹੈ, ਲੇਕਿਨ ਜਿੰਦਰ ਸਾਹਿਬ ਨਾਲ ਕੰਮ ਕਰਕੇ ਚੀਜ਼ਾਂ ਮਜ਼ਾ ਆਇਆ, ਕਿਉਂਕਿ ਹੁਣ ਸਿਨੇਮਾ ਕਰਨ ਨੂੰ ਮਿਲੇ, ਸਿਨੇਮਾ ਅਤੇ ਫਿਲਮ ਦੇ ਵਿੱਚ ਬਹੁਤ ਫਰਕ ਹੈਗਾ, ਕਿਉਂਕਿ ਉਹ
कॉम्पिटिशन खैर मेरा डेब्यू है इसलिए मैं पूरी तैयारी हर चीज़ पूरी तैयारी करने की कोशिश की है। बाकी जिमें एक स्कूल का बच्चा एग्जाम देन जाता है जिमें असं एग्जाम देन जाते होंगे सी 10th 11th 12th ओवे दी यार बटरफ्लाई इन माई स्टमक्स की किवें का रिस्पोंस आएगा। अपने वालों सब ने बहुत मेहनत की है सर ने बहुत कुछ सिखाया तो अज फाइनली वो डे आ गया जिद सारे मेहनत कर रहे थे फिंगर क्रॉस लेट्स सी व्हाट हैपेंस। यस यस बिल्कुल बिल्कुल ये तो बात तो सुने हुण क्यों सुनने हैं सारी फिल्म देखने लई पूरे रेडी आगे साडे सनी साहब सारे वर्ल्ड ਚਿੱਟਾ ਸੂਟ ਕਿਹਦਾ ਕਿੰਨੇ ਮੈਂ ਡਿਜ਼ਾਈਨ ਕੀਤਾ ਸੀ ਉਹ ਗਾਣੇ 'ਚ ਪਾਇਆ ਜਿਹੜਾ ਇੱਥੇ ਫੁੱਲ ਜਿਹਾ ਬਣਿਆ ਉੱਪਰ ਪਲੇਨ ਕਿਹੜਾ ਚਿੱਟਾ ਸੂਟ ਗਾਣੇ ਦੇ ਵਿੱਚ ਪਤਾ ਤੁਸੀਂ ਨਹੀਂ ਨਹੀਂ ਮੈਂ ਨਹੀਂ ਪਾਇਆ ਚਿੱਟਾ ਸੂਟ ਨਹੀਂ ਪਾਇਆ ਨਾ ਸੂਟ ਡਿਜ਼ਾਈਨਰ ਦੱਸੋ ਕੌਣ ਆ ਤੁਹਾਡੀ ਮੂਵੀ ਦਾ ਸਾਡੀ ਫਿਲਮ ਦੇ ਡਿਜ਼ਾਈਨਰ ਜਿਨ੍ਹਾਂ ਨੇ ਗਾਣੇ ਡਿਜ਼ਾਈਨ ਦੇ ਕੱਪੜੇ ਡਿਜ਼ਾਈਨ ਕੀਤੇ ਆ ਉਹ ਹੈਗੇ ਆ ਮੈਮ ਲੁਧਿਆਣਾ ਤੋਂ ਉਹਨਾਂ ਨੇ ਮਨੀਸ਼ ਮਲਹੋਤਰਾ ਨੂੰ ਅਸਿਸਟ ਕੀਤਾ ਹੋਇਆ ਮੈਂ ਸੋਰੀ ਉਹਨਾਂ ਦਾ ਨਾਮ ਭੁੱਲ ਗਈ ਹਾਂ ਬਟ ਬਹੁਤ ਵਧੀਆ ਡਿਜ਼ਾਈਨਰ ਨੇ ਔਰ ਜਿਹੜਾ ਫਿਲਮ ਦਾ ਡਿਜ਼ਾਈਨ ਉਹ ਨਵੀਨ ਕਰਕੇ ਕੋਈ ਮੁੰਡਾ ਉਹਨੇ ਕੀਤਾ ਐਂਟਰੀ ਬੜੀ ਖਤਰਨਾਕ ਕਰਾਈ ਉਹਨਾਂ ਨੇ ਐਂ ਆ ਜੀ ਐਂ ਆ ਐਕਸ਼ਨ ਹੀਰੋਇਨ ਇਦਾਂ ਹੀ ਹੁੰਦੀ ਆ ਲੱਤਾਂ ਹੀ ਚੱਕ ਕੇ ਮਾਰੀਆਂ ਉਹਦੇ ਸਵਾਦ ਜੇ ਉਹ ਕਿੰਨੇ ਟੇਕਾਂ 'ਚ ਕੀਤਾ ਸਹੀ ਸਹੀ ਆਈ ਥਿੰਕ ਦੋ ਤਿੰਨ ਟੇਕਸ ਹੋ ਗਿਆ ਸੀਗਾ ਹੁਣ ਸਭ ਤੋਂ ਦਾ ਸਵਾਦ ਹੀ ਉਸ ਚੀਜ਼ हाँ बिल्कुल मजा आता विलन कुट के तो वैसे ही स्वाद बड़ा आता वा अपने आप स्क्रीन पर देख के अपने आप स्क्रीन पर देख के मैं तो सिर्फ सच्ची दसा मैं अपन मिसटेक्स देख रही थी मैं कुछ होर नहीं देख रही थी कि मैं बहुत सोहनी लग रही हाँ ये लग रही वो लग रही मैं देखने असी है असी है अपनिया गलतियां देख रही थी कि मैं कुछ होर वधिया कर सकती सी इतने मैं कुछ इदा कर सकती गलती लभी वैसे तुम ए थोड़ी दस देना तैन सची सानू तो फादर साहब ना सीन सी मैं होर इनवॉल्वमेंट ना कर सकती सी कुछ ना कुछ मतलब मैं लगता कि मैं होर इनवॉल्व होकर कर सकती सी मैनूं ऐ लगा कि थोड़ा जिहा मैं मिस कर गई कितने थोड़ा बहुत ज्यादा नहीं मिस कर गई वैसे वधिया गल है तुसीं जल्दी सैटिस्फाई नहीं हुंदे बट साडे हिसाब दे नाल परफॉर्मेंस वाइज ते सारेयां दा ही काम बहुत सोहणा हां जी बिल्कुल सारेयां दा काम बहुत वधिया सी हां ते हुण दिलो दिमाग दे विच की चलदा दिन रह गया विच कल दा हुण तां देखो ऑडियंस ने की रिस्पोंस देना मेरा उहदे ते ही आ अज प्रीमियर हो गया पर धुड़कू तां 25 तरीक तक लगा रहना वा बट मेरी रिक्वेस्ट तां सारेयां नूं इही आ जी तुसीं मीडिया वाले ने भी फिल्म देखी आ तुसीं ਤੁਹਾਨੂੰ ਆਪ ਲੱਗਾ ਕਿ ਫਿਲਮ ਮੈਸੇਜ ਵੀ ਦੇਣ ਵਾਲੀ ਹੈ ਅਤੇ ਐਂਟਰਟੇਨਮੈਂਟ ਵੀ ਕਰਾਉਣ ਵਾਲੀ ਹੈ ਅਤੇ ਮੈਨੂੰ ਲੱਗਦਾ ਔਡੀਅੰਸ ਨੂੰ ਪਸੰਦ ਆਊਗੀ ਫਿਲਮ ਔਰ ਮੈਨੂੰ ਲੱਗਦਾ ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਹੈ ਲਾਸਟ ਸਵਾਲ ਪ੍ਰੀਮੀਅਰ 'ਤੇ ਪਾਉਣ ਲਈ ਡਰੈਸ ਫਾਈਨਲ ਕਰਨ ਨੂੰ ਕਿੰਨਾ ਕੁ ਟਾਈਮ ਲੱਗਾ ਬਿਲਕੁਲ ਨਹੀਂ ਲੱਗਾ ਇਹ ਤਾਂ ਝੂਠ ਇਹ ਤਾਂ ਜੀ ਇਹ ਗਾਊਨ ਮੈਂ 80 ਦੀ ਕੁੜੀ ਦੇ ਵਿਆਹ 'ਤੇ ਪਾਇਆ ਸੀ ਇਹ 3 ਸਾਲ ਪਹਿਲਾਂ ਮੈਂ ਖਰੀਦਿਆ ਸੀ ਪਰ ਮੈਂ ਪਾਇਆ ਨਹੀਂ ਸੀਗਾ ਮੈਨੂੰ ਲੱਗਾ ਜਦੋਂ ਕੁਝ ਆਊਗਾ ਕਿਉਂਕਿ ਕੋਵਿਡ ਹੋ ਗਿਆ ਸੀ ਦੋ ਵਿੱਚੋਂ ਦੋ ਨੂੰ ਅੱਛਾ ਦੁਨੀਆ ਨੂੰ ਕੋਵਿਡ ਹੋ ਗਿਆ ਸੀ ਇਹ ਰਹਿ ਗਿਆ ਸੀ ਸਾਢੇ 300
हाँ इन्ने के ही आए हैं। मतलब उधर ये कुड़ी नू मतलब तैयार होने लिए किन्ने के पैसे चाहिए थे, किन्ना खर्चा प्रॉपर है? मेरे घर 15-16 हज़ार था जब मैं लेता सिगा दसी उन्हें। बीप ला दे एक डिजाइनर तो लेता सीगा चंडीगढ़ों ही, तुम्हें पता डिजाइनर बहुत महंगे गाउन ला देंगे, कपड़ा बहुत सस्ता ही हो गए तो बस ये भी गल है जिदा तुम पाया भी फॉर एग्जाम्पल मैंने लगता ना भी चीज़ 2000 वाली भी पाई हो फॉर एग्जाम्पल वो बंद की एक वो चीज़ हो हाथ ना जोड़ पाई इंटरव्यू थोड़ी लंबी चलनी है जे वो बंद लगती भी है भी उस चीज़ ने पाई आम मैनू लगता तुम कह रहे कि करते हो ये जरूरी नहीं कोई ब्रांड पाओ मैं लगता कि तुम नॉर्मल कपड़े भी पाओ पर कॉन्फिडेंट उदा का हो फिर मैंने नहीं लगता बंदा माड़ा लग सकता कॉन्फिडेंस जो लो हो अप करने लिए की कर दे मैं उदों गाने सुनती हाँ रब नू याद कर दी हाँ सुना दो एक मैं सिंगर नहीं इन्नी वधिया मैं गुनगुना लैनी हाँ पर मेरा आ बहाना सुनते जाते मीडिया लैन चाहे ही सुनते आए हैं नहीं नहीं एक दो लाइन ही सुना सकती मैं गा के नहीं जीत जाएंगे हम जीत जाएंगे हम तू अगर संग है जिंदगी हर कदम एक नई जंग है तो मैंने तुम आ जंग जित ली आ हूँ बाकी ऑडियंस का फैसला की करेंगे तो बहुत बहुत मुबारक जी तो एक बार फिर तो अज मैं लगता वो बाबे वाली रिंग पाई नहीं हैगी अगली बार पाई चंगा जुड़े साढ़े चैनल 25 तरीक निशाना भावना साहब की हाल चाल वधिया जी आई फिल्म कन्फ्यूज हो रही सच्ची बहुत सोहनी लग रही जो सूट कि डिजाइन किए पहला सवाल तो मैं ये नवदीप साढ़े कॉस्ट्यूम डिजाइनर जिन्होंने मेहनत की है अबलेज स्टूडियो उन्होंने वालों पूरनमाशी सोंग के बहुत प्यारे प्यारे सूट्स है तो कोट पेंट वाली लुक भी होगी बड़ी खतरनाक है ना यस कन्फ्यूज हो गए भी कि लुक में रेट करिए वाली अच्छी है वो वाली अच्छी है एक गल मैं होर नोट की ताड़िया सहेलियां भी बहुत सोहनिया ने थैंक यू तू लेके आने इधर सर्कल कितों मिलती है तो देख कि जगह पर पाए जाते लोग योजे लोग ये ब्यूटी तुम लुधियाने ही पाई जाती है मेरे सारे फ्रेंड्स लुधियाने की है तो फिर एवं थोड़े ना लुधियाना मनिया जाता है हर कित है ना खुल के नहीं बोल सकते सू पता लगे तो डैडी सामने खड़े हाँ जी तो की चल रहा हूँ दिलो दिमाग पहली फिल्म की यकीन नहीं हो रहा एक ड्रीम लग रहा है ड्रीम कम ट्रू मूमेंट है लग रहा भी यही चलता रहे स्क्रीन पर मैं आँदी रहा तो मैं आपने आप देखती रहा आई एम वेरी हैप्पी आई हैव नो वर्ड्स जो स्क्रीन पर आते नहीं दिल चाहता नहीं हाई सुपरस्टार सुपरस्टार नहीं मतलब फील तो एक आता ही है ना मतलब जो अपने वीड्डी स्क्रीन पर देखता मैं एवं भी मेरी जो मैं चाहती सी मेरी मेहनत कोविड आ गया काफ़ी कुछ स्लो हो गया मैं कदों तो अपने आप को बिग स्क्रीन पर देखना चाहती सी और फाइनली अज आगे पूरा होया है तो मैं सगा बस इतने स्टॉप हो जाए तो मैं बस अपने आप को देखती रहा जो तुम देखते सीन से डायलॉग से रिएक्शन नोट किए आले दुआले के सोचे देखते नहीं मैं देख रही थी मैं रिएक्शन सच्ची नहीं इधर उधर नोट किया मैं महक का करैक्टर पूरा इंजॉय कर रही थी उस वक्त अरे मैं बहुत खुश थी तो लोग बहुत तालियां भी है ना एप्रीशिएट कर रहे थे जिमें कई सीन्स बहुत इंपॉर्टेंट है बहुत मैसेज डिपिक्ट हो रहे हैं तो वधिया रिव्यू है सब का बाकी मीडिया विल क्रिएट अवेयरनेस ताकि इदा के कंसैप्ट होर अगे आन ताकि लोग प्यार देन ताकि इदा के कंसैप्ट पंजाबी इंडस्ट्री भी होर ग्रो करे घरदियां नाल बैठ के अपनी फिल्म देखनी किन्नी औखी होंदी है औखी तो नहीं होंदी बिकॉज देखो फर्स्ट मूवी है डेब्यू है ਤੁਸੀਂ ਆਲਵੇਜ਼ ਲਰਨ ਕਰਦੇ ਹੋ ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ ਸੈਕਿੰਡ ਤਾਂ ਹੋਰ ਵਧੀਆ ਹੁੰਦਾ ਥਰਡ ਸ਼ੋਰ ਵਧੀਆ ਹੁੰਦਾ ਹੈ ਅਤੇ ਔਖੀ ਨਹੀਂ ਹੁੰਦੀ ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ ਐਵੇਂ ਲੱਗਦਾ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ ਵੀ ਪੇਰੈਂਟਸ ਨੂੰ ਪੇਬੈਕ ਕੀਤਾ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ ਅਤੇ ਬੈਸਟ ਆਫ ਲੱਕ ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ ਸਿਨੇਮਾਜ਼ ਨੀਅਰ ਯੂ ਫਟਾਫਟ ਜਾਓ ਹੁਮ ਹੁਮ ਆਗੇ ਪਹੁੰਚੋ ਅਤੇ ਬਹੁਤ ਜ਼ਿਆਦਾ ਪਿਆਰ ਦਿਓ ਥੈਂਕ ਯੂ ਸੋ ਮਚ ਤਨੋਰ ਭਾਅ ਜੀ ਕੀ ਹਾਲ ਚਾਲ ਵਧੀਆ ਬਾਈ ਤੂੰ ਦੱਸ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂੰਗਾ ਲੱਗ ਗਿਆ ਸੱਚੀ ਕਿਵੇਂ ਲੱਗੀ ਫਿਲਮ ਬਾਈ ਤੂੰ ਦੱਸ ਫਿਲਮ ਸੱਚੀ ਬਹੁਤ ਅੱਛੀ ਲੱਗੀ ਹੈ ਜਿਹੜੀ ਆਪਾਂ ਕੈਮਰੇ 'ਤੇ ਕਹਿ ਰਹੇ ਮੈਨੂੰ ਜਿਹੜੀ ਚੀਜ਼ ਦੀ ਕਮੀ ਲੱਗੀ ਮੈਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਮਿਊਜ਼ਿਕ ਦੀ ਕਮੀ ਲੱਗੀ ਮੈਂ ਮੇਰਾ ਪਰਸਨਲ ਐਕਸਪੀਰੀਅੰਸ ਕੀ ਹੈ ਬੈਕਗਰਾਊਂਡ ਮਿਊਜ਼ਿਕ ਸਾਡਾ ਬਹੁਤ ਅੱਛਾ ਹੈ ਫਿਲਮ ਦਾ ਅਤੇ ਦੱਸਾਂ ਕੀ ਇਹ ਇਸ ਸਿਨੇਮਾ ਦੀ ਜਿਹੜੀ ਬੈਕਗਰਾਊਂਡ ਜਿਹੜੀ ਸਾਊਂਡ ਹੈ ਇੱਥੇ ਉਹ ਥੋੜ੍ਹੀ ਜਿਹੀ ਮਾੜੀ ਹੈ ਇਹ ਵੀ ਹੋ ਹਾਂ ਤੁਸੀਂ ਕਲੀਅਰ ਕਰ ਮਾੜੀ ਹੈ ਅਸੀਂ ਸਿਰ ਮੇ ਅਸੀਂ ਤਾਂ ਉਦੋਂ ਹੀ ਨੋਟਿਸ ਕਰਾਂ ਕਿਉਂਕਿ ਅਸੀਂ ਐਡੀਟਿੰਗ 'ਚ ਦੇਖੀ ਹੋਈ ਹੈ ਫਿਲਮ ਜੋ ਅਸੀਂ ਦੇਖੀ ਹੈ ਫਿਲਮ ਇਹ ਜਿਹੜੀ ਇਸ ਸਿਨੇਮਾ ਦੀ ਸਾਊਂਡ ਕੁਆਲਿਟੀ ਅੱਛੀ ਨਹੀਂ ਗਈ ਇਹੀ ਪ੍ਰੋਬਲਮ ਹੈ ਜਦੋਂ ਪਤਾ ਸੀ ਵੀ ਐਂਟਰੀ ਹੋਣ ਵਾਲੀ ਹੈ ਨਰਵਸ ਤਾਂ ਹੋਊਂਗੇ ਨਾ ਕਿਤੇ ਕਿਤੇ ਵੀ ਕਿੰਨੇ ਲੋਕਾਂ ਨੇ ਮੈਨੂੰ ਦੇਖਣਾ ਖੁਸ਼ੀ ਸੀਗੀ ਨਰਵਸ ਨਹੀਂ ਸੀ ਸਾਰਾ ਕੁਝ ਸੀਗੇ ਸਾਰੇ ਇਮੋਸ਼ਨਸ ਸੀਗੇ ਜਦੋਂ ਇਫੈਕਟ ਕਰਦੇ ਜਦੋਂ ਤੁਸੀਂ ਸ਼ਰਟ ਜੀ ਲਾਈ ਮੈਂ ਕਿਹਾ ਜੇ ਕਿਤੇ ਵਿਕਰਮ ਸਰ ਵੀ ਲੈ ਲੈਣ ਮਰੋ ਸਵਾਦ ਆ ਜਾਵੇ ਉਹਨਾਂ ਦੀ ਲਵਾਈ ਕਿਉਂ ਨਹੀਂ
ਤੁਸੀਂ ਉਹਨਾਂ ਨੂੰ ਪੁੱਛੋ। ਸੀਗੀ ਮੈਨੂੰ ਲੱਗ ਪਤਾ ਨਹੀਂ ਫਾਈਟ ਸੀਕੁਐਂਸ ਦਾ, ਮੈਂ ਪੁੱਛੂਗਾ ਉਹਨਾਂ ਕੋਲ। ਪੁੱਛੋ ਉਹਨਾਂ ਨੂੰ, ਮੈਂ ਨਹੀਂ ਕੁਛ ਕਹਿਣਾ ਉਹਨਾਂ ਨੂੰ ਪੁੱਛਿਆ। ਅਤੇ ਹੁਣ ਜਦੋਂ ਲੋਕ ਮਿਲ ਰਹੇ ਆ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ, ਕੀ ਹੁੰਦਾ? ਰੱਬ ਦਾ ਸ਼ੁਕਰ ਨਿਕਲਦਾ ਦਿਲ ਚੋਂ? ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ, ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ, ਅਤੇ ਮੈਂ ਤਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਸ਼ੁਕਰਗੁਜ਼ਾਰ ਹਾਂ, ਆਪਣੀ ਮੋਮ ਅਤੇ ਡੈਡ ਨੂੰ ਵੀ ਥੈਂਕ ਯੂ ਜੀ, ਮੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਤੁਸੀਂ, ਅਤੇ ਮੈਨੂੰ ਇੱਥੇ ਲੈ ਕੇ ਆਏ, ਇਸ ਮੁਕਾਮ 'ਤੇ ਖੜਾ ਕੀਤਾ ਮੈਨੂੰ। ਅਤੇ ਬਾਕੀ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਕਿ ਆਡੀਅੰਸ ਨੂੰ ਆਪਣੀ ਫਿਲਮ ਵਧੀਆ ਲੱਗੀ, ਅਤੇ ਮੈਂ ਤਾਂ ਕਹਿੰਦਾ ਵੀ 25 ਨਵੰਬਰ ਨੂੰ ਪਲੀਜ਼ ਵੀ ਦੇਖਿਓ ਸਾਡੀ ਫਿਲਮ। ਜ਼ਿੰਦਗੀ ਦਾ ਬਹੁਤ ਵੱਡਾ ਦਿਨ, ਅਸੀਂ ਜ਼ਿਆਦਾ ਟਾਈਮ ਨਹੀਂ ਲੈਣਾ, ਅਤੇ ਮੁਬਾਰਕਾਂ ਬਹੁਤ ਬਹੁਤ। ਅਤੇ ਹੁਣ ਇਹ ਗੱਡੀ ਇੱਥੇ ਰੁਕਣੀ ਨਹੀਂ ਚਾਹੀਦੀ, ਇਹ ਚੜ੍ਹਾਈਆਂ ਉੱਪਰ ਨੂੰ ਚੜ੍ਹਦੀਆਂ। ਕਿਵੇਂ ਲੱਗੀ ਐਕਟਿੰਗ ਬਾਈ ਤੂੰ ਦੱਸ? ਸੱਚੀ ਬਹੁਤ ਵਧੀਆ ਲੱਗੀ। ਅਸੀਂ ਜਦੋਂ ਚੱਲ ਰਹੀ ਸੀ ਨਾ ਫਿਲਮ, ਉਦੋਂ ਡਿਸਕਸ ਕਰ ਰਹੇ ਸੀ ਵੀ ਇੱਕ ਹੁੰਦੀ ਨਾ ਵੀ ਸਕਰੀਨ 'ਤੇ ਲੁੱਕ ਬੰਦੇ ਦੀ, ਪਹਿਲਾ ਸਵਾਲ ਹੁੰਦਾ ਵੀ ਸਕਰੀਨ 'ਤੇ ਬੰਦਾ ਜੱਚ ਰਿਹਾ, ਮਤਲਬ ਬਿੱਲੇ ਭਾਈ ਦੇ ਪੈਰਲਲ ਸੀ। ਅਸੀਂ ਇਹ ਨਹੀਂ ਕਹਿ, ਇਹ ਗੱਲ ਕੋਈ ਨਹੀਂ ਕਹੂਗਾ ਫਿਲਮ ਦੇਖ ਕੇ ਕਿ ਵੀ ਇਹ ਸੈਕੰਡ ਲੀਡ ਆ ਜਾਂ ਲੀਡ ਆ, ਪੈਰਲਲ ਕਰੈਕਟਰਸ ਆ। ਉਹ ਡਾਇਰੈਕਟਰ ਦੇ ਹਿੱਸੇ ਵੀ ਜਾਂਦੀ ਜੀ। ਹਾਂਜੀ ਹਾਂਜੀ, ਤਾਂ ਡਾਇਰੈਕਟਰ ਸਾਹਿਬ ਦੀ ਤਾਰੀਫ ਆ ਵੀ ਦੋਨਾਂ ਨੂੰ, ਆਏ ਨਹੀਂ ਵੀ ਇੱਕ ਬੰਦੇ ਨੂੰ ਜ਼ਿਆਦਾ ਚੱਕਦਾ ਜਾਂ ਕਿਸੇ ਨੂੰ ਚੱਕਦਾ, ਦੋਨੇ ਇਕੁਅਲ ਸੀ ਅਤੇ ਉਹ ਮਤਲਬ ਵੀ, ਅਤੇ ਸਾਡੀ ਦੋਨਾਂ ਦੀ ਮਤਲਬ ਕੈਮਿਸਟਰੀ ਵੀ ਬਹੁਤ ਵਧੀਆ ਲੱਗੀ ਮੈਨੂੰ ਆਪ ਇੰਨੀ ਵਾਰ ਜਿਵੇਂ ਸਾਰਾ ਕੁਝ ਦੇਖ ਕੇ, ਅਤੇ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਆ ਜੀ ਦੀ, ਇੰਨੀ ਵਧੀਆ ਫਿਲਮ ਬਣ ਗਈ ਜੀ। ਠੀਕ ਆ ਬਾਈ, ਥੈਂਕ ਯੂ ਸੋ ਮੱਚ, ਮੁਬਾਰਕ ਇੱਕ ਵਾਰੀ। ਫਿਲਮ ਦੇਖ ਕੇ ਆਏ ਆਪਾਂ ਸਾਰੇ, ਜੀ ਪਰਸੋਂ ਹੋਣੀ ਆ, ਸੋ ਫੀਲਿੰਗ ਕਿਵੇਂ ਦੀ ਹੈ? ਚਾਰ ਕਾਸ ਨੇ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਨੇ ਫਿਲਮ ਬਾਰੇ? ਦੇਖੋ ਜੀ, ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ, ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ ਅਤੇ ਮੇਰੇ ਨਾਲ ਵੀ ਜੋ ਮੇਰੇ ਦੋਸਤ ਮਿੱਤਰ ਆਏ, ਅਤੇ ਬਹੁਤ ਵਧੀਆ ਫਿਲਮ ਬਣਾਈ ਡਾਇਰੈਕਟਰ ਸਾਹਿਬ ਦੀ, ਅਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ। ਰੀਜ਼ਨ ਕੀ, ਇੱਕ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ 'ਤੇ ਫਿਲਮ ਬਣਾਈ ਹੈ, ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ, ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ, ਅਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ। ਬਸ ਬਹੁਤ ਜ਼ਿਆਦਾ ਖੁਸ਼ੀ, ਇਮੋਸ਼ਨਲ ਵੀ, ਕਿਉਂਕਿ ਫਿਲਮ ਦੇਖ ਲਈ ਅਤੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੁਣ, ਮਤਲਬ ਇੱਕ ਹਾਈ ਨਹੀਂ ਹੁੰਦਾ ਬੰਦੇ ਨੂੰ, ਉਹ ਹੋ ਰਿਹਾ, ਨੈਚੁਰਲ ਹਾਈ ਹੋ ਰਿਹਾ ਮੈਨੂੰ। ਜੰਗ ਬਹਾਦਰ ਸਾਹਿਬ, ਹਾਂਜੀ, ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਅਸੀਂ ਜਿੰਨੀ ਮਿਹਨਤ ਕਰਨੀ ਸੀ ਜਾਂ ਫਿਲਮ ਜੈਸੀ ਡਾਇਰੈਕਟਰ ਸਾਹਿਬ ਨੇ ਬਣਾਉਣੀ ਸੀ ਜਾਂ ਪ੍ਰੋਡਿਊਸਰ ਸਾਹਿਬ ਨੇ ਜਿੰਨਾ ਖਰਚਾ ਕਰਕੇ ਸਿਨੇਮਾ ਬਣਾਇਆ, ਇਹ ਹੁਣ ਤੁਸੀਂ ਦੇਖ ਲਿਆ, ਹੁਣ ਤੁਸੀਂ ਇਹਦੇ ਬਾਰੇ ਦੱਸੋ ਜਾਂ ਪ੍ਰੈਸ 'ਚ ਲਿਖੋ ਜਾਂ ਸਵੇਰੇ ਅਖਬਾਰਾਂ 'ਚ ਕਹੋ ਜਾਂ ਟੀਵੀ 'ਤੇ ਦਿਖਾਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ। ਬਿਲਕੁਲ, ਅਸੀਂ ਨੇ ਮਿਹਨਤ ਕੀਤੀ ਹੈ, ਤੁਸੀਂ ਅੱਜ ਸਾਰਾ ਪ੍ਰੈਸ ਮੀਡੀਆ ਹੈ, ਤੁਸੀਂ ਨੇ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਚੰਗਾ ਦੱਸਿਓ, ਜੇ ਮਾੜੀ ਲੱਗੀ ਤਾਂ ਮਾੜੀ ਦੱਸਿਓ, ਪਰ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਹੀ ਲੱਗੀ ਹੋਣੀ ਹੈ। ਅਤੇ ਜਿਹੜਾ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ, ਚਾਹੇ ਬੈਕਗਰਾਊਂਡ ਹੋਣ, ਡਾਇਰੈਕਸ਼ਨ ਟੀਮ ਹੋਵੇ, ਟੈਕਨੀਕਲ ਹੋਵੇ, ਉਹਨਾਂ ਨੇ ਤਾਂ ਬਹੁਤ ਜ਼ੋਰ ਲਾ ਕੇ ਕੰਮ ਕੀਤਾ ਹੁੰਦਾ, ਉਹ ਕੀਤਾ ਹੁੰਦਾ ਆਡੀਅੰਸ ਵਾਸਤੇ, ਤੁਹਾਡੇ ਵਾਸਤੇ। ਬਸ ਤੁਸੀਂ ਦੱਸਿਓ ਕੱਲ੍ਹ ਨੂੰ ਵੀ ਇਹ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ। ਬਾਕੀ ਬਹੁਤ ਖੁਸ਼ੀ ਹੈ, ਤਾਂ ਰੋਜ਼ ਦਾ ਜਿਹੜਾ ਬ੍ਰੇਕ ਹੋਇਆ ਬਹੁਤ ਅੱਛਾ, ਇਹਦਾ ਡੈਬਿਊ ਬਹੁਤ ਅੱਛਾ। ਸਮਝ ਨਹੀਂ ਆ ਰਿਹਾ, ਮੈਂ ਤਾਂ ਮੈਂ ਨਮ ਹਾਂ ਬਹੁਤ ਜ਼ਿਆਦਾ, ਮੈਨੂੰ ਸਮਝ ਨਹੀਂ ਆ ਰਿਹਾ ਸੀ ਉਸ ਟਾਈਮ, ਲਾਈਕ ਓਵਰ ਲਾਈਕ, ਬਟ ਸਟਿਲ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿਵੇਂ ਦੀ ਲੱਗੀ, ਔਰ ਤੁਸੀਂ ਇਹ ਮੈਸੇਜ ਦੇਣਾ ਲੋਕਾਂ ਨੂੰ 25 ਤਰੀਕ ਨੂੰ ਤਾਂ ਕਿ ਲੋਕ ਸਿਨੇਮਾ 'ਚ ਆਉਣ, ਸਾਡੀ ਫਿਲਮ ਦੇਖਣ, ਬਸ ਇਹੀ ਆ ਸਾਡੇ ਸਾਰਿਆਂ ਦੀ ਮਿਹਨਤ ਸਫਲ। ਰਵਨੀਤ ਭਾਈ, ਸਾਨੂੰ ਤੁਹਾਡੇ ਵੀ ਵਿਊ ਚਾਹੀਦੇ ਨੇ ਜੀ। ਹਾਂਜੀ ਹਾਂਜੀ ਹਾਂਜੀ, ਦੱਸੋ। ਬੋਲੋ ਬੋਲੋ ਬੋਲੋ। ਮੈਂ ਫਿਲਮ ਦਾ ਹਿੱਸਾ ਨਹੀਂ ਹਾਂ, ਪਰ ਮੈਂ ਇਹਨਾਂ ਦਾ ਪਰਿਵਾਰਕ ਹਿੱਸਾ, ਸਾਰਿਆਂ ਦਾ ਸਾਥ ਦੀ, ਕੁਲਵਿੰਦਰ ਔਰ ਸਨਰੋਜ਼ ਭਾਈ ਨਾਲ ਮੁਲਾਕਾਤ ਹੋਈ, ਸਾਨੂੰ ਤੁਸੀਂ ਵੇਖ ਵੇਖ ਵੱਡੇ ਹੋਏ ਹਾਂ, ਭਾਵਨਾ ਹੋ ਗਏ, ਸੋ ਸਾਡੂ ਗਿੱਲ ਸਾਹਿਬ ਜਿਹੜੇ ਥੰਮ ਨੇ, ਸੋ ਬਹੁਤ ਵਧੀਆ ਇੱਕ ਮੀਨਿੰਗਫੁਲ ਸਿਨੇਮਾ। ਤੁਹਾਡੀ ਵੋਟ ਦੀ ਕੀ ਵੈਲਿਊ ਹੈ ਉਹ ਵੀ ਤੁਹਾਨੂੰ ਪਤਾ ਲੱਗੂ, ਕਿ ਡੌਰੀ ਸਿਸਟਮ ਦੀ ਗੱਲ ਹੋਈ ਹੈ, ਨਸ਼ੇ ਦੇ ਖਿਲਾਫ ਗੱਲ ਹੋਈ ਹੈ, ਸੋ ਇੱਕ ਪਰਿਵਾਰ ਬਹਿ ਕੇ ਫਿਲਮ ਦੇਖੂਗਾ ਔਰ ਨੌਜਵਾਨ ਪੀੜ੍ਹੀ ਜ਼ਰੂਰ ਇੱਥੋਂ ਕੁਛ ਨਾ ਕੁਛ ਸਿੱਖੂਗੀ, ਸੋ ਜ਼ਰੂਰ ਹੱਥ ਬੰਨ ਕੇ ਬੇਨਤੀ ਹੈ ਪਰਿਵਾਰ ਜ਼ਰੂਰ ਆਉਣ। ਕਿੱਦਾਂ ਦੀ ਫਿਲਮ ਲੱਗੀ ਬਾਕੀ ਤੁਸੀਂ ਦੱਸ ਦੇਣਾ ਜੀ। ਡਾਇਰੈਕਟਰ ਸਾਹਿਬ, ਹਾਂਜੀ ਹਾਂਜੀ ਹਾਂਜੀ, ਸੁੱਖੀ ਸਾਹਿਬ, ਕੈਪਟਨ ਆਫ ਦਾ ਸ਼ਿਪ, ਕਿਵੇਂ ਦੀ ਫੀਲਿੰਗ ਹੈ ਸਰ? ਤੁਹਾਡੇ ਵੱਲੋਂ ਜਦੋਂ ਵੀ ਸਿਨੇਮਾ ਬਣਾਇਆ ਜਾਂਦਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਸੋ ਹੁਣ ਸਾਰੀ ਟੀਮ ਨੇ ਦੇਖੀ, ਤੁਹਾਡੇ ਦੋਸਤਾਂ ਮਿੱਤਰਾਂ ਨੇ, ਕਿਹੜੇ ਕਿਹੜੇ ਕੰਪਲੀਮੈਂਟ ਤੁਹਾਨੂੰ ਮਿਲੇ ਨੇ ਹੁਣ? ਦੇਖੋ, ਕੰਪਲੀਮੈਂਟ ਤਾਂ ਹੁਣ 25 ਤਰੀਕ ਨੂੰ ਲੋਕ ਦੇਣਗੇ, ਮੈਂ ਤਾਂ ਤੁਹਾਡੇ ਮੀਡੀਆ ਦੇ ਥਰੂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਜੇ ਤੁਹਾਨੂੰ ਫਿਲਮ ਵਧੀਆ ਲੱਗੀ ਆ ਤਾਂ ਇਹ ਇਮਾਨਦਾਰੀ ਦੇ ਨਾਲ ਮੈਸੇਜ ਸਾਰੇ ਲੋਕਾਂ ਨੂੰ ਪਹੁੰਚਾਓ ਕਿ ਆਪਾਂ ਵਾਕਈ ਚਾਹੁੰਦੇ ਹਾਂ ਵੀ ਪੰਜਾਬੀ ਸਿਨੇਮਾ ਨੈਕਸਟ ਲੈਵਲ 'ਤੇ ਜਾਵੇ, ਪੰਜਾਬੀ ਸਿਨੇਮਾ ਟੈਕਨੀਕਲੀ ਸਕ੍ਰਿਪਟ ਵਾਈਜ਼ ਗਰੋ ਕਰੇ, ਤਾਂ ਤੁਸੀਂ ਸਾਰੇ ਜਾਣੇ ਮਤਲਬ ਲੋਕਾਂ ਨੂੰ ਅਪੀਲ ਕਰੋ
ਨਸ਼ਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਪੰਜਾਬ 'ਚ ਹੋਰ ਕਿਹੜੇ ਕਿਹੜੇ ਐਸੇ ਮੁੱਦੇ ਹੈ ਜਿੱਥੇ ਲੱਗਦਾ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ ਜੀ ਬਹੁਤ ਮੁੱਦੇ ਨੇ ਇਕੱਲਾ ਮੁੱਦਾ ਮਤਲਬ ਸਿਰਫ ਇਕੱਲਾ ਇਕੱਲਾ ਨਸ਼ਾ ਹੀ ਨਹੀਂ ਪਰ ਇਸ ਫਿਲਮ ਦੇ ਵਿੱਚ ਆਪਾਂ ਦੇਖਿਆ ਗਿਆ ਕਿ ਦੋ ਅਸੀਂ ਜਿਹੜੇ ਹੈਗੇ ਹਾਂ ਉਹ ਬੇਰੁਜ਼ਗਾਰ ਆਗੇ ਅਤੇ ਇਹਦੇ ਵਿੱਚ ਡੋਰੀ ਦੀ ਵੀ ਗੱਲ ਕੀਤੀ ਗਈ ਹੈ ਨਸ਼ਿਆਂ ਦੀ ਵੀ ਗੱਲ ਕੀਤੀ ਗਈ ਹੈ ਕਈ ਹਾਂ ਕਈ ਤਰ੍ਹਾਂ ਦੇ ਮੁੱਦੇ ਹੈਗੇ ਨੇ ਜੋ ਤੁਸੀਂ ਨੇ ਤਾਂ ਫਿਲਮ ਦੇਖੀ ਹੈ ਤੁਹਾਨੂੰ ਤਾਂ ਪਤਾ ਇਹ ਮੈਸੇਜ ਤੁਸੀਂ ਨੇ ਦੱਸਣਾ ਆਡੀਅੰਸ ਨੂੰ ਕਿ 25 ਨਵੰਬਰ ਨੂੰ ਕਿਉਂ ਫਿਲਮ ਦੇਖਣੀ ਹੈ ਕਿਉਂ ਫਿਲਮ ਦੇਖਣੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਉਹ ਮੁੱਦਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਗੱਲਾਂ ਕਰਦੇ ਹਾਂ ਕਿ ਆਹ ਮੁੱਦਿਆਂ ਨਾਲ ਅਸੀਂ ਜੂਝ ਰਹੇ ਹਾਂ ਅਤੇ ਇੰਟਰਟੇਨਮੈਂਟ ਵੀ ਹੈ ਤੁਸੀਂ ਨੇ ਐਕਸ਼ਨ ਦੇਖਿਆ ਫਸਟ ਟਾਈਮ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਚਲੋ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨਹੀਂ ਹੈ ਪਰ ਡਾਇਰੈਕਟਰ ਸਾਹਿਬ ਨੇ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਬੜੀ ਮਿਹਨਤ ਨਾਲ ਸਾਊਥ ਦੇ ਆਰਟਿਸਟ ਜੋ ਐਕਸ਼ਨ ਦੇ ਕਮਾਲ ਦੇ ਵਾਹ ਕਮਾਲ ਦਾ ਸਾਨੂੰ ਮੈਨੂੰ ਵੀ ਇਹ ਲੱਗਦਾ ਹੁੰਦਾ ਜਦੋਂ ਮੈਂ ਸਾਊਥ ਦੀਆਂ ਫਿਲਮਾਂ ਦੇਖਦਾ ਸੀਗਾ ਵੀ ਕਿਸੇ ਨੂੰ ਮੁੱਕੀ ਮਾਰ ਕੇ ਬੰਦਾ ਕਿਵੇਂ ਡਰ ਰਿਹਾ ਨੇ ਪਰ ਉਹ ਅਸੀਂ ਮੈਂ ਖੁਦ ਆਪਣੇ ਆਪ ਅਜਮਾ ਕੇ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ ਤੁਹਾਡੇ ਸਾਰਿਆਂ ਨੂੰ ਤੁਸੀਂ ਮੈਨੂੰ ਦੱਸੋ ਫਿਲਮ ਕਿਵੇਂ ਲੱਗੀ ਥੈਂਕ ਯੂ ਤੁਸੀਂ ਸਾਰਿਆਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡ੍ਰੀਮ ਕਮ ਟਰੂ ਮੂਮੈਂਟ ਹੈ ਮੇਰੇ ਲਈ ਮੈਨੂੰ ਯਕੀਨ ਨਹੀਂ ਹੋ ਰਿਹਾ ਆਪਣੇ ਆਪ ਨੂੰ ਬਿਗ ਸਕਰੀਨ 'ਚ ਦੇਖਣਾ ਕਦੋਂ ਦਾ ਸੁਪਨਾ ਸੀਗਾ ਕੋਵਿਡ ਕਾਰਨ ਸਲੋ ਹੋ ਗਿਆ ਬਟ ਫਾਈਨਲੀ ਸਫ਼ਰ ਕਾ ਫਲ ਮਿੱਠਾ ਹੁੰਦਾ ਹੈ ਅੱਜ ਉਹ ਦੇਖ ਮਿਲੀ ਚੀਜ਼ ਅਤੇ ਪੰਜਾਬ ਦੀ ਰੀਅਲ ਪਿਕਚਰ ਡਿਪਿਕਟ ਹੋਈ ਹੈ ਨਾ ਕਾਫੀ ਇੰਪੋਰਟੈਂਟ ਇਸ਼ੂਜ ਕਵਰ ਹੋਏ ਸੋ ਆਈ ਵਿਲ ਰਿਕੁਐਸਟ ਆਡੀਅੰਸ ਐਂਡ ਮੀਡੀਆ ਕਿ ਅਵੇਅਰਨੈਸ ਕ੍ਰੀਏਟ ਕਰੋ ਵਧੀਆ ਚੀਜ਼ਾਂ ਨੂੰ ਪ੍ਰਮੋਟ ਕਰੋ ਤਾਂ ਕਿ ਸਾਡੀ ਫਿਲਮ ਸੁਪਰਹਿੱਟ ਕਰ ਸਕੇ ਥੈਂਕ ਯੂ ਸੋ ਮਚ ਨਿਸ਼ਾਨਾ 25 ਨਵੰਬਰ ਨੂੰ ਸਾਰੇ ਜਨੂ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈਲੋ ਦੇਖੋ ਜੀ ਨਿਸ਼ਾਨਾ ਦੀ ਗੱਲ ਕਰਦੇ ਹਾਂ ਕਿ ਨਿਸ਼ਾਨੇ ਅੱਜ ਸਾਡਾ ਫਿਲਮ ਦਾ ਪ੍ਰੀਮੀਅਰ ਹੈ ਸਾਰਾ ਮੀਡੀਆ ਦਾ ਪਹਿਲਾਂ ਥੈਂਕਸ ਕਰਦੇ ਹਾਂ ਤੁਸੀਂ ਸਾਰੇ ਪਹੁੰਚੇ ਹੋ ਅਤੇ ਆਪਾਂ ਸਾਰੇ ਐਕਸਾਈਟਡ ਹਾਂ ਕਿ ਫਿਲਮ ਦੇਖਣ ਜਾ ਰਹੇ ਹਾਂ ਕਿ ਹੁਣ ਆਪਾਂ ਆਫਟਰ ਫਿਲਮ ਦੇਖਣ ਤੋਂ ਬਾਅਦ ਆਪਾਂ ਤੁਹਾਡੇ ਵੀ ਰਿਵਿਊਜ਼ ਲਵਾਂਗੇ ਅਤੇ ਅਸੀਂ ਵੀ ਦੱਸਾਂਗੇ ਅਸੀਂ ਆਪਣੀ ਜੋ ਮਿਹਨਤ ਕੀਤੀ ਹੈ ਉਹਦੇ 'ਤੇ ਅਸੀਂ ਖਰੇ ਉਤਰੇ ਹਾਂ ਜਾਂ ਨਹੀਂ ਉਤਰੇ ਬਾਕੀ ਸਾਡੇ ਡਾਇਰੈਕਟਰ ਸਾਹਿਬ ਅੱਜ ਨਾਲ ਨੇ ਇਹਨਾਂ ਨੇ ਸਾਨੂੰ ਬੜੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਡੀ ਇਸ ਫਿਲਮ ਦੇ ਲਈ ਸਾਡੇ ਤੋਂ ਕੋਸ਼ਿਸ਼ ਕਰੀ ਹੈ ਅਸੀਂ ਨੇ ਵਧੀਆ ਬਣਾਉਣ ਦੀ ਅਤੇ 25 ਨਵੰਬਰ ਨੂੰ ਜਾਣੀ ਕਿ ਪਰਸੋਂ ਰਿਲੀਜ਼ ਹੋ ਰਹੀ ਹੈ ਅਤੇ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਸ ਮਿਹਨਤ ਦਾ ਫਲ 25 ਨਵੰਬਰ ਨੂੰ ਤੁਸੀਂ ਜ਼ਰੂਰ ਦਿਓ ਜੋ ਤੁਹਾਨੂੰ ਫਿਲਮ ਵਧੀਆ ਲੱਗੀ ਐਂ ਸਾਨੂੰ ਲੱਗਦਾ ਕਿ ਨਿਸ਼ਾਨਾ ਸਾਡਾ ਫੁੱਲ ਵੱਡਾ ਫੁੱਲ ਲੱਗਣਾ ਹੀ ਲੱਗਣਾ ਇਹ ਗੱਲਾਂ ਆਪਾਂ ਮੈਨੂੰ ਲੱਗਦਾ ਵੀ ਤੁਹਾਨੂੰ ਪਤਾ ਹੀ ਹੈ ਆਪਣੇ ਜਦੋਂ ਆਪਾਂ ਫਿਲਮ ਦੇਖ ਕੇ ਆਵਾਂਗੇ ਆਪਣੇ ਕੋਲ ਤੁਸੀਂ ਸਾਰੇ ਆਪਾਂ ਇਕੱਠੇ ਹੀ ਹੋਵਾਂਗੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਫਿਲਹਾਲ ਆਪਾਂ ਸਾਡਾ ਤੁਸੀਂ ਪੁੱਛੋ ਵੀ ਕਿੰਨੀ ਐਕਸਾਈਟਮੈਂਟ ਹੈ ਹਾਂਜੀ ਬਿਲਕੁਲ ਜੀ ਮੇਰਾ ਗਾਣਾ ਹੈਗਾ ਉਹ ਵੀ ਤੁਸੀਂ ਦੇਖੋ ਨਜ਼ਾਰਾ ਲੈਣਾ ਮਤਲਬ ਹਾਜ਼ਰੀ ਹੈਗੀ ਜੀ ਲਵਾਈ ਹੈ ਇਹਨਾਂ ਨੇ ਧੰਜੋ ਸਾਹਿਬ ਨੇ ਅਤੇ ਬਹੁਤ ਮੈਨੂੰ ਖੁਸ਼ੀ ਹੋਈ ਹੈ ਮੈਂ ਪਰਮਿੰਦਰ ਬਿੱਲਾ ਜੀ ਸੰਗਰੋਧ ਅਤੇ ਨਵੀਆਂ ਹੀਰੋਇਨਾਂ ਦਾ ਕੰਮ ਕਰ ਰਿਹਾ ਧੰਜੋ ਸਾਹਿਬ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਡੇ ਤੋਂ ਰਾਜੀਵ ਮਹਿਰਾ ਸਾਡੀ ਜੋੜੀ ਹੈ ਇਹਦੇ ਵਿੱਚ ਅਤੇ ਬਹੁਤ ਮਜ਼ਾ ਆਊਗਾ ਬਸ ਨਿਸ਼ਾਨਾ ਤੁਸੀਂ ਮਤਲਬ ਮਜ਼ਾ ਆਜੂਗਾ ਫਿਲਮ ਦੇਖ ਸਭ ਕੁਛ ਹੈ ਇਹਦੇ 'ਚ ਮਤਲਬ ਪੂਰੀ ਪਟਾਰੀ ਹੈ ਆਹ ਵੀ ਲਓ ਆਹ ਵੀ ਲਓ ਆਹ ਵੀ ਲਓ ਸਾਰਾ ਮਾਮਲਾ ਪੰਜਾਬ 'ਚ ਮੇਰੀ ਦੂਸਰੀ ਫਿਲਮ ਹੈ ਲੇਕਿਨ ਧੰਦਰ ਸਾਹਿਬ ਨਾਲ ਕੰਮ ਕਰਕੇ ਚੀਜ਼ਾਂ ਮਜ਼ਾ ਆਇਆ ਕਿਉਂਕਿ ਹੁਣ ਸਿਨੇਮਾ ਕਰਨ ਨੂੰ ਮਿਲੇ ਸਿਨੇਮਾ ਅਤੇ ਫਿਲਮ ਦੇ ਵਿੱਚ ਬਹੁਤ ਫਰਕ ਹੈਗਾ ਕਿਉਂਕਿ ਹੁਣ ਸਿਨੇਮਾ ਕਰਨ ਇਹਦੇ ਵਿੱਚ ਬਹੁਤ ਜ਼ਿਆਦਾ ਮਟੀਰੀਅਲ ਬਹੁਤ ਐਕਸਾਈਟਿਡ ਹੈਗੇ ਹਾਂ ਕਿ ਜਲਦੀ ਜਲਦੀ ਰਿਲੀਜ਼ ਹੋਵੇ ਅਤੇ ਔਰ ਚੱਲ ਚੱਲ ਕੰਪੀਟੀਸ਼ਨ ਤੇ ਖੈਰ ਮੇਰਾ ਡੈਬਿਊ ਹੈ ਇਸ ਲਈ ਮੈਂ ਪੂਰੀ ਤਿਆਰੀ ਨਾਲ ਹਰ ਚੀਜ਼ ਪੂਰੀ ਤਿਆਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜਿਵੇਂ ਸਕੂਲ ਦਾ ਬੱਚਾ ਇਗਜ਼ਾਮ ਦੇਣ ਜਾਂਦਾ ਜਿਵੇਂ ਅਸੀਂ ਇਗਜ਼ਾਮ ਦੇਣ ਜਾਂਦੇ ਹੁੰਦੇ ਸੀ 10th 11th 12th ਦੇ ਵਿੱਚ ਉਵੇਂ ਦੀ ਯਾਰ ਬਟਰਫਲਾਈ ਇਨ ਮਾਈ ਸਟਮਕਸ ਕਿ ਕਿਵੇਂ ਦਾ ਰਿਸਪੋਂਸ ਆਏਗਾ ਆਪਣੇ ਵੱਲੋਂ ਸਭ ਨੇ ਬਹੁਤ ਮਿਹਨਤ ਕੀਤੀ ਹੈ ਸਰ ਨੇ ਬਹੁਤ ਕੁਝ ਸਿਖਾਇਆ ਅਤੇ ਅੱਜ ਫਾਈਨਲੀ ਉਹ ਡੇ ਆ ਗਿਆ ਜਿਹਦੇ ਲਈ ਸਾਰੇ ਮਿਹਨਤ ਕਰ ਰਹੇ ਸੀ ਅਤੇ ਫਿੰਗਰ ਕ੍ਰੋਸ ਲੈਟਸ ਸੀ ਬੜਾ ਆਪਣੇ ਯੈਸ ਯੈਸ ਬਿਲਕੁਲ ਬਿਲਕੁਲ ਇਹ ਤਾਂ ਬਾਅਦ 'ਚ ਸੁਣੇ ਹੁਣ ਕਿਉਂ ਸੁਣਨੇ ਆ ਬਿਲਕੁਲ ਆਪਣੀ ਹੁਣ ਫਿਲਮ ਆਪਾਂ ਪਹਿਲਾਂ ਦੇਖ ਕੇ ਆਉਣਾ ਸਾਰੇ ਫਿਰ ਤੁਸੀਂ ਕਿਉਂ ਵੀ ਸਾਨੂੰ ਆਹ ਗਾਣਾ ਬੜਾ ਵਧੀਆ ਲੱਗਿਆ ਉਹ ਸੁਣਾਓ ਹਾਂਜੀ ਮੁਰਗਾ ਬਾਈ ਨੇ ਬਣਾਇਆ ਸੀ ਬਾਕੀ ਬਹੁਤ ਐਕਸਾਈਟਮੈਂਟ ਹੈ ਕਿ ਆਪਾਂ ਸਾਰੀ ਫਿਲਮ ਦੇਖਣ ਲਈ ਪੂਰੇ ਰੈਡੀ ਹੈਗੇ ਸਾਡੇ ਸਾਨੀ ਸਾਹਿਬ
ਡੀਪੀਐਸਸੀ ਸਾਹਿਬ ਸਾਡੀ ਹੁਣ ਫੁੱਲ ਐਕਸਾਈਟਮੈਂਟ ਹੈਗੇ ਕਿ ਨਿਸ਼ਾਨਾ ਸਾਡਾ 25 ਨਵੰਬਰ ਨੂੰ ਲੱਗਣ ਜਾ ਰਿਹਾ। ਲਓ ਜੀ ਸਾਡੇ ਵਿਕਰਮ ਜੀ, ਚਲੋ ਠੀਕ ਹੈ ਜੀ, ਵਿਸ਼ ਯੂ ਲੱਕ। ਹਾਂਜੀ 25 ਨਵੰਬਰ ਨੂੰ ਫਿਲਮ ਸਾਡੀ ਰਿਲੀਜ਼ ਹੋ ਰਹੀ ਹੈ ਸਾਰੇ ਵਰਲਡ ਵਾਈਡ। 25 ਨਵੰਬਰ 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 25
ਡਿਜ਼ਾਈਨਰ ਨੇ ਔਰ ਜਿਹੜਾ ਫਿਲਮ ਦਾ ਡਿਜ਼ਾਈਨ ਹੈ ਉਹ ਨਵੀਨ ਕਰਕੇ ਕੋਈ ਮੁੰਡਾ ਉਹਨੇ ਕੀਤਾ ਐਂਟਰੀ ਬੜੀ ਖਤਰਨਾਕ ਕਰਾਈ ਉਹਨਾਂ ਨੇ ਐਂ ਜੀ ਐਂ ਹੀ ਆ ਐਕਸ਼ਨ ਹੀਰੋਇਨ ਇੱਦਾਂ ਹੀ ਹੁੰਦੀ ਆ ਲੱਤਾਂ ਜੀ ਚੱਕ ਕੇ ਮਾਰੀਆਂ ਉਹਦੇ ਸਵਾਦ ਜੇ ਉਹ ਕਿੰਨੇ ਟੇਕਨ 'ਚ ਕੀਤਾ ਸਹੀ ਸਹੀ ਆਈ ਥਿੰਕ ਦੋ ਤਿੰਨ ਟੇਕਸ ਹੋ ਗਿਆ ਸੀਗਾ ਹੁਣ ਸਭ ਤੋਂ ਸਵਾਦ ਹੀ ਉਸ ਚੀਜ਼ ਹਾਂ ਬਿਲਕੁਲ ਮਜ਼ਾ ਆਉਂਦਾ ਵਿਲਨ ਨੂੰ ਕੁੱਟ ਕੇ ਤਾਂ ਵੈਸੇ ਹੀ ਸਵਾਦ ਬੜਾ ਆਉਂਦਾ ਵਾ ਆਪਣੇ ਆਪ ਨੂੰ ਸਕਰੀਨ 'ਤੇ ਦੇਖ ਕੇ ਆਪਣੇ ਆਪ ਨੂੰ ਸਕਰੀਨ 'ਤੇ ਦੇਖ ਕੇ ਮੈਂ ਤਾਂ ਸਿਰਫ ਸੱਚੀ ਦੱਸਾਂ ਮੈਂ ਆਪਣੀਆਂ ਮਿਸਟੇਕਸ ਦੇਖ ਰਹੀ ਸੀਗੀ ਮੈਂ ਕੁਛ ਹੋਰ ਨਹੀਂ ਦੇਖ ਰਹੀ ਸੀ ਕਿ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਇਹ ਲੱਗ ਰਹੀ ਹਾਂ ਉਹ ਲੱਗ ਰਹੀ ਮੈਂ ਉਹ ਦੇਖਣੇ ਅਸੀਂ ਹੈਗੇ ਹਾਂ ਅਸੀਂ ਹੈ ਮੈਂ ਆਪਣੀਆਂ ਗਲਤੀਆਂ ਦੇਖ ਰਹੀ ਸੀ ਕਿ ਮੈਂ ਕੁਛ ਹੋਰ ਵਧੀਆ ਕਰ ਸਕਦੀ ਸੀ ਇੱਥੇ ਮੈਂ ਕੁਛ ਇੱਦਾਂ ਕਰ ਸਕਦੀ ਗਲਤੀ ਲੱਭੀ ਵੇ ਤੁਹਾਨੂੰ ਐਂ ਥੋੜ੍ਹੀ ਦੱਸ ਦੇਣਾ ਤੁਹਾਨੂੰ ਸੱਚੀ ਸਾਨੂੰ ਤਾਂ ਲੱਭੀ ਤੁਹਾਨੂੰ ਕਿੱਦਾਂ ਨਹੀਂ ਲੱਭੀ ਹੈ ਹੋ ਹੀ ਨਹੀਂ ਸਕਦਾ ਤੁਸੀਂ ਗਲਤੀ ਕਿਹੜੀ ਕੀਤੀ ਇੱਕ ਦੱਸ ਦਿਓ ਮੈਨੂੰ ਆਈਡੀਆ ਤਾਂ ਹੋਵੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਿੱਦਾਂ ਮੈਨੂੰ ਮੈਂ ਸੋਚਦੀ ਹਾਂ ਕਿ ਜਿੱਦਾਂ ਜਿਹੜਾ ਫਾਦਰ ਸਾਹਿਬ ਨਾਲ ਸੀਨ ਸੀਗਾ ਮੈਂ ਹੋਰ ਇਨਵੋਲਵਮੈਂਟ ਨਾਲ ਕਰ ਸਕਦੀ ਸੀ ਕੁਛ ਨਾ ਕੁਛ ਮਤਲਬ ਮੈਨੂੰ ਲੱਗਦਾ ਕਿ ਮੈਂ ਹੋਰ ਇਨਵੋਲਵ ਹੋ ਕੇ ਕਰ ਸਕਦੀ ਸੀ ਮੈਨੂੰ ਐਂ ਲੱਗਿਆ ਕਿ ਥੋੜ੍ਹਾ ਜਿਹਾ ਮੈਂ ਮਿਸ ਕਰ ਗਈ ਕਿਤੇ ਥੋੜ੍ਹਾ ਬਹੁਤ ਜ਼ਿਆਦਾ ਨਹੀਂ ਮਿਸ ਕਰ ਗਈ ਵੈਸੇ ਵਧੀਆ ਗੱਲ ਆ ਵੀ ਤੁਸੀਂ ਜਲਦੀ ਸੈਟੀਸਫਾਈ ਨਹੀਂ ਹੁੰਦੇ ਬਟ ਸਾਡੇ ਹਿਸਾਬ ਦੇ ਨਾਲ ਪਰਫਾਰਮੈਂਸ ਵਾਈਜ਼ ਤਾਂ ਸਾਰਿਆਂ ਦਾ ਹੀ ਕੰਮ ਬਹੁਤ ਸੋਹਣਾ ਹਾਂਜੀ ਬਿਲਕੁਲ ਸਾਰਿਆਂ ਦਾ ਕੰਮ ਬਹੁਤ ਵਧੀਆ ਸੀ ਹਾਂ ਅਤੇ ਹੁਣ ਦਿਲੋ ਦਿਮਾਗ ਦੇ ਵਿੱਚ ਕੀ ਚੱਲਦਾ ਦਿਨ ਰਹਿ ਗਿਆ ਵਿੱਚ ਕੱਲ੍ਹ ਦਾ ਹੁਣ ਤਾਂ ਦੇਖੋ ਆਡੀਅੰਸ ਨੇ ਕੀ ਰਿਸਪੋਂਸ ਦੇਣਾ ਮੇਰਾ ਉਹਦੇ ਉੱਤੇ ਹੀ ਆ ਅੱਜ ਪ੍ਰੀਮੀਅਰ ਹੋ ਗਿਆ ਪਰ ਧੁੜਕੂ ਤਾਂ 25 ਤਰੀਕ ਤੱਕ ਲੱਗਾ ਰਹਿਣਾ ਵਾ ਬਟ ਮੇਰੀ ਰਿਕੁਐਸਟ ਤਾਂ ਸਾਰਿਆਂ ਨੂੰ ਇਹੀ ਆ ਜੀ ਤੁਸੀਂ ਮੀਡੀਆ ਵਾਲਿਆਂ ਨੇ ਵੀ ਫਿਲਮ ਦੇਖੀ ਆ ਤੁਸੀਂ ਤੁਹਾਨੂੰ ਆਪ ਲੱਗਾ ਕਿ ਫਿਲਮ ਮੈਸੇਜ ਵੀ ਦੇਣ ਵਾਲੀ ਆ ਅਤੇ ਐਂਟਰਟੇਨਮੈਂਟ ਵੀ ਕਰਾਉਣ ਵਾਲੀ ਆ ਅਤੇ ਮੈਨੂੰ ਲੱਗਦਾ ਆਡੀਅੰਸ ਨੂੰ ਪਸੰਦ ਆਊਗੀ ਫਿਲਮ ਔਰ ਮੈਨੂੰ ਲੱਗਦਾ ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਆ ਲਾਸਟ ਸਵਾਲ ਪ੍ਰੀਮੀਅਰ 'ਤੇ ਪਾਉਣ ਲਈ ਡਰੈਸ ਫਾਈਨਲ ਕਰਨ ਨੂੰ ਕਿੰਨਾ ਕੁ ਟਾਈਮ ਲੱਗਾ ਬਿਲਕੁਲ ਨਹੀਂ ਲੱਗਾ ਇਹ ਤਾਂ ਝੂਠ ਇਹ ਤਾਂ ਜੀ ਇਹ ਗਾਊਨ ਮੈਂ 80 ਦੀ ਕੁੜੀ ਦਾ ਵਿਆਹ ਤਾਂ ਪਿਆ ਸੀ ਇਹ 3 ਸਾਲ ਪਹਿਲਾਂ ਮੈਂ ਖਰੀਦਿਆ ਸੀ ਪਰ ਮੈਂ ਪਾਇਆ ਨਹੀਂ ਸੀਗਾ ਮੈਨੂੰ ਲੱਗਾ ਜਦੋਂ ਕੁਛ ਆਊਗਾ ਕਿਉਂਕਿ ਕੋਵਿਡ ਹੋ ਗਿਆ ਸੀ ਦੋ ਵਿੱਚੋਂ ਦੋ ਨੂੰ ਅੱਛਾ ਦੁਨੀਆ ਨੂੰ ਕੋਵਿਡ ਹੋ ਗਿਆ ਸੀ ਇਹ ਰਹਿ ਗਿਆ ਸੀ ਮੇਰਾ ਭਾਂਜਾ ਵਾ ਨਾ ਰੁਕੋ ਭਾਈ ਜੱਪ ਸਾਡੀ ਇੰਟਰਵਿਊ ਇੱਦਾਂ ਹੁੰਦਾ ਹੁੰਦਾ ਗੱਲ ਕਰਨੀ ਕੋਈ ਨਹੀਂ ਇਹ ਗਾਊਨ ਉਹੀ ਉਦੋਂ ਨਹੀਂ ਖਰੀਦਿਆ ਸੀ ਮੈਨੂੰ ਲੱਗਾ ਇਹ ਪਾ ਲੈਣੀ ਜ਼ਿਆਦਾ ਕੀ ਕੰਨਾ ਵਾਲਾ ਕੱਲਾ ਮੈਂ ਲੈ ਆਈ ਸੀ 9 ਫੇਸ ਦੀ ਮਾਰਕੀਟ ਤੋਂ ਕਿੰਨੇ ਕੁ ਆ ਜਾਂਦੇ ਮੈਡਮ ਹੁਣ ਤੁਹਾਨੂੰ ਪਤਾ ਹੈ ਦੱਸਿਓ ਨਾ ਕਿਉਂ ਪੁੱਛ ਰਿਹਾ ਮੈਂ ਤੁਹਾਨੂੰ ਪਤਾ ਹੈ ਕਾਰਨ ਕਿ ਆ ਕੇ ਦੁਕਾਨ ਵਾਲਿਆਂ ਮੈਨੂੰ ਡਿਸਕਾਊਂਟ 350 ਹਾਂ ਇੰਨੇ ਕੁ ਦੇ ਆਏ ਆ ਮਤਲਬ ਉਦੋਂ ਜੇ ਕੁੜੀ ਨੂੰ ਮਤਲਬ ਤਿਆਰ ਹੋਣ ਲਈ ਕਿੰਨੇ ਕੁ ਪੈਸੇ ਚਾਹੀਦੇ ਕਿੰਨਾ ਖਰਚਾ ਪ੍ਰੋਪਰ ਮੇਰੇ ਖਿਆਲ 15-16 ਹਜ਼ਾਰ ਦਾ ਜਦੋਂ ਮੈਂ ਲਿੱਤਾ ਸੀਗਾ ਦੱਸਿਓ ਬੀਪ ਲਾ ਦਿਓ ਇੱਥੇ ਇਹ ਇੱਕ ਡਿਜ਼ਾਈਨਰ ਤੋਂ ਲਿੱਤਾ ਸੀਗਾ ਚੰਡੀਗੜ੍ਹੋਂ ਹੀ ਤੁਹਾਨੂੰ ਪਤਾ ਡਿਜ਼ਾਈਨਰ ਬਹੁਤ ਮਹਿੰਗੇ ਗਾਊਨ ਲਾ ਦਿੰਦੇ ਆ ਕੱਪੜਾ ਭਾਵੇਂ ਸਸਤਾ ਹੀ ਹੋਵੇ ਅਤੇ ਬਸ ਇੱਕ ਇਹ ਵੀ ਗੱਲ ਆ ਜਿੱਦਾਂ ਤੁਸੀਂ ਪਾਇਆ ਵੀ ਫੋਰ ਐਗਜ਼ਾਮ ਮੈਨੂੰ ਲੱਗਦਾ ਨਾ ਵੀ ਤੁਸੀਂ ਚੀਜ਼ 2000 ਵਾਲੀ ਵੀ ਪਾਈ ਹੋਵੇ ਫੋਰ ਐਗਜ਼ਾਮਪਲ ਉਹ ਫਿਰ ਬੰਦੇ ਦੀ ਇੱਕ ਉਹ ਚੀਜ਼ ਹੋਈ ਹੱਥ ਨਾਲ ਜੋੜ ਪਾਈ ਇੰਟਰਵਿਊ ਥੋੜ੍ਹੀ ਲੰਬੀ ਚੱਲਣੀ ਹੈ ਜੇ ਉਹ ਬੰਦੇ ਲੱਗਦੀ ਵੀ ਆ ਉਸ ਚੀਜ਼ ਨੇ ਪਾਈ ਆ ਮੈਨੂੰ ਲੱਗਦਾ ਤੁਸੀਂ ਕੈਰੀ ਕਿੱਦਾਂ ਕਰਦੇ ਹੋ ਇਹ ਜ਼ਰੂਰੀ ਨਹੀਂ ਕੋਈ ਬ੍ਰਾਂਡ ਪਾਓ ਮੈਨੂੰ ਲੱਗਦਾ ਕਿ ਤੁਸੀਂ ਨੋਰਮਲ ਕੱਪੜੇ ਵੀ ਪਾਓ ਪਰ ਤੁਸੀਂ ਤੁਹਾਡਾ ਕੌਨਫੀਡੈਂਟ ਉਦਾਂ ਦਾ ਹੋਵੇ ਨਾ ਫਿਰ ਮੈਨੂੰ ਨਹੀਂ ਲੱਗਦਾ ਬੰਦਾ ਮਾੜਾ ਲੱਗ ਸਕਦਾ ਕੌਨਫੀਡੈਂਸ ਜੇ ਲੋ ਹੋਵੇ ਉਹਨੂੰ ਅਪ ਕਰਨ ਲਈ ਕੀ ਕਰਦਾ ਮੈਂ ਉਦੋਂ ਗਾਣੇ ਸੁਣਦੀ ਹਾਂ ਰੱਬ ਨੂੰ ਯਾਦ ਕਰਦੀ ਹਾਂ ਸੁਣਾ ਦਿਓ ਇੱਕ ਮੈਂ ਸਿੰਗਰ ਨਹੀਂ ਇੰਨੀ ਵਧੀਆ ਮੈਂ ਗੁਣਗੁਣਾ ਲੈਂਦੀ ਹਾਂ ਪਰ ਮੇਰਾ ਆਹ ਬਹਾਨਾ ਸੁਣਦੇ ਅਸੀਂ ਜਦ ਵੀਡੀਓ ਲੈਣ ਚ ਆਏ ਅਸੀਂ ਸੁਣਦੇ ਆਏ ਹਾਂ ਜੀ ਨਹੀਂ ਨਹੀਂ ਇੱਕ ਦੋ ਲਾਈਨ ਹੀ ਸੁਣਾ ਸਕਦੀ ਮੈਂ ਗਾ ਕੇ ਨਹੀਂ ਜੀਤ ਜਾਏਂਗੇ ਹਮ ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ
ਅਤੇ ਮੈਡਮ ਤੁਸੀਂ ਆਹ ਜੰਗ ਜਿੱਤ ਲਈ ਆ, ਹੁਣ ਬਾਕੀ ਆਡੀਅੰਸ ਦਾ ਫੈਸਲਾ ਉਹ ਕੀ ਕਰਨਗੇ, ਅਤੇ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਇੱਕ ਵਾਰੀ ਫਿਰ ਤੋਂ, ਅਤੇ ਤੁਸੀਂ ਅੱਜ ਮੈਨੂੰ ਲੱਗਦਾ ਉਹ ਬਾਬੇ ਵਾਲੀ ਰਿੰਗ ਪਾਈ ਨਹੀਂ ਹੈਗੀ, ਅਗਲੀ ਵਾਰ ਪਾਈ। ਚੰਗਾ, ਜੁੜੇ ਸਾਡੇ ਚੈਨਲ 25 ਤਰੀਕ ਨੂੰ ਨਿਸ਼ਾਨਾ। ਭਾਵਨਾ ਸਾਹਿਬ ਕੀ ਹਾਲ ਚਾਲ? ਵਧੀਆ ਜੀ। ਆਈ ਫਿਲਮ 'ਚ ਕਨਫਿਊਜ਼ ਹੋ ਰਹੀ, ਸੱਚੀ ਬਹੁਤ ਸੋਹਣੇ ਲੱਗ ਰਹੇ, ਜਿਹੜਾ ਤੁਹਾਡੇ ਸੂਟ ਕਿਹਨੇ ਡਿਜ਼ਾਇਨ ਕੀਤੇ? ਪਹਿਲਾ ਸਵਾਲ ਤੁਹਾਨੂੰ ਇਹ। ਨਵਦੀਪ ਸਾਡੇ ਕੋਸਟਿਊਮ ਡਿਜ਼ਾਈਨਰ, ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਅਬਲੇ ਸਟੂਡੀਓ ਉਹਨਾਂ ਵੱਲੋਂ, ਪੂਰਨਮਾਸ਼ੀ ਸੌਂਗ ਦੇ ਵਿੱਚ ਬਹੁਤ ਪਿਆਰੇ ਪਿਆਰੇ ਸੂਟਸ ਹੈ, ਅਤੇ ਕੋਟ ਪੈਂਟ ਵਾਲੀ ਲੁੱਕ ਵੀ ਉਹ ਵੀ ਬੜੀ ਖਤਰਨਾਕ ਕੱਢੀ ਹੈ ਨਾ। ਯੈਸ ਯੈਸ, ਕਨਫਿਊਜ਼ ਹੋ ਗਏ ਸੀ ਵੀ ਕਿਹੜੀ ਲੁੱਕ ਨੂੰ ਰੇਟ ਕਰੀਏ, ਵੀ ਉਹ ਵਾਲੀ ਅੱਛੀ ਆ, ਉਹ ਵਾਲੀ ਅੱਛੀ ਆ। ਇੱਕ ਗੱਲ ਮੈਂ ਹੋਰ ਨੋਟ ਕੀਤੀ ਆ, ਤੁਹਾਡੀਆਂ ਸਹੇਲੀਆਂ ਵੀ ਬਹੁਤ ਸੋਹਣੀਆਂ ਨੇ। ਥੈਂਕ ਯੂ। ਕਿੱਥੋਂ ਲੈ ਕੇ ਆਉਂਦੇ ਇੱਦਾਂ ਦਾ ਸਰਕਲ, ਇਹ ਕਿੱਥੋਂ ਮਿਲਦੀਆਂ? ਅਤੇ ਦੇਖ ਕਿਹੜੀ ਕਿਹੜੀ ਜਗ੍ਹਾ 'ਤੇ ਪਾਏ ਜਾਂਦੇ ਇਹ ਲੋਕ, ਇਹੋ ਜਿਹੇ ਲੋਕ? ਇਹ ਬਿਊਟੀ ਤੁਹਾਨੂੰ ਲੁਧਿਆਣੇ 'ਚ ਪਾਈ ਜਾਂਦੀ ਹੈ, ਮੇਰੇ ਸਾਰੇ ਫੈਨਸ ਲੁਧਿਆਣੇ ਦੀ ਹੈ, ਅਤੇ ਫਿਰ ਐਵੇਂ ਥੋੜ੍ਹਾ ਨਾਲ ਲੁਧਿਆਣਾ ਮੰਨਿਆ ਜਾਂਦਾ ਹੈ ਹਰ ਕਿਤੇ, ਹੈ ਨਾ। ਕੱਲ੍ਹ ਕੇ ਨਹੀਂ ਬੋਲ ਸਕਦੇ, ਸਾਨੂੰ ਪਤਾ ਲੱਗੇ ਤੁਹਾਡੇ ਡੈਡੀ ਸਾਹਮਣੇ ਖੜ੍ਹੇ। ਹਾਂਜੀ। ਅਤੇ ਕੀ ਚੱਲ ਰਿਹਾ ਹੁਣ ਦਿਲੋਂ ਦਿਮਾਗ ਵਿੱਚ, ਪਹਿਲੀ ਫਿਲਮ ਕੀਤੀ? ਯਕੀਨ ਨਹੀਂ ਹੋ ਰਿਹਾ, ਇੱਕ ਡਰੀਮ ਲੱਗ ਰਿਹਾ, ਡਰੀਮ ਕਮ ਥਰੂ ਮੂਮੈਂਟ ਹੈ, ਲੱਗ ਰਿਹਾ ਵੀ ਇਹੀ ਚੱਲਦਾ ਰਹੇ ਸਕਰੀਨ 'ਤੇ, ਮੈਂ ਆਉਂਦੀ ਰਹਾਂ ਅਤੇ ਮੈਂ ਆਪਣੇ ਆਪ ਨੂੰ ਦੇਖਦੀ ਰਹਾਂ। ਆਈ ਐਮ ਵੈਰੀ ਹੈਪੀ, ਆਈ ਹੈਵ ਨੋ ਵਰਡਸ। ਜਦੋਂ ਸਕਰੀਨ 'ਤੇ ਤੁਸੀਂ ਆਉਂਦੇ ਨਹੀਂ ਸੀ, ਦਿਲ 'ਚ ਆਉਂਦਾ ਨਹੀਂ ਸੀਗਾ ਹਾਏ ਸੁਪਰ ਸਟਾਰ? ਸੁਪਰਸਟਾਰ ਨਹੀਂ, ਪਰ ਫੀਲ ਤਾਂ ਇੱਕ ਆਉਂਦਾ ਹੀ ਹੈ ਨਾ, ਮਤਲਬ ਜਦੋਂ ਆਪਣੇ ਨੂੰ ਵੱਡੀ ਸਕਰੀਨ 'ਤੇ ਦੇਖਦਾ। ਮੈਨੂੰ ਐਵੇਂ ਸੀਗਾ ਵੀ ਮੇਰੀ ਜੋ ਮੈਂ ਚਾਹੁੰਦੀ ਸੀ, ਮੇਰੀ ਮਿਹਨਤ, ਕੋਵਿਡ ਆ ਗਿਆ ਵਿੱਚ ਕਾਫੀ ਕੁਝ ਸਲੋ ਹੋ ਗਿਆ, ਮੈਂ ਕਦੋਂ ਤੋਂ ਆਪਣੇ ਆਪ ਨੂੰ ਬਿਗ ਸਕਰੀਨ 'ਤੇ ਦੇਖਣਾ ਚਾਹੁੰਦੀ ਸੀ, ਉਹ ਫਾਈਨਲੀ ਅੱਜ ਆ ਕੇ ਪੂਰਾ ਹੋਇਆ ਹੈ, ਅਤੇ ਮੈਨੂੰ ਸੀਗਾ ਬਸ ਇੱਥੇ ਸਟੋਪ ਹੋ ਜਾਵੇ ਅਤੇ ਮੈਂ ਬਸ ਆਪਣੇ ਆਪ ਨੂੰ ਦੇਖਦੀ ਰਹਾਂ। ਜਦੋਂ ਤੁਸੀਂ ਦੇਖਦੇ ਸੀ ਤੁਹਾਡਾ ਸੀਨ ਸੀ ਜਾਂ ਡਾਇਲੋਗ ਸੀ, ਰਿਐਕਸ਼ਨ ਨੋਟ ਕੀਤੇ ਆਲੇ ਦੁਆਲੇ ਕੀ ਸੋਚੀ ਦੇਖਦੇ? ਨਹੀਂ, ਮੈਂ ਦੇਖ ਰਹੀ ਸੀ, ਮੈਂ ਰਿਐਕਸ਼ਨ ਸੱਚੀ ਨਹੀਂ ਇੱਧਰ ਉੱਧਰ ਨੋਟ ਕੀਤਾ, ਮਹਿਕ ਦਾ ਕਰੈਕਟਰ ਪੂਰਾ ਇੰਜੋਏ ਕਰ ਰਹੀ ਸੀ ਉਸ ਵਕਤ, ਅਤੇ ਮੈਂ ਬਹੁਤ ਖੁਸ਼ ਸੀਗੀ, ਅਤੇ ਲੋਕ ਬਹੁਤ ਤਾਲੀਆਂ ਵੀ ਹੈ ਨਾ ਐਪਰੀਸ਼ੀਏਟ ਕਰ ਰਹੇ ਸੀਗੇ, ਜਿਵੇਂ ਕਈ ਸੀਨਸ ਬਹੁਤ ਇੰਪੋਰਟੈਂਟ ਹੈ, ਬਹੁਤ ਮੈਸੇਜ ਡਿਪਿਕਟ ਹੋ ਰਿਹਾ ਹੈ, ਅਤੇ ਵਧੀਆ ਰਿਵਿਊ ਹੈ ਸਭ ਦਾ। ਬਾਕੀ ਮੀਡੀਆ ਵਿਲ ਕ੍ਰੀਏਟ ਅਵੇਅਰਨੈਸ ਤਾਂ ਕਿ ਇੱਦਾਂ ਦੇ ਕਨਸੈਪਟਸ ਹੋਰ ਅੱਗੇ ਆਉਣ, ਤਾਂ ਕਿ ਲੋਕ ਪਿਆਰ ਦੇਣ, ਤਾਂ ਕਿ ਇੱਦਾਂ ਦੇ ਕਨਸੈਪਟਸ ਪੰਜਾਬੀ ਇੰਡਸਟਰੀ ਵੀ ਹੋਰ ਗਰੋ ਕਰੇ। ਘਰਦਿਆਂ ਨਾਲ ਬੈਠ ਕੇ ਆਪਣੀ ਫਿਲਮ ਦੇਖਣੀ ਕਿੰਨੀ ਔਖੀ ਹੁੰਦੀ ਹੈ? ਔਖੀ ਤਾਂ ਨਹੀਂ ਹੁੰਦੀ, ਬਿਕੋਜ਼ ਦੇਖੋ ਫਸਟ ਮੂਵੀ ਹੈ, ਡੈਬਿਊ ਹੈ, ਤੁਸੀਂ ਆਲਵੇਜ਼ ਲਰਨ ਕਰਦੇ ਹੋ, ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ, ਸੈਕਿੰਡ ਤਾਂ ਹੋਰ ਵਧੀਆ ਹੁੰਦਾ, ਥਰਡ ਸ਼ੋਰ ਵਧੀਆ ਹੁੰਦਾ, ਅਤੇ ਔਖੀ ਨਹੀਂ ਹੁੰਦੀ। ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ, ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ, ਐਵੇਂ ਲੱਗਦਾ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ, ਵੀ ਪੇਰੈਂਟਸ ਨੂੰ ਪੇਬੈਕ ਕੀਤਾ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ। ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ, ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ, ਅਤੇ ਬੈਸਟ ਆਫ ਲੱਕ, ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ। ਸਿਨੇਮਾਜ਼ ਨੀਅਰ ਯੂ, ਫਟਾਫਟ ਜਾਓ, ਹੁਮ ਹੁਮ ਆ ਕੇ ਪਹੁੰਚੋ, ਅਤੇ ਬਹੁਤ ਜ਼ਿਆਦਾ ਪਿਆਰ ਦਿਓ। ਥੈਂਕ ਯੂ ਸੋ ਮਚ। ਤਨੋਰ ਭਾਅ ਜੀ ਕੀ ਹਾਲ ਚਾਲ? ਵਧੀਆ ਬਾਈ, ਤੂੰ ਦੱਸ। ਜਿਹੜੀ ਆਪਾਂ ਗੱਲ ਕਰਦੇ ਸੀ ਨਾ, ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ, ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂੰਗਾ, ਲੱਗ ਗਿਆ। ਸੱਚੀ ਕਿਵੇਂ ਲੱਗੀ ਫਿਲਮ ਬਾਈ, ਤੂੰ ਦੱਸ। ਫਿਲਮ ਸੱਚੀ ਬਹੁਤ ਅੱਛੀ ਲੱਗੀ ਹੈ। ਜਿਹੜੀ ਆਪਾਂ ਕੈਮਰੇ 'ਤੇ ਕਹਿ ਰਹੇ, ਮੈਨੂੰ ਜਿਹੜੀ ਚੀਜ਼ ਦੀ ਕਮੀ ਲੱਗੀ, ਮੈਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਮਿਊਜ਼ਿਕ ਦੀ ਕਮੀ ਲੱਗੀ, ਮੇਰਾ ਪਰਸਨਲ ਐਕਸਪੀਰੀਅੰਸ। ਬੈਕਗਰਾਊਂਡ ਮਿਊਜ਼ਿਕ ਸਾਡਾ ਬਹੁਤ ਅੱਛਾ ਹੈ ਫਿਲਮ ਦਾ, ਅਤੇ ਦੱਸਾਂ ਕੀ ਇਹ ਇਸ ਸਿਨੇਮਾ ਦੀ ਜਿਹੜੀ ਬੈਕਗਰਾਊਂਡ ਜਿਹੜੀ ਸਾਊਂਡ ਹੈ ਇੱਥੇ, ਉਹ ਥੋੜ੍ਹੀ ਜਿਹੀ ਮਾੜੀ ਹੈ। ਇਹ ਵੀ ਹਾਂ, ਤੁਸੀਂ ਕਲੀਅਰ ਕਰ, ਮਾੜੀ ਹੈ ਅਸੀਂ ਸਿਨੇਮੇ, ਅਸੀਂ ਤਾਂ ਉਦੋਂ ਹੀ ਨੋਟਿਸ ਕਰਾਂ ਕਿਉਂਕਿ ਅਸੀਂ ਐਡੀਟਿੰਗ 'ਚ ਦੇਖੀ ਹੋਈ ਹੈ ਫਿਲਮ, ਜੋ ਅਸੀਂ ਦੇਖੀ ਆ ਫਿਲਮ, ਇਹ ਜਿਹੜੀ ਇਸ ਸਿਨੇਮਾ ਦੀ ਸਾਊਂਡ ਕੁਆਲਿਟੀ ਅੱਛੀ ਨਹੀਂ ਗਈ, ਇਹੀ ਪ੍ਰੋਬਲਮ ਹੈ। ਜਦੋਂ ਪਤਾ ਸੀ ਵੀ ਐਂਟਰੀ ਹੋਣ ਵਾਲੀ ਹੈ, ਨਰਵਸ ਤਾਂ ਹੋਊਂਗੇ ਨਾ ਕਿਤੇ ਕਿਤੇ, ਵੀ ਕਿੰਨੇ ਲੋਕਾਂ ਨੇ ਮੈਨੂੰ ਦੇਖਣਾ? ਖੁਸ਼ੀ ਸੀਗੀ, ਨਰਵਸ ਨਹੀਂ ਸੀ, ਸਾਰਾ ਕੁਝ ਸੀਗਾ, ਸਾਰੇ ਇਮੋਸ਼ਨਸ ਸੀਗੇ। ਜਦੋਂ ਇਫੈਕਟ ਕਰਦੇ ਹੋ, ਜਦੋਂ ਤੁਸੀਂ ਸ਼ਰਟ ਜੀ ਲਾਈ, ਮੈਂ ਕਿਹਾ ਜੇ ਕਿਤੇ ਵਿਕਰਮ ਸਰ ਵੀ ਲੈ ਲੈਣ, ਮੇਰਾ ਸਵਾਦ ਆ ਜਾਵੇ ਉਹਨਾਂ ਦੀ ਲਵਾਈ ਕਿਉਂ? ਤੁਸੀਂ ਉਹਨਾਂ ਨੂੰ ਪੁੱਛੋ। ਅੱਛਾ ਸੀਗੀ, ਮੈਂ ਲੱਗਿਆ ਪਤਾ ਨਹੀਂ ਫਾਈਟ ਸੀਕੁਐਂਸ ਦਾ, ਮੈਂ ਪੁੱਛੂਗਾ ਉਹਨਾਂ ਕੋਲ। ਪੁੱਛੋ ਉਹਨਾਂ ਨੂੰ, ਮੈਂ ਨਹੀਂ ਕੁਛ ਕਹਿਣਾ, ਉਹਨਾਂ ਨੂੰ ਪੁੱਛਿਆ। ਅਤੇ ਹੁਣ ਜਦੋਂ ਲੋਕ ਮਿਲ ਰਹੇ ਆ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ, ਕੀ ਹੁੰਦਾ? ਰੱਬ ਦਾ ਸ਼ੁਕਰ ਨਿਕਲਦਾ ਦਿਲ ਚੋਂ? ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ, ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ, ਅਤੇ ਮੈਂ ਤਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਸ਼ੁਕਰਗੁਜ਼ਾਰ ਹਾਂ, ਆਪਣੀ ਮੌਮ ਅਤੇ ਡੈਡ ਨੂੰ ਵੀ ਥੈਂਕ ਯੂ ਜੀ, ਮੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਤੁਸੀਂ, ਅਤੇ ਮੈਨੂੰ ਇੱਥੇ ਲੈ ਕੇ ਆਏ, ਇਸ ਮੁਕਾਮ 'ਤੇ ਖੜਾ ਕੀਤਾ ਮੈਨੂੰ, ਅਤੇ ਬਾਕੀ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਕਿ ਆਡੀਅੰਸ ਨੂੰ ਆਪਣੀ ਫਿਲਮ ਵਧੀਆ ਲੱਗੀ, ਅਤੇ ਮੈਂ ਤਾਂ ਕਹਿੰਦਾ ਵੀ 25 ਨਵੰਬਰ ਨੂੰ ਪਲੀਜ਼ ਵੀ ਦੇਖਿਓ ਸਾਡੀ ਫਿਲਮ। ਜ਼ਿੰਦਗੀ ਦਾ ਬਹੁਤ ਵੱਡਾ ਦਿਨ ਅਸੀਂ, ਜ਼ਿਆਦਾ ਟਾਈਮ ਨਹੀਂ ਲੈਣਾ, ਅਤੇ ਮੁਬਾਰਕਾਂ ਬਹੁਤ ਬਹੁਤ, ਅਤੇ ਹੁਣ ਇਹ ਗੱਡੀ ਇੱਥੇ ਰੁਕਣੀ ਨਹੀਂ ਚਾਹੀਦੀ, ਇਹ ਚੜ੍ਹਾਈਆਂ ਉੱਪਰ ਨੂੰ ਚੜ੍ਹਦੀਆਂ। ਕਿਵੇਂ ਲੱਗੀ
ਪੈਰਲਲ ਕਰੈਕਟਰਸ ਦਾ ਉਹ ਡਾਇਰੈਕਟਰ ਦੇ ਹਿੱਸੇ ਵੀ ਜਾਂਦੀ ਜੀ। ਹਾਂਜੀ ਹਾਂਜੀ ਡਾਇਰੈਕਟਰ ਸਾਹਿਬ ਦੀ ਤਾਰੀਫ ਆ ਵੀ ਦੋਨਾਂ ਨੂੰ ਆਏ ਨਹੀਂ ਵੀ ਇੱਕ ਬੰਦੇ ਨੂੰ ਜ਼ਿਆਦਾ ਚੱਕਦਾ ਜਾਂ ਕਿਸੇ ਨੂੰ ਚੱਕਦਾ ਦੋਨੇ ਇਕੁਅਲ ਸੀ ਅਤੇ ਉਹ ਮਤਲਬ ਵੀ ਅਤੇ ਸਾਡੀ ਦੋਨਾਂ ਦੀ ਮਤਲਬ ਕੈਮਿਸਟਰੀ ਵੀ ਬਹੁਤ ਵਧੀਆ ਲੱਗੀ ਮੈਨੂੰ ਆਪ ਇੰਨੀ ਵਾਰ ਜਿਵੇਂ ਸਾਰਾ ਕੁਝ ਦੇਖ ਕੇ ਅਤੇ ਮਤਲਬ ਕਹਿੰਦਾ ਵਾਹਿਗੁਰੂ ਦੀ ਮਿਹਰ ਆ ਜੀ ਦੀ ਇੰਨੀ ਵਧੀਆ ਫਿਲਮ ਬਣ ਗਈ ਜੀ। ਠੀਕ ਆ ਬਾਈ ਥੈਂਕ ਯੂ ਸੋ ਮੱਚ ਮੁਬਾਰਕ ਇੱਕ ਵਾਰੀ ਦੇਖੋ ਜੀ ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ ਅਤੇ ਮੇਰੇ ਨਾਲ ਜੋ ਮੇਰੇ ਦੋਸਤ ਮਿੱਤਰ ਆਏ ਅਤੇ ਬਹੁਤ ਵਧੀਆ ਫਿਲਮ ਬਣਾਈ ਡਾਕਟਰ ਸਾਹਿਬ ਦੀ ਅਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ। ਰੀਜ਼ਨ ਕੀ ਇੱਕ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ 'ਤੇ ਫਿਲਮ ਬਣਾਈ ਹੈ ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ ਅਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ। ਬਸ ਬਹੁਤ ਜ਼ਿਆਦਾ ਖੁਸ਼ੀ ਇਮੋਸ਼ਨਲ ਵੀ ਕਿਉਂਕਿ ਫਿਲਮ ਦੇਖ ਲਈ ਅਤੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੁਣ ਮਤਲਬ ਇੱਕ ਹਾਈ ਨਹੀਂ ਹੁੰਦਾ ਬੰਦੇ ਨੂੰ ਉਹ ਹੋ ਰਿਹਾ ਨੈਚੁਰਲ ਹਾਈ ਹੋ ਰਿਹਾ ਮੈਨੂੰ। ਜੰਗ ਬਹਾਦਰ ਸਾਹਿਬ ਹਾਂਜੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਅਸੀਂ ਜਿੰਨੀ ਮਿਹਨਤ ਕਰਨੀ ਸੀ ਜਾਂ ਫਿਲਮ ਜੇ ਅਸੀਂ ਡਾਇਰੈਕਟਰ ਸਾਹਿਬ ਨੇ ਬਣਾਉਣੀ ਸੀ ਜਾਂ ਪ੍ਰੋਡਿਊਸਰ ਸਾਹਿਬ ਨੇ ਜਿੰਨਾ ਖਰਚਾ ਕਰਕੇ ਇੰਨਾ ਵਧੀਆ ਸਿਨੇਮਾ ਬਣਾਇਆ ਇਹ ਹੁਣ ਤੁਸੀਂ ਦੇਖ ਲਿਆ ਹੁਣ ਤੁਸੀਂ ਇਹਦੇ ਬਾਰੇ ਦੱਸੋ ਜਾਂ ਪ੍ਰੈਸ 'ਚ ਲਿਖੋ ਜਾਂ ਸਵੇਰੇ ਅਖਬਾਰਾਂ 'ਚ ਕਹੋ ਜਾਂ ਟੀਵੀ 'ਤੇ ਦਿਖਾਓ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ। ਬਿਲਕੁਲ ਅਸੀਂ ਨੇ ਮਿਹਨਤ ਕੀਤੀ ਹੈ ਤੁਸੀਂ ਅੱਜ ਸਾਰਾ ਪ੍ਰੈਸ ਮੀਡੀਆ ਹੈ ਤੁਸੀਂ ਨੇ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਚੰਗਾ ਦੱਸਿਓ ਜੇ ਮਾੜੀ ਲੱਗੀ ਤਾਂ ਮਾੜੀ ਦੱਸਿਓ ਪਰ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਹੀ ਲੱਗੀ ਹੋਣੀ ਹੈ ਅਤੇ ਜਿਹੜਾ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ ਚਾਹੇ ਬੈਕਗਰਾਊਂਡ ਹੋਣ ਡਾਇਰੈਕਸ਼ਨ ਟੀਮ ਹੋਵੇ ਟੈਕਨੀਕਲ ਹੋਵੇ ਉਹਨਾਂ ਨੇ ਤਾਂ ਬਹੁਤ ਜ਼ੋਰ ਲਾ ਕੇ ਕੰਮ ਕੀਤਾ ਹੁੰਦਾ ਉਹ ਕੀਤਾ ਹੁੰਦਾ ਆਡੀਅੰਸ ਵਾਸਤੇ ਤੁਹਾਡੇ ਵਾਸਤੇ ਬਸ ਤੁਸੀਂ ਦੱਸਿਓ ਕੱਲ੍ਹ ਨੂੰ ਵੀ ਇਹ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ ਬਾਕੀ ਬਹੁਤ ਖੁਸ਼ੀ ਹੈ ਮੈਨੂੰ ਰੋਜ਼ ਦਾ ਜਿਹੜਾ ਬ੍ਰੇਕ ਹੋਇਆ ਬਹੁਤ ਅੱਛਾ ਇਹਦਾ ਡੈਬਿਊ ਬਹੁਤ ਅੱਛਾ ਸਮਝ ਨਹੀਂ ਆ ਰਿਹਾ ਮੈਂ ਤਾਂ ਮੈਂ ਨਮ ਹਾਂ ਬਹੁਤ ਜ਼ਿਆਦਾ ਮੈਨੂੰ ਮੇਰੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਉਸ ਟਾਈਮ ਲਾਈਕ ਉਹ ਬਟ ਸਟਿਲ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿਵੇਂ ਦੀ ਲੱਗੀ ਔਰ ਤੁਸੀਂ ਇਹ ਮੈਸੇਜ ਦੇਣਾ ਲੋਕਾਂ ਨੂੰ 25 ਤਰੀਕ ਨੂੰ ਤਾਂ ਕਿ ਲੋਕ ਸਿਨੇਮਾ 'ਚ ਆਉਣ ਸਾਡੀ ਫਿਲਮ ਦੇਖਣ ਬਸ ਇਹੀ ਆ ਸਾਡੇ ਸਾਰਿਆਂ ਨੂੰ ਮਿਹਨਤ ਸਫਲ ਰਵਨੀਤ ਭਾਈ ਸਾਨੂੰ ਤੁਹਾਡੇ ਰਿਵਿਊ ਚਾਹੀਦੇ ਨੇ ਜੀ ਹਾਂਜੀ ਹਾਂਜੀ ਦੱਸੋ ਵੀ ਮੈਂ ਫਿਲਮ ਦਾ ਹਿੱਸਾ ਨਹੀਂ ਹਾਂ ਪਰ ਮੈਂ ਇਹਨਾਂ ਦਾ ਪਰਿਵਾਰਕ ਹਿੱਸਾ ਸਾਰਿਆਂ ਦਾ ਸਾਜੀ ਕੁਲਵਿੰਦਰ ਔਰ ਸਨਰੋਜ਼ ਭਾਈ ਨਾਲ ਮੁਲਾਕਾਤ ਹੋਈ ਸਰ ਨੂੰ ਜੀ ਅਸੀਂ ਵੇਖ ਵੇਖ ਵੱਡੇ ਹੋਏ ਹਾਂ ਭਾਵਨਾ ਹੋ ਗਏ ਸੋ ਸਾ ਗੁੱਗੂ ਗਿੱਲ ਸਾਹਿਬ ਜਿਹੜੇ ਥੰਮ ਨੇ ਸੋ ਬਹੁਤ ਵਧੀਆ ਇੱਕ ਮੀਨਿੰਗਫੁਲ ਸਿਨੇਮਾ ਤੁਹਾਡੀ ਵੋਟ ਦੀ ਕੀ ਵੈਲਿਊ ਹੈ ਉਹ ਵੀ ਤੁਹਾਨੂੰ ਪਤਾ ਲੱਗੂ ਕਿ ਡੌਰੀ ਸਿਸਟਮ ਦੀ ਗੱਲ ਹੋਈ ਹੈ ਨਸ਼ੇ ਦੇ ਖਿਲਾਫ ਗੱਲ ਹੋਈ ਹੈ ਸੋ ਇੱਕ ਪਰਿਵਾਰ ਬਹਿ ਕੇ ਫਿਲਮ ਦੇਖੂਗਾ ਔਰ ਨੌਜਵਾਨ ਪੀੜ੍ਹੀ ਜ਼ਰੂਰ ਇੱਥੋਂ ਕੁਛ ਨਾ ਕੁਛ ਸਿੱਖੂਗੀ ਸੋ ਜ਼ਰੂਰ ਹੱਥ ਬੰਨ ਕੇ ਬੇਨਤੀ ਹੈ ਪਰਿਵਾਰ ਜ਼ਰੂਰ ਆਉਣ ਕਿੱਦਾਂ ਦੀ ਫਿਲਮ ਲੱਗੀ ਬਾਕੀ ਤੁਸੀਂ ਦੱਸ ਦੇਣਾ ਜੀ ਡਾਇਰੈਕਟਰ ਸਾਹਿਬ ਹਾਂਜੀ 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 ਸੁੱਖੀ ਸਾਹਿਬ ਕੈਪਟਨ ਆਫ ਦਾ ਸ਼ਿਪ ਕਿਵੇਂ ਦੀ ਫੀਲਿੰਗ ਹੈ ਸਰ ਤੁਹਾਡੇ ਵੱਲੋਂ ਜਦੋਂ ਵੀ ਸਿਨੇਮਾ ਬਣਾਇਆ ਜਾਂਦਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਉਹਨੇ ਸਾਰੀ ਟੀਮ ਨੇ ਦੇਖੀ ਤੁਹਾਡੇ ਦੋਸਤਾਂ ਮਿੱਤਰਾਂ ਨੇ ਕਿਹੜੇ ਕਿਹੜੇ ਕੰਪਲੀਮੈਂਟ ਤੁਹਾਨੂੰ ਮਿਲੇ ਨੇ ਹੁਣੇ ਦੇਖੋ ਕੰਪਲੀਮੈਂਟ ਤਾਂ ਹੁਣ 25 ਤਰੀਕ ਨੂੰ ਲੋਕ ਦੇਣਗੇ ਮੈਂ ਤਾਂ ਤੁਹਾਡੇ ਮੀਡੀਆ ਦੇ ਥਰੂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਆ ਤਾਂ ਇਹ ਇਮਾਨਦਾਰੀ ਦੇ ਨਾਲ ਮੈਸੇਜ ਸਾਰੇ ਲੋਕਾਂ ਨੂੰ ਪਹੁੰਚਾਓ ਕਿ ਆਪਾਂ ਵਾਕਈ ਚਾਹੁੰਦੇ ਹਾਂ ਵੀ ਪੰਜਾਬੀ ਸਿਨੇਮਾ ਨੈਕਸਟ ਲੈਵਲ 'ਤੇ ਜਾਵੇ ਪੰਜਾਬੀ ਸਿਨੇਮਾ ਟੈਕਨੀਕਲੀ ਸਕ੍ਰਿਪਟ ਵਾਈਜ਼ ਗਰੋ ਕਰੇ ਤਾਂ ਤੁਸੀਂ ਸਾਰੇ ਜਾਣੇ ਲੋਕਾਂ ਨੂੰ ਅਪੀਲ ਕਰੋ ਕਿ 25 ਤਰੀਕ ਨੂੰ ਆਉਣ ਸਾਡੇ ਨਿਸ਼ਾਨੇ ਨੂੰ ਅਗਰ ਉਹ ਸਕਸੈਸ ਕਰਦੇ ਤਾਂ ਅੱਗੇ ਅਗਲਾ ਨਿਸ਼ਾਨਾ ਇੱਦੋਂ ਵੀ ਵੱਡਾ ਲਾਵਾਂ ਨਸ਼ਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਪੰਜਾਬ 'ਚ ਹੋਰ ਕਿਹੜੇ ਕਿਹੜੇ ਐਸੇ ਮੁੱਦੇ ਹੈ ਜਿੱਥੇ ਲੱਗਦਾ ਹੈ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ ਬਹੁਤ ਮੁੱਦੇ ਨੇ ਇਕੱਲਾ ਮੁੱਦਾ ਜੋ ਪਰ ਇਸ ਫਿਲਮ ਦੇ ਵਿੱਚ ਆਪਾਂ ਦੇਖਿਆ ਗਿਆ ਕਿ ਦੋ ਅਸੀਂ ਜਿਹੜੇ ਹੈਗੇ ਹਾਂ ਉਹ ਬੇਰੁਜ਼ਗਾਰਾਂਗੇ ਅਤੇ ਇਹਦੇ ਵਿੱਚ ਡੋਰੀ ਦੀ ਵੀ ਗੱਲ ਕੀਤੀ ਗਈ ਹੈ ਨਸ਼ਿਆਂ ਦੀ ਵੀ ਗੱਲ ਕੀਤੀ ਗਈ ਹੈ ਕਈ ਹਾਂ ਕਈ ਤਰ੍ਹਾਂ ਦੇ ਮੁੱਦੇ ਹੈਗੇ ਨੇ ਜੋ ਤੁਸੀਂ ਨੇ ਤਾਂ ਫਿਲਮ ਦੇਖੀ ਹੈ ਤੁਹਾਨੂੰ ਤਾਂ ਪਤਾ ਹੈ ਇਹ ਮੈਸੇਜ ਤੁਸੀਂ ਨੇ ਦੱਸਣਾ ਆਡੀਅੰਸ ਨੂੰ ਕਿ 25 ਨਵੰਬਰ ਨੂੰ ਕਿਉਂ ਫਿਲਮ ਦੇਖਣੀ ਹੈ ਕਿਉਂ ਫਿਲਮ ਦੇਖਣੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਉਹ ਮੁੱਦਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਗੱਲਾਂ ਕਰਦੇ ਹਾਂ ਕਿ ਆਹ ਮੁੱਦਿਆਂ ਦਾ ਅਸੀਂ ਦੇਖ ਰਹੇ ਹਾਂ ਅਤੇ ਇੰਟਰਟੇਨਮੈਂਟ ਵੀ ਹੈ ਤੁਸੀਂ ਨੇ ਐਕਸ਼ਨ ਦੇਖਿਆ ਫਸਟ ਟਾਈਮ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਤਾਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨਹੀਂ ਹੈ ਪਰ ਡਾਇਰੈਕਟਰ ਸਾਹਿਬ ਨੇ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਬੜੀ ਮਿਹਨਤ ਨਾਲ ਸਾਊਥ ਦੇ ਆਰਟਿਸਟ ਜੋ ਐਕਸ਼ਨ ਦੇ ਕਮਾਲ ਦੇ ਬਾ ਕਮਾਲ ਦਾ ਸਾਨੂੰ ਮੈਨੂੰ ਵੀ ਆ ਲੱਗਦਾ ਹੁੰਦਾ ਜਦੋਂ ਮੈਂ ਸਾਊਥ ਦੀਆਂ ਫਿਲਮਾਂ ਦੇਖਦਾ ਸੀਗਾ ਵੀ ਕਿਸੇ ਨੂੰ ਮੁੱਕੀ ਮਾਰ ਕੇ ਬੰਦਾ ਕਿਵੇਂ ਡਰਦਾ ਨੇ ਪਰ ਉਹ ਅਸੀਂ ਮੈਂ ਖੁਦ ਆਪਣੇ ਆਪ ਅਜਮਾ ਕੇ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ।
ਹੈ ਮੇਰੇ ਲਈ ਮੈਨੂੰ ਯਕੀਨ ਨਹੀਂ ਹੋ ਰਿਹਾ ਆਪਣੇ ਆਪ ਨੂੰ ਬਿਗ ਸਕਰੀਨ 'ਤੇ ਦੇਖਣਾ ਕਦੋਂ ਦਾ ਸੁਪਨਾ ਸੀਗਾ ਕੋਵਿਡ ਕਾਰਨ ਸਲੋ ਹੋ ਗਿਆ ਬਟ ਫਾਈਨਲੀ ਸਫ਼ਰ ਕਾ ਫਲ ਮਿੱਠਾ ਹੁੰਦਾ ਹੈ ਅੱਜ ਉਹ ਦੇਖ ਵੀ ਲਈ ਚੀਜ਼ ਅਤੇ ਪੰਜਾਬ ਦੀ ਰੀਅਲ ਪਿਕਚਰ ਡਿਪਿਕਟ ਹੋਈ ਹੈ ਨਾ ਕਾਫੀ ਇੰਪੋਰਟੈਂਟ ਇਸ਼ੂਜ ਕਵਰ ਹੋਏ ਸੋ ਆਈ ਵਿਲ ਰਿਕੁਐਸਟ ਆਡੀਅੰਸ ਐਂਡ ਮੀਡੀਆ ਕਿ ਅਵੇਅਰਨੈਸ ਕ੍ਰੀਏਟ ਕਰੋ ਵਧੀਆ ਚੀਜ਼ਾਂ ਨੂੰ ਪ੍ਰਮੋਟ ਕਰੋ ਤਾਂ ਕਿ ਸਾਡੀ ਫਿਲਮ ਸੁਪਰਹਿੱਟ ਕਰ ਸਕੇ ਥੈਂਕ ਯੂ ਸੋ ਮਚ ਨਿਸ਼ਾਨਾ 25 ਨਵੰਬਰ ਨੂੰ ਸਾਰੇ ਜਣੇ ਦੇਖ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈਲੋ ਦੇਖੋ ਜੀ ਨਿਸ਼ਾਨਾ ਦੀ ਗੱਲ ਕਰਦੇ ਹਾਂ ਕਿ ਨਿਸ਼ਾਨੇ ਦਾ ਅੱਜ ਸਾਡਾ ਫਿਲਮ ਦਾ ਪ੍ਰੀਮੀਅਰ ਹੈ ਸਾਰਾ ਮੀਡੀਆ ਦਾ ਪਹਿਲਾਂ ਥੈਂਕਸ ਕਰਦੇ ਹਾਂ ਤੁਸੀਂ ਸਾਰੇ ਪਹੁੰਚੇ ਹੋ ਅਤੇ ਆਪਾਂ ਸਾਰੇ ਐਕਸਾਈਟਡ ਹਾਂ ਕਿ ਫਿਲਮ ਦੇਖਣ ਜਾ ਰਹੇ ਹਾਂ ਕਿ ਹੁਣ ਆਪਾਂ ਆਫਟਰ ਫਿਲਮ ਦੇਖਣ ਤੋਂ ਬਾਅਦ ਆਪਾਂ ਤੁਹਾਡੇ ਵੀ ਰਿਵਿਊਜ਼ ਲਵਾਂਗੇ ਅਤੇ ਅਸੀਂ ਵੀ ਦੱਸਾਂਗੇ ਅਸੀਂ ਆਪਣੀ ਜੋ ਮਿਹਨਤ ਕੀਤੀ ਹੈ ਉਹਦੇ 'ਤੇ ਅਸੀਂ ਖਰੇ ਉਤਰੇ ਹਾਂ ਜਾਂ ਨਹੀਂ ਉਤਰੇ ਬਾਕੀ ਸਾਡੇ ਡਾਇਰੈਕਟਰ ਸਾਹਿਬ ਅੱਜ ਨਾਲ ਨੇ ਇਹਨਾਂ ਨੇ ਸਾਨੂੰ ਬੜੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਡੀ ਇਸ ਫਿਲਮ ਦੇ ਲਈ ਸਾਡੇ ਤੋਂ ਕੋਸ਼ਿਸ਼ ਕਰੀ ਹੈ ਅਸੀਂ ਨੇ ਵਧੀਆ ਬਣਾਉਣ ਦੀ ਅਤੇ 25 ਨਵੰਬਰ ਨੂੰ ਜਾਣੀ ਕਿ ਪਰਸੋਂ ਰਿਲੀਜ਼ ਹੋ ਰਹੀ ਹੈ ਅਤੇ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਸ ਮਿਹਨਤ ਦਾ ਫਲ 25 ਨਵੰਬਰ ਨੂੰ ਤੁਸੀਂ ਜ਼ਰੂਰ ਦਿਓ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਐਂ ਸਾਨੂੰ ਲੱਗਦਾ ਕਿ ਨਿਸ਼ਾਨਾ ਸਾਡਾ ਫੁੱਲ ਵੱਡਾ ਫੁੱਲ ਲੱਗਣਾ ਹੀ ਲੱਗਣਾ ਹਾਂ ਇਹ ਤਾਂ ਹੋਇਆ ਹਾਂ ਇਹ ਗੱਲਾਂ ਆਪਾਂ ਮੈਨੂੰ ਲੱਗਦਾ ਵੀ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਫਿਲਮ ਦੇਖ ਕੇ ਆਵਾਂਗੇ ਆਪਣੇ ਕੋਲ ਤੁਸੀਂ ਸਾਰੇ ਆਪਾਂ ਇਕੱਠੇ ਹੀ ਹੋਵਾਂਗੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਫਿਲਹਾਲ ਆਪਾਂ ਸਾਡਾ ਤੁਸੀਂ ਪੁੱਛੋ ਵੀ ਕਿੰਨੀ ਐਕਸਾਈਟਮੈਂਟ ਹੈ ਡਰ ਹੈ ਹਾਂਜੀ ਬਿਲਕੁਲ ਜੀ ਮੇਰਾ ਗਾਣਾ ਹੈਗਾ ਉਹ ਵੀ ਤੁਸੀਂ ਦੇਖੋ ਨਜ਼ਾਰਾ ਲੈ ਰਹੇ ਹਾਜ਼ਰੀ ਹੈਗੀ ਜੀ ਲਵਾਈ ਹੈ ਇਹਨਾਂ ਨੇ ਧੰਜਲ ਸਾਹਿਬ ਨੇ ਅਤੇ ਬਹੁਤ ਮੈਨੂੰ ਖੁਸ਼ੀ ਹੋਈ ਹੈ ਮੈਂ ਪਰਮਿੰਦਰ ਬਿੱਲਾ ਜੀ ਸੰਡਰੋਜ ਅਤੇ ਨਵੀਆਂ ਹੀਰੋਇਨਾਂ ਦਾ ਕੰਮ ਕਰ ਰਹੇ ਹਾਂ ਧੰਜਲ ਸਾਹਿਬ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਡੇ ਤੋਂ ਰਾਜੀਵ ਮਹਿਰਾ ਸਾਡੀ ਜੋੜੀ ਹੈ ਇਹਦੇ ਵਿੱਚ ਅਤੇ ਬਹੁਤ ਮਜ਼ਾ ਆਊਗਾ ਬਸ ਨਿਸ਼ਾਨਾ ਤੁਸੀਂ ਮਤਲਬ ਮਜ਼ਾ ਆਜੂਗਾ ਫਿਲਮ ਦੇਖ ਸਭ ਕੁਛ ਹੈ ਇਹਦੇ 'ਚ ਮਤਲਬ ਪੂਰੀ ਪਟਾਰੀ ਹੈ ਆਹ ਵੀ ਲਓ ਆਹ ਵੀ ਲਓ ਆਹ ਵੀ ਲਓ ਸਾਰਾ ਮਾਮਲਾ ਪੰਜਾਬ 'ਚ ਮੇਰੀ ਦੂਸਰੀ ਫਿਲਮ ਹੈ ਲੇਕਿਨ ਧੰਦਰ ਸਾਹਿਬ ਨਾਲ ਕੰਮ ਕਰਕੇ ਚੀਜ਼ਾਂ ਮਜ਼ਾ ਆ ਕਿਉਂਕਿ ਹੁਣ ਸਿਨੇਮਾ ਕਰਨ ਨੂੰ ਸਿਨੇਮਾ ਅਤੇ ਫਿਲਮ ਦੇ ਵਿੱਚ ਬਹੁਤ ਫਰਕ ਹੈਗਾ ਕਿਉਂਕਿ ਹੁਣ ਸਿਨੇਮਾ ਕਰਨ ਇਹਦੇ ਵਿੱਚ ਬਹੁਤ ਜ਼ਿਆਦਾ ਮਟੀਰੀਅਲ ਬਹੁਤ ਐਕਸਾਈਟਿਡ ਹੈਗੇ ਹਾਂ ਕਿ ਜਲਦੀ ਜਲਦੀ ਰਿਲੀਜ਼ ਹੋਵੇ ਅਤੇ ਔਰ ਚੱਲ ਚੱਲ ਖੈਰ ਮੇਰਾ ਡੈਬਿਊ ਹੈ ਇਸ ਲਈ ਮੈਂ ਪੂਰੀ ਤਿਆਰੀ ਨਾਲ ਹਰ ਚੀਜ਼ ਪੂਰੀ ਤਿਆਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜਿਵੇਂ ਇੱਕ ਸਕੂਲ ਦਾ ਬੱਚਾ ਇਗਜ਼ਾਮ ਦੇਣ ਜਾਂਦਾ ਜਿਵੇਂ ਅਸੀਂ ਇਗਜ਼ਾਮ ਦੇਣ ਜਾਂਦੇ ਹੁੰਦੇ ਸੀ 10th 11th 12th ਦੇ ਵਿੱਚ ਉਵੇਂ ਦੀ ਯਾਰ ਬਟਰਫਲਾਈ ਇਨ ਮਾਈ ਸਟਮਕਸ ਕਿ ਕਿਵੇਂ ਦਾ ਰਿਸਪੋਂਸ ਆਏਗਾ ਆਪਣੇ ਵੱਲੋਂ ਸਭ ਨੇ ਬਹੁਤ ਮਿਹਨਤ ਕੀਤੀ ਹੈ ਸਰ ਨੇ ਬਹੁਤ ਕੁਝ ਸਿਖਾਇਆ ਅਤੇ ਅੱਜ ਫਾਈਨਲੀ ਉਹ ਡੇ ਆ ਗਿਆ ਜਿਹਦੇ ਲਈ ਸਾਰੇ ਮਿਹਨਤ ਕਰ ਰਹੇ ਸੀ ਅਤੇ ਫਿੰਗਰ ਕ੍ਰੋਸ ਲੈਟਸ ਸੀ ਬੜਾ ਆਪਣੇ ਯੈਸ ਯੈਸ ਬਿਲਕੁਲ ਬਿਲਕੁਲ ਇਹ ਤਾਂ ਬਾਅਦ 'ਚ ਸੁਣੇ ਹੁਣ ਕਿਉਂ ਸੁਣਨੇ ਆ ਬਿਲਕੁਲ ਆਪਣੀ ਹੁਣ ਫਿਲਮ ਆਪਾਂ ਪਹਿਲਾਂ ਦੇਖ ਕੇ ਆਉਣਾ ਸਾਰੇ ਫਿਰ ਤੁਸੀਂ ਕਿਹੋ ਵੀ ਸਾਨੂੰ ਆਹ ਗਾਣਾ ਬੜਾ ਵਧੀਆ ਲੱਗਿਆ ਉਹ ਸੁਣਾਓ ਹਾਂਜੀ ਮੁਰਦਾ ਬਾਈ ਨੇ ਬਣਾਇਆ ਸੀ ਬਾਕੀ ਤੁਹਾਨੂੰ ਐਕਸਾਈਟਮੈਂਟ ਹੈ ਕਿ ਆਪਾਂ ਸਾਰੀ ਫਿਲਮ ਦੇਖਣ ਲਈ ਪੂਰੇ ਰੈਡੀ ਹਾਂਗੇ ਸਾਡੇ ਸਾਨੀ ਸਾਹਿਬ ਅਤੇ ਸਾਡੇ DPSC ਸਾਹਿਬ ਸਾਨੀ ਸਾਹਿਬ ਸਾਡੀ ਫਿਲਮ ਰਿਲੀਜ਼ ਕਰ ਰਹੇ ਨੇ ਵੇਟ ਨਹੀਂ ਹੋ ਰਹੀ ਸਾਡੇ ਕੋਲ DPSC ਸਾਹਿਬ ਸਾਡੇ ਹੁਣ ਫੁੱਲ ਐਕਸਾਈਟਮੈਂਟ ਹੈਗੇ ਕਿ ਨਿਸ਼ਾਨਾ ਸਾਡਾ 25 ਨਵੰਬਰ ਲੱਗਣ ਜਾ ਰਿਹਾ ਲਓ ਜੀ ਸਾਡੇ ਭਰਾ ਵਿਕਰਮ ਜੀ ਹਾਂਜੀ ਹਾਂਜੀ ਇਹ ਤਾਂ ਹੁਣ ਤੁਸੀਂ ਦੇਖ ਹੀ ਲੈਣਾ ਹਾਂਜੀ 25 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਹਾਂਜੀ 25 ਨਵੰਬਰ ਨੂੰ ਫਿਲਮ ਸਾਡੀ ਰਿਲੀਜ਼ ਹੋ ਰਹੀ ਹੈ ਸਾਰੇ ਵਰਲਡ ਵਾਈਡ 25 ਨਵੰਬਰ ਨਿਸ਼ਾਨਾ ਮਾਨ ਸਾਹਿਬ ਕੀ ਹਾਲ ਚਾਲ ਮੈਂ ਬਹੁਤ ਵਧੀਆ ਚਿੱਟਾ ਸੂਟ ਕਿਹਦੇ ਕਿੰਨੇ ਵੱਡੇ ਡਿਜ਼ਾਈਨ ਕੀਤਾ ਸੀ ਉਹ ਗਾਣੇ 'ਚ ਪਾਇਆ ਜਿਹੜਾ ਇੱਥੇ ਫੁੱਲ ਜਿਹਾ ਬਣਿਆ ਉੱਪਰ ਪਲੇਨ ਕਿਹੜਾ ਚਿੱਟਾ ਸੂਟ ਗਾਣੇ ਦੇ ਵਿੱਚ ਪਤਾ ਤੁਸੀਂ ਨਹੀਂ ਮੈਂ ਨਹੀਂ ਪਾਇਆ ਚਿੱਟਾ ਸੂਟ ਨਹੀਂ ਪਾਇਆ
ਸੂਟ ਡਿਜ਼ਾਈਨਰ ਦੱਸੋ ਕੌਣ ਹੈ ਤੁਹਾਡੀ ਮੂਵੀ ਦਾ? ਸਾਡੀ ਫਿਲਮ ਦੇ ਡਿਜ਼ਾਈਨਰ ਜਿਨ੍ਹਾਂ ਨੇ ਗਾਣੇ ਡਿਜ਼ਾਈਨ ਦੇ ਕੱਪੜੇ ਡਿਜ਼ਾਈਨ ਕੀਤੇ ਆ ਉਹ ਹੈਗੇ ਆ ਮੈਮ ਲੁਧਿਆਣਾ ਤੋਂ, ਉਹਨਾਂ ਨੇ ਮਨੀਸ਼ ਮਲਹੋਤਰਾ ਨੂੰ ਅਸਿਸਟ ਕੀਤਾ ਹੋਇਆ, ਮੈਂ ਸੋਰੀ ਉਹਨਾਂ ਦਾ ਨਾਮ ਭੁੱਲ ਗਈ ਹਾਂ, ਬਟ ਬਹੁਤ ਵਧੀਆ ਡਿਜ਼ਾਈਨਰ ਨੇ। ਔਰ ਜਿਹੜਾ ਫਿਲਮ ਦਾ ਡਿਜ਼ਾਈਨ ਉਹ ਨਵੀਨ ਕਰਕੇ ਕੋਈ ਮੁੰਡਾ, ਉਹਨੇ ਕੀਤਾ। ਐਂਟਰੀ ਬੜੀ ਖਤਰਨਾਕ ਕਰਾਈ ਉਹਨਾਂ ਨੇ। ਐਂ ਆ ਜੀ, ਐਂ ਆ ਐਕਸ਼ਨ ਹੀਰੋਇਨ ਇੱਦਾਂ ਹੀ ਹੁੰਦੀ ਆ। ਲੱਤਾਂ ਜੀ ਚੱਕ ਕੇ ਮਾਰੀਆਂ ਉਹਦੇ ਸਵਾਦ 'ਚ, ਉਹ ਕਿੰਨੇ ਟੇਕਾਂ 'ਚ ਕੀਤਾ ਸੀ? ਸਹੀ ਆਈ ਥਿੰਕ ਦੋ ਤਿੰਨ ਟੇਕਸ ਹੋ ਗਿਆ ਸੀਗਾ ਹੁਣ। ਸਭ ਤੋਂ ਸਵਾਦ ਹੀ ਉਸ ਚੀਜ਼ 'ਚ? ਹਾਂ ਬਿਲਕੁਲ, ਮਜ਼ਾ ਆਉਂਦਾ ਵਿਲਨ ਨੂੰ ਕੁੱਟ ਕੇ, ਤਾਂ ਵੈਸੇ ਹੀ ਸਵਾਦ ਬੜਾ ਆਉਂਦਾ ਵਾ। ਆਪਣੇ ਆਪ ਨੂੰ ਸਕਰੀਨ 'ਤੇ ਦੇਖ ਕੇ? ਆਪਣੇ ਆਪ ਨੂੰ ਸਕਰੀਨ 'ਤੇ ਦੇਖ ਕੇ ਮੈਂ ਤਾਂ ਸਿਰਫ ਸੱਚੀ ਦੱਸਾਂ, ਮੈਂ ਆਪਣੀਆਂ ਮਿਸਟੇਕਸ ਦੇਖ ਰਹੀ ਸੀਗੀ, ਮੈਂ ਕੁਛ ਹੋਰ ਨਹੀਂ ਦੇਖ ਰਹੀ ਸੀ ਕਿ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ, ਇਹ ਲੱਗ ਰਹੀ ਹਾਂ, ਵੋ ਲੱਗ ਰਹੀ। ਮੈਂ ਉਹ ਦੇਖਣੇ ਅਸੀਂ ਹੈਗੇ ਹਾਂ, ਅਸੀਂ ਹੈ, ਮੈਂ ਆਪਣੀਆਂ ਗਲਤੀਆਂ ਦੇਖ ਰਹੀ ਸੀ ਕਿ ਮੈਂ ਕੁਛ ਹੋਰ ਵਧੀਆ ਕਰ ਸਕਦੀ ਸੀ, ਇੱਥੇ ਮੈਂ ਕੁਛ ਇੱਦਾਂ ਕਰ ਸਕਦੀ। ਗਲਤੀ ਲੱਭੀ ਵੈਸੇ ਤੁਹਾਨੂੰ? ਐਂ ਥੋੜ੍ਹੀ ਦੱਸ ਦੇਣਾ ਤੁਹਾਨੂੰ, ਸੱਚੀ ਸਾਨੂੰ ਤਾਂ ਲੱਭੀ, ਤੁਹਾਨੂੰ ਕਿੱਦਾਂ ਨਹੀਂ ਲੱਭੀ, ਐਂ ਹੋ ਹੀ ਨਹੀਂ ਸਕਦਾ। ਤੁਸੀਂ ਗਲਤੀ ਕਿਹੜੀ ਕੀਤੀ ਇੱਕ ਦੱਸ ਦਿਓ ਮੈਨੂੰ, ਆਈਡੀਆ ਤਾਂ ਹੋਵੇ। ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਜਿੱਦਾਂ ਮੈਨੂੰ, ਮੈਂ ਇਹ ਸੋਚਦੀ ਹਾਂ ਕਿ ਜਿੱਦਾਂ ਜਿਹੜਾ ਫਾਦਰ ਸਾਹਿਬ ਨਾਲ ਸੀਨ ਸੀਗਾ, ਮੈਂ ਹੋਰ ਇਨਵੋਲਵਮੈਂਟ ਨਾਲ ਕਰ ਸਕਦੀ ਸੀ ਕੁਛ ਨਾ ਕੁਛ, ਮਤਲਬ ਮੈਨੂੰ ਲੱਗਦਾ ਕਿ ਮੈਂ ਹੋਰ ਇਨਵੋਲਵ ਹੋ ਕੇ ਕਰ ਸਕਦੀ ਸੀ। ਮੈਨੂੰ ਐਂ ਲੱਗਿਆ ਕਿ ਥੋੜ੍ਹਾ ਜਿਹਾ ਮੈਂ ਮਿਸ ਕਰ ਗਈ ਕਿਤੇ, ਥੋੜ੍ਹਾ ਬਹੁਤ ਜ਼ਿਆਦਾ ਨਹੀਂ ਮਿਸ ਕਰ ਗਈ। ਵੈਸੇ ਵਧੀਆ ਗੱਲ ਆ ਵੀ ਤੁਸੀਂ ਜਲਦੀ ਸੈਟੀਸਫਾਈ ਨਹੀਂ ਹੁੰਦੇ, ਬਟ ਸਾਡੇ ਹਿਸਾਬ ਦੇ ਨਾਲ ਪਰਫਾਰਮੈਂਸ ਵਾਈਜ਼ ਤਾਂ ਸਾਰਿਆਂ ਦਾ ਹੀ ਕੰਮ ਬਹੁਤ ਸੋਹਣਾ। ਹਾਂਜੀ ਬਿਲਕੁਲ, ਸਾਰਿਆਂ ਦਾ ਕੰਮ ਬਹੁਤ ਵਧੀਆ ਸੀ। ਹਾਂ, ਅਤੇ ਹੁਣ ਦਿਲੋ ਦਿਮਾਗ ਦੇ ਵਿੱਚ ਕੀ ਚੱਲਦਾ, ਦਿਨ ਰਹਿ ਗਿਆ ਵਿੱਚ ਕੱਲ੍ਹ ਦਾ? ਹੁਣ ਤਾਂ ਦੇਖੋ ਆਡੀਅੰਸ ਨੇ ਕੀ ਰਿਸਪੋਂਸ ਦੇਣਾ ਮੇਰਾ ਉਹਦੇ ਉੱਤੇ ਹੀ ਆ। ਅੱਜ ਪ੍ਰੀਮੀਅਰ ਹੋ ਗਿਆ, ਪਰ ਧੁੜਕੂ ਤਾਂ 25 ਤਰੀਕ ਤੱਕ ਲੱਗਾ ਰਹਿਣਾ ਵਾ। ਬਟ ਮੇਰੀ ਰਿਕੁਐਸਟ ਸਾਰਿਆਂ ਨੂੰ ਇਹ ਹੀ ਆ ਜੀ, ਤੁਸੀਂ ਮੀਡੀਆ ਵਾਲਿਆਂ ਨੇ ਵੀ ਫਿਲਮ ਦੇਖੀ ਆ, ਤੁਸੀਂ ਤੁਹਾਨੂੰ ਆਪ ਲੱਗਾ ਕਿ ਫਿਲਮ ਮੈਸੇਜ ਵੀ ਦੇਣ ਵਾਲੀ ਆ ਅਤੇ ਐਂਟਰਟੇਨਮੈਂਟ ਵੀ ਕਰਾਉਣ ਵਾਲੀ ਆ, ਅਤੇ ਮੈਨੂੰ ਲੱਗਦਾ ਆਡੀਅੰਸ ਨੂੰ ਪਸੰਦ ਆਊਗੀ ਫਿਲਮ, ਔਰ ਮੈਨੂੰ ਲੱਗਦਾ ਸਾਰਿਆਂ ਨੂੰ ਜਾ ਕੇ ਦੇਖਣੀ ਚਾਹੀਦੀ ਆ। ਲਾਸਟ ਸਵਾਲ, ਪ੍ਰੀਮੀਅਰ 'ਤੇ ਪਾਉਣ ਲਈ ਡਰੈਸ ਫਾਈਨਲ ਕਰਨ ਨੂੰ ਕਿੰਨਾ ਕੁ ਟਾਈਮ ਲੱਗਾ? ਬਿਲਕੁਲ ਨਹੀਂ ਲੱਗਾ। ਇਹ ਤਾਂ ਝੂਠ, ਇਹ ਤਾਂ ਜੀ, ਇਹ ਗਾਊਨ ਮੈਂ 80 ਦੀ ਕੁੜੀ ਦਾ ਵਿਆਹ 'ਤੇ ਪਾਇਆ ਸੀ, ਇਹ 3 ਸਾਲ ਪਹਿਲਾਂ ਮੈਂ ਖਰੀਦਿਆ ਸੀ, ਪਰ ਮੈਂ ਪਾਇਆ ਨਹੀਂ ਸੀਗਾ। ਮੈਨੂੰ ਲੱਗਾ ਜਦੋਂ ਕੁਛ ਆਊਗਾ, ਕਿਉਂਕਿ ਕੋਵਿਡ ਹੋ ਗਿਆ ਸੀ ਦੋ ਵਿੱਚੋਂ, ਦੋ ਨੂੰ ਦੁਨੀਆਂ ਨੂੰ, ਦੁਨੀਆਂ ਨੂੰ ਕੋਵਿਡ ਹੋ ਗਿਆ ਸੀ, ਇਹ ਰਹਿ ਗਿਆ ਸੀ। ਤਿਆਰ ਹੋਣ ਲਈ ਕਿੰਨੇ ਕੁ ਪੈਸੇ ਚਾਹੀਦੇ, ਕਿੰਨਾ ਖਰਚਾ ਪ੍ਰੋਪਰ? 15-16 ਹਜ਼ਾਰ ਦਾ ਬੰਦੇ ਦੀ ਇੱਕ ਉਹ ਚੀਜ਼ ਹੋਈ, ਹੱਥ ਨਾਲ ਜੋੜ ਪਾਈ, ਇੰਟਰਵਿਊ ਥੋੜੀ ਲੰਬੀ ਚੱਲਣੀ ਹੈ, ਉਹ ਬੰਦੇ ਲੱਗਦੀ ਵੀ ਆ ਉਸ ਚੀਜ਼ ਨੇ ਪਾਈ। ਮੈਨੂੰ ਲੱਗਦਾ ਤੁਸੀਂ ਕੈਰੀ ਕਿੱਦਾਂ ਕਰਦੇ ਹੋ, ਇਹ ਜ਼ਰੂਰੀ ਨਹੀਂ ਕੋਈ ਬ੍ਰਾਂਡ ਪਾਓ, ਮੈਨੂੰ ਲੱਗਦਾ ਕਿ ਤੁਸੀਂ ਨੋਰਮਲ ਕੱਪੜੇ ਵੀ ਪਾਓ, ਪਰ ਤੁਸੀਂ ਤੁਹਾਡਾ ਕੌਨਫੀਡੈਂਟ ਉੱਦਾਂ ਦਾ ਹੋਵੇ ਨਾ, ਫਿਰ ਮੈਨੂੰ ਨਹੀਂ ਲੱਗਦਾ ਬੰਦਾ ਮਾੜਾ ਲੱਗ ਸਕਦਾ। ਕੌਨਫੀਡੈਂਸ ਜਦੋਂ ਲੋ ਹੋਵੇ ਉਹਨੂੰ ਅਪ ਕਰਨ ਲਈ ਕੀ ਕਰਦੇ? ਮੈਂ ਉਦੋਂ ਗਾਣੇ ਸੁਣਦੀ ਹਾਂ, ਰੱਬ ਨੂੰ ਯਾਦ ਕਰਦੀ ਹਾਂ। ਮੈਂ ਸਿੰਗਰ ਨਹੀਂ ਇੰਨੀ ਵਧੀਆ, ਮੈਂ ਗੁਣਗੁਣਾ ਲੈਂਦੀ ਹਾਂ, ਪਰ ਆਹ ਬਹਾਨਾ ਸੁਣਦੇ ਅਸੀਂ ਜਦ ਮੀਡੀਆ ਲੈਣ 'ਚ ਆਏ ਅਸੀਂ ਸੁਣਦੇ ਆਏ ਹਾਂ। ਨਹੀਂ ਨਹੀਂ, ਇੱਕ ਦੋ ਲਾਈਨ ਹੀ ਸੁਣਾ ਸਕਦੀ ਮੈਂ, ਗਾ ਕੇ ਨਹੀਂ। ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ, ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ। ਤੇ ਮੈਨੂੰ ਤੁਸੀਂ ਆਹ ਜੰਗ ਜਿੱਤ ਲਈ ਆ, ਹੁਣ ਬਾਕੀ ਆਡੀਅੰਸ ਦਾ ਫੈਸਲਾ ਉਹ ਕੀ ਕਰਨਗੇ, ਤੇ ਬਹੁਤ ਬਹੁਤ ਮੁਬਾਰਕਾਂ ਜੀ, ਤੇ ਇੱਕ ਵਾਰੀ ਫੇਰ ਤੋਂ, ਤੇ ਤੁਸੀਂ ਅੱਜ ਮੈਨੂੰ ਲੱਗਦਾ ਉਹ ਬਾਬੇ ਵਾਲੀ ਰਿੰਗ ਪਾਈ ਨਹੀਂ ਹੈਗੀ, ਅਗਲੀ ਵਾਰ ਪਾ। ਚੰਗਾ, ਜੁੜੇ ਸਾਡੇ ਚੈਨਲ 25 ਤਰੀਕ ਨੂੰ ਨਿਸ਼ਾਨਾ। ਭਾਵਨਾ ਸਾਹਿਬ ਕੀ ਹਾਲ ਚਾਲ? ਵਧੀਆ ਜੀ। ਆਈ ਫਿਲਮ 'ਚ ਕਨਫਿਊਜ਼ ਹੋ ਰਹੀ, ਸੱਚੀ ਬਹੁਤ ਸੋਹਣੇ ਲੱਗ ਰਹੇ, ਜਿਹੜਾ ਸਾਡੇ ਸੂਟ ਕਿਹਨੇ ਡਿਜ਼ਾਈਨ ਕੀਤੇ? ਪਹਿਲਾ ਸਵਾਲ ਤਾਂ ਮੈਨੂੰ ਇਹ, ਨਵਦੀਪ ਸਾਡੇ ਕੋਸਟਿਊਮ ਡਿਜ਼ਾਈਨਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਅਬਲੇਸ ਸਟੂਡੀਓ ਉਹਨਾਂ ਵੱਲੋਂ ਪੂਰਨਮਾਸ਼ੀ ਸੌਂਗ ਦੇ ਵਿੱਚ ਬਹੁਤ ਪਿਆਰੇ ਪਿਆਰੇ ਸੂਟਸ ਹੈ, ਅਤੇ ਕੋਟਬੰਟ ਵਾਲੀ ਲੁੱਕ ਵੀ ਉਹ ਵੀ ਬੜੀ ਖਤਰਨਾਕ ਕੱਢੀ ਹੈ ਨਾ। ਯੈਸ ਯੈਸ, ਕਨਫਿਊਜ਼ ਹੋ ਗਏ ਸੀ ਵੀ ਕਿਹੜੀ ਲੁੱਕ ਨੂੰ ਰੇਟ ਕਰੀਏ, ਵੀ ਉਹ ਵਾਲੀ ਅੱਛੀ ਆ, ਉਹ ਵਾਲੀ ਅੱਛੀ ਆ। ਇੱਕ ਗੱਲ ਮੈਂ ਹੋਰ ਨੋਟ ਕੀਤੀ ਆ, ਤੁਹਾਡੀਆਂ ਸਹੇਲੀਆਂ ਵੀ ਬਹੁਤ ਸੋਹਣੀਆਂ ਨੇ। ਥੈਂਕ ਯੂ। ਕਿੱਥੋਂ ਲੈ ਕੇ ਆਉਂਦੇ ਇੱਧਰ ਸਰਕਲ, ਇਹ ਕਿੱਥੋਂ ਮਿਲਦੀਆਂ, ਅਤੇ ਦੇਖ ਕਿਹੜੀ ਕਿਹੜੀ ਜਗ੍ਹਾ 'ਤੇ ਪਾਏ ਜਾਂਦੇ ਇਹ ਲੋਕ, ਇਹੋ ਜਿਹੇ ਲੋਕ? ਇਹ ਬਿਊਟੀ ਤੁਹਾਨੂੰ ਲੁਧਿਆਣੇ 'ਚ ਪਾਈ ਜਾਂਦੀ ਹੈ, ਮੇਰੇ ਸਾਰੇ ਫੈਨਸ ਲੁਧਿਆਣੇ ਦੀ ਹੈ, ਅਤੇ ਫਿਰ ਐਵੇਂ ਥੋੜ੍ਹੇ ਨਾਲ ਲੁਧਿਆਣਾ ਮੰਨਿਆ ਜਾਂਦਾ ਹਰ ਕਿਤੇ, ਹੈ ਨਾ। ਕੱਲ੍ਹ ਕਿ ਨਹੀਂ ਬੋਲ ਸਕਦੇ, ਸਾਨੂੰ ਪਤਾ ਲੱਗਿਆ ਤੁਹਾਡੇ ਡੈਡੀ ਸਾਹਮਣੇ ਖੜੇ। ਹਾਂਜੀ। ਅਤੇ ਕੀ ਚੱਲ ਰਿਹਾ ਹੁਣ ਦਿਲੋ ਦਿਮਾਗ ਵਿੱਚ, ਪਹਿਲੀ ਫਿਲਮ ਕੀਤੀ? ਯਕੀਨ ਨਹੀਂ ਹੋ ਰਿਹਾ, ਇੱਕ ਡ੍ਰੀਮ ਲੱਗ ਰਿਹਾ, ਡ੍ਰੀਮ ਕਮ ਟਰੂ ਮੂਮੈਂਟ ਹੈ।
लग रहा है भी यही चलता रहे स्क्रीन पर मैं ही आँदी रहा तो मैं अपने आप देखती रहा आई एम वेरी हैप्पी आई हैव नो वर्ड्स जो स्क्रीन पर आते नहीं दिल चाहता नहीं हाई सुपरस्टार सुपरस्टार नहीं फील तो एक आता ही है ना मतलब जो अपने आप बड़ी स्क्रीन पर देखता मैं एवं भी मेरी जो मैं चाहती सी मेरी मेहनत कोविड आ गया बिच काफ़ी कुछ स्लो हो गया मैं कदों तो अपने आप बिग स्क्रीन पर देखना चाहती सी और फाइनली अज जाके पूरा होया है तो मैं सगा बस इतने स्टॉप हो जाए तो मैं बस अपने आप देखती रहा जो तुम देखते सीन से डायलॉग से रिएक्शन नोट किए आले दुआले के सोचे देख नहीं मैं देख रही थी मैं रिएक्शन सच्ची नहीं इधर उधर नोट किया मैं करैक्टर पूरा इंजॉय कर रही थी उस वक्त अरे मैं बहुत खुश थी तो लोग बहुत तालियां भी है ना एप्रीशिएट कर रहे थे जिमें कई सीनस बहुत इंपॉर्टेंट है बहुत मैसेज डिपिक्ट हो रहे हैं तो वधिया रिव्यू है सब का बाकी मीडिया विल क्रिएट अवेयरनैस ताकि इदा के कंसैप्ट होर अगे आन ताकि लोग प्यार देन ताकि इदा के कंसैप्ट पंजाबी इंडस्ट्री भी होर ग्रो करे घर दे नाल बैठ के अपनी फिल्म देखनी कितनी औखी होंगी है औखी तो नहीं होंगी बिकॉज देखो फर्स्ट मूवी है डेब्यू है ਤੁਸੀਂ ਆਲਵੇਜ਼ ਲਰਨ ਕਰਦੇ ਹੋ ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ ਸੈਕਿੰਡ ਤੋਂ ਹੋਰ ਵਧੀਆ ਹੁੰਦਾ ਥਰਡ ਸ਼ੋਰ ਵਧੀਆ ਹੁੰਦਾ ਹੈ ਅਤੇ ਔਖੀ ਨਹੀਂ ਹੁੰਦੀ ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ ਐਵੇਂ ਲੱਗਦਾ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ ਵੀ ਪੇਰੈਂਟਸ ਨੂੰ ਪੇਬੈਕ ਕੀਤਾ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ ਅਤੇ ਬੈਸਟ ਆਫ ਲੱਕ ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ ਸਿਨੇਮਾਜ਼ ਨੀਅਰ ਯੂ ਫਟਾਫਟ ਜਾਓ ਹੁਮ ਹੁਮ ਆ ਕੇ ਪਹੁੰਚੋ ਅਤੇ ਬਹੁਤ ਜ਼ਿਆਦਾ ਪਿਆਰ ਦਿਓ ਥੈਂਕ ਯੂ ਸੋ ਮਚ ਤਨੋਰ ਭਾਅ ਜੀ ਕੀ ਹਾਲ ਚਾਲ ਵਧੀਆ ਬਾਈ ਤੂੰ ਦੱਸ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂੰਗਾ ਲੱਗ ਗਿਆ ਸੱਚੀ ਕਿਵੇਂ ਲੱਗੀ ਫਿਲਮ ਬਾਈ ਤੂੰ ਦੱਸ ਫਿਲਮ ਸੱਚੀ ਬਹੁਤ ਅੱਛੀ ਲੱਗੀ ਆ ਜਿਹੜੀ ਆਪਾਂ ਕੈਮਰੇ 'ਤੇ ਕਹਿ ਰਹੇ ਮੈਨੂੰ ਜਿਹੜੀ ਚੀਜ਼ ਦੀ ਕਮੀ ਲੱਗੀ ਮੈਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਮਿਊਜ਼ਿਕ ਦੀ ਕਮੀ ਲੱਗੀ ਮੈਂ ਇਹਦਾ ਪਰਸਨਲ ਐਕਸਪੀਰੀਅੰਸ ਕੀ ਆ ਬੈਕਗਰਾਊਂਡ ਮਿਊਜ਼ਿਕ ਸਾਡਾ ਬਹੁਤ ਅੱਛਾ ਹੈ ਫਿਲਮ ਦਾ ਅਤੇ ਦੱਸਾਂ ਕੀ ਇਸ ਸਿਨੇਮਾ ਦੀ ਜਿਹੜੀ ਬੈਕਗਰਾਊਂਡ ਦੀ ਸਾਊਂਡ ਹੈ ਇੱਥੇ ਉਹ ਥੋੜ੍ਹੀ ਜਿਹੀ ਮਾੜੀ ਹੈ ਇਹ ਵੀ ਹੋ ਹਾਂ ਤੁਸੀਂ ਕਲੀਅਰ ਕਰ ਮਾੜੀ ਹੈ ਅਸੀਂ ਸਿਨੇਮੇ ਅਸੀਂ ਤਾਂ ਉਦੋਂ ਹੀ ਨੋਟਿਸ ਕਰਾਂ ਕਿਉਂਕਿ ਅਸੀਂ ਐਡੀਟਿੰਗ 'ਚ ਦੇਖੀ ਹੋਈ ਹੈ ਫਿਲਮ ਜੋ ਅਸੀਂ ਦੇਖੀ ਹੈ ਫਿਲਮ ਇਹ ਜਿਹੜੀ ਇਸ ਸਿਨੇਮਾ ਦੀ ਸਾਊਂਡ ਕੁਆਲਿਟੀ ਅੱਛੀ ਨਹੀਂ ਗਈ ਇਹੀ ਪ੍ਰੋਬਲਮ ਹੈ ਜਦੋਂ ਪਤਾ ਸੀ ਵੀ ਐਂਟਰੀ ਹੋਣ ਵਾਲੀ ਹੈ ਨਰਵਸ ਤਾਂ ਹੋਊਂਗੇ ਨਾ ਕਿਤੇ ਕਿਤੇ ਵੀ ਕਿੰਨੇ ਲੋਕਾਂ ਨੇ ਮੈਨੂੰ ਦੇਖਣਾ ਖੁਸ਼ੀ ਸੀਗੀ ਨਰਵਸ ਨਹੀਂ ਸੀ ਸਾਰਾ ਕੁਝ ਸੀਗੇ ਸਾਰੇ ਇਮੋਸ਼ਨਸ ਸੀਗੇ ਜਦੋਂ ਇਫੈਕਟ ਕਰਦੇ ਹੋ ਜਦੋਂ ਤੁਸੀਂ ਸ਼ਰਟ ਜੀ ਲਾਈ ਮੈਂ ਕਿ ਜੇ ਕਿਤੇ ਵਿਕਰਮ ਸਰ ਵੀ ਲੈ ਲੈਣ ਮੇਰੇ ਸਵਾਦ ਆ ਜਾਵੇ ਉਹਨਾਂ ਦੇ ਲਵਾਈ ਕਿਉਂ ਤੁਸੀਂ ਉਹਨਾਂ ਨੂੰ ਪੁੱਛੋ ਅੱਛਾ ਸੀਗੀ ਮੈਂ ਉਹਨਾਂ ਨੂੰ ਪਤਾ ਨਹੀਂ ਫਾਈਟ ਸੀਕੁਐਂਸ ਦਾ ਮੈਂ ਪੁੱਛੂਗਾ ਉਹਨਾਂ ਕੋਲੇ ਪੁੱਛੋ ਉਹਨਾਂ ਨੂੰ ਮੈਂ ਨਹੀਂ ਕੁਝ ਕਹਿਣਾ ਉਹਨਾਂ ਨੂੰ ਪੁੱਛਿਆ ਤੇ ਹੁਣ ਜਦੋਂ ਲੋਕ ਮਿਲ ਰਹੇ ਆ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ ਆ ਕੀ ਹੁੰਦਾ ਰੱਬ ਦਾ ਸ਼ੁਕਰ ਨਿਕਲਦਾ ਦਿਲ ਚੋਂ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ ਅਤੇ ਮੈਂ ਤਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਸ਼ੁਕਰਗੁਜ਼ਾਰ ਹਾਂ ਆਪਣੀ ਮੋਮ ਅਤੇ ਡੈਡ ਨੂੰ ਵੀ ਥੈਂਕ ਯੂ ਜੀ ਮੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਤੁਸੀਂ ਅਤੇ ਮੈਨੂੰ ਇੱਥੇ ਲੈ ਕੇ ਆਏ ਇਸ ਮੁਕਾਮ 'ਤੇ ਖੜਾ ਕੀਤਾ ਮੈਨੂੰ ਅਤੇ ਬਾਕੀ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਕਿ ਆਡੀਅੰਸ ਨੂੰ ਆਪਣੀ ਫਿਲਮ ਵਧੀਆ ਲੱਗੀ ਅਤੇ ਮੈਂ ਤਾਂ ਕਹਿੰਦਾ ਵੀ 25 ਨਵੰਬਰ ਨੂੰ ਪਲੀਜ਼ ਵੀ ਦੇਖਿਓ ਸਾਡੀ ਫਿਲਮ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਅਸੀਂ ਜ਼ਿਆਦਾ ਟਾਈਮ ਨਹੀਂ ਲੈਣਾ ਅਤੇ ਮੁਬਾਰਕਾਂ ਬਹੁਤ ਬਹੁਤ ਅਤੇ ਹੁਣ ਇਹ ਗੱਡੀ ਇੱਥੇ ਰੁਕਣੀ ਨਹੀਂ ਚਾਹੀਦੀ ਇਹ ਚੜ੍ਹਾਈਆਂ ਉੱਪਰ ਨੂੰ ਚੜ੍ਹਦੀਆਂ ਕਿਵੇਂ ਲੱਗੀ ਐਕਟਿੰਗ ਬਾਈ ਤੂੰ ਦੱਸ ਸੱਚੀ ਬਹੁਤ ਵਧੀਆ ਲੱਗੀ ਅਸੀਂ ਜਦੋਂ ਚੱਲ ਰਹੀ ਸੀ ਨਾ ਫਿਲਮ ਉਦੋਂ ਹੀ ਡਿਸਕਸ ਕਰ ਰਹੇ ਸੀ ਵੀ ਇੱਕ ਹੁੰਦੀ ਨਾ ਵੀ ਸਕਰੀਨ 'ਤੇ ਲੁੱਕ ਬੰਦੇ ਦੀ ਪਹਿਲਾ ਸਵਾਲ ਹੁੰਦਾ ਵੀ ਸਕਰੀਨ 'ਤੇ ਬੰਦਾ ਜੱਚ ਰਿਹਾ ਮਤਲਬ ਬਿੱਲੇ ਭਾਈ ਦੇ ਪੈਰਲਲ ਸੀ ਅਸੀਂ ਇਹ ਨਹੀਂ ਕਹਿ ਇਹ ਗੱਲ ਕੋਈ ਨਹੀਂ ਕਹੂਗਾ ਫਿਲਮ ਦੇਖ ਕੇ ਕਿ ਵੀ ਇਹ ਸੈਕੰਡ ਲੀਡ ਆ ਜਾਂ ਲੀਡ ਆ ਪੈਰਲਲ ਕਰੈਕਟਰਸ ਆ ਉਹ ਡਾਇਰੈਕਟਰ ਦੇ ਹਿੱਸੇ ਵੀ ਜਾਂਦੀ ਜੀ ਹਾਂਜੀ ਹਾਂਜੀ ਤਾਂ ਡਾਇਰੈਕਟਰ ਸਾਹਿਬ ਦੀ ਤਾਰੀਫ ਆ ਵੀ ਦੋਨਾਂ ਨੂੰ ਆਏ ਨਹੀਂ ਵੀ ਇੱਕ ਬੰਦੇ ਨੂੰ ਜ਼ਿਆਦਾ ਚੱਕਦਾ ਜਾਂ ਕਿਸੇ ਨੂੰ ਚੱਕਦਾ ਦੋਨੇ ਇਕੁਅਲ ਸੀ ਅਤੇ ਉਹ ਮਤਲਬ ਵੀ ਅਤੇ ਸਾਡੀ ਦੋਨਾਂ ਦੀ ਮਤਲਬ ਕੈਮਿਸਟਰੀ ਵੀ ਬਹੁਤ ਵਧੀਆ ਲੱਗੀ ਮੈਨੂੰ ਆਪ ਇੰਨੀ ਵਾਰ ਜਿਵੇਂ ਸਾਰਾ ਕੁਝ ਦੇਖ ਕੇ ਅਤੇ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਆ ਜੀ ਦੀ ਇੰਨੀ ਵਧੀਆ ਫਿਲਮ ਬਣ ਗਈ ਜੀ ਠੀਕ ਆ ਬਾਈ ਥੈਂਕ ਯੂ ਸੋ ਮਚ ਮੁਬਾਰਕ ਇੱਕ ਵਾਰੀ ਫਿਲਮ ਦੇਖ ਕੇ ਆਏ ਆਪਾਂ ਸਾਰੇ ਜੀ ਜੇ ਪਰਸੋਂ ਹੋਣੀ ਸੋ ਫੀਲਿੰਗ ਕਿਵੇਂ ਦੀ ਹੈ ਜੀ ਚਾਰ ਕਾਸ ਨੇ ਕਿਹੜੀਆਂ ਗੱਲਾਂ ਕੀਤੀਆਂ ਨੇ ਫਿਲਮ ਬਾਰੇ ਦੇਖੋ ਜੀ ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ ਅਤੇ ਮੇਰੇ ਨਾਲ ਜੋ ਮੇਰੇ ਦੋਸਤ ਮਿੱਤਰ ਆਏ ਅਤੇ ਬਹੁਤ ਵਧੀਆ ਫਿਲਮ ਬਣਾਈ ਡਾਕਟਰ ਸਾਹਿਬ ਦੀ ਅਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ ਰੀਜ਼ਨ ਕੀ ਇੱਕ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ 'ਤੇ ਫਿਲਮ ਬਣਾਈ ਹੈ ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ ਅਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ ਬਹੁਤ ਜ਼ਿਆਦਾ ਖੁਸ਼ੀ ਇਮੋਸ਼ਨਲ ਵੀ ਕਿਉਂਕਿ ਫਿਲਮ ਦੇਖ ਲਈ ਅਤੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੁਣ ਮਤਲਬ ਇੱਕ ਹਾਈ ਨਹੀਂ ਹੁੰਦਾ ਬੰਦੇ ਨੂੰ ਉਹ ਹੋ ਰਿਹਾ ਨੈਚੁਰਲ ਹਾਈ ਹੋ ਰਿਹਾ ਮੈਨੂੰ ਜੰਗ ਬਹਾਦਰ ਸਾਹਿਬ ਹਾਂਜੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਅਸੀਂ ਜਿੰਨੀ ਮਿਹਨਤ ਕਰਨੀ ਸੀ ਜਾਂ ਫਿਲਮ ਜੇ ਅਸੀਂ ਡਾਇਰੈਕਟਰ ਸਾਹਿਬ ਨੇ ਬਣਾਉਣੀ ਸੀ ਜਾਂ ਪ੍ਰੋਡਿਊਸਰ ਸਾਹਿਬ ਨੇ ਜਿੰਨਾ ਖਰਚਾ ਕਰਕੇ ਹੋ ਗਿਆ
ਹੁਣ ਤੁਸੀਂ ਇਹਦੇ ਬਾਰੇ ਦੱਸੋ ਜਾਂ ਪ੍ਰੈਸ 'ਚ ਲਿਖੋ ਜਾਂ ਸਵੇਰੇ ਅਖਬਾਰਾਂ 'ਚ ਕਹੋ ਜਾਂ ਟੀ ਵੀ 'ਤੇ ਦਿਖਾਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ। ਬਿਲਕੁਲ, ਅਸੀਂ ਨੇ ਮਿਹਨਤ ਕੀਤੀ ਹੈ, ਤੁਸੀਂ ਅੱਜ ਸਾਰਾ ਪ੍ਰੈਸ ਮੀਡੀਆ ਹੈ, ਤੁਸੀਂ ਨੇ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਚੰਗਾ ਦੱਸਿਓ ਕਿ ਮਾੜੀ ਲੱਗੀ ਤਾਂ ਮਾੜੀ ਦੱਸਿਓ, ਪਰ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਹੀ ਲੱਗੀ ਹੋਣੀ ਹੈ। ਅਤੇ ਜਿਹੜਾ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ, ਚਾਹੇ ਬੈਕਗਰਾਊਂਡ ਹੋਣ, ਡਾਇਰੈਕਸ਼ਨ ਟੀਮ ਹੋਵੇ, ਟੈਕਨੀਕਲ ਹੋਵੇ, ਉਹਨਾਂ 'ਤੇ ਤਾਂ ਬਹੁਤ ਜ਼ੋਰ ਲਾ ਕੇ ਕੰਮ ਕੀਤਾ ਹੁੰਦਾ, ਉਹ ਕੀਤਾ ਹੁੰਦਾ ਆਡੀਅੰਸ ਵਾਸਤੇ, ਤੁਹਾਡੇ ਵਾਸਤੇ। ਬਸ ਤੁਸੀਂ ਦੱਸਿਓ ਕੱਲ੍ਹ ਨੂੰ ਵੀ ਇਹ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ। ਬਾਕੀ ਬਹੁਤ ਖੁਸ਼ੀ ਹੈ, ਤਾਂ ਰੋਜ਼ ਦਾ ਜਿਹੜਾ ਬ੍ਰੇਕ ਹੋਇਆ ਬਹੁਤ ਅੱਛਾ, ਇਹਦਾ ਡੈਬਿਊ ਬਹੁਤ ਅੱਛਾ। ਸਮਝ ਨਹੀਂ ਆ ਰਿਹਾ, ਮੈਂ ਤਾਂ ਮੈਂ ਨਮ ਹਾਂ ਬਹੁਤ ਜ਼ਿਆਦਾ, ਮੈਨੂੰ ਸਮਝ ਨਹੀਂ ਆ ਰਿਹਾ ਸੀ ਇਸ ਟਾਈਮ ਲਾਈਕ ਓਵਰ ਲਾਈਕ, ਬਟ ਸਟਿਲ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿਵੇਂ ਦੀ ਲੱਗੀ, ਔਰ ਤੁਸੀਂ ਇਹ ਮੈਸੇਜ ਦੇਣਾ ਲੋਕਾਂ ਨੂੰ 25 ਤਰੀਕ ਤੱਕ ਕਿ ਲੋਕ ਸਿਨੇਮਾ 'ਚ ਆਉਣ, ਸਾਡੀ ਫਿਲਮ ਦੇਖਣ। ਬਸ ਇਹੀ ਆ, ਸਾਡੇ ਸਾਰਿਆਂ ਨੂੰ ਮਿਹਨਤ ਸਫਲ ਹੋਣੀ ਚਾਹੀਦੀ। ਰਵਨੀਤ ਭਾਈ, ਸਾਨੂੰ ਤੁਹਾਡੇ ਰਿਵਿਊ ਚਾਹੀਦੇ ਨੇ ਜੀ। ਹਾਂਜੀ ਹਾਂਜੀ ਹਾਂਜੀ, ਦੱਸੋ। ਬੋਲੋ ਬੋਲੋ ਬੋਲੋ। ਅਤੇ ਮੈਂ ਫਿਲਮ ਦਾ ਹਿੱਸਾ ਨਹੀਂ ਹਾਂ, ਪਰ ਮੈਂ ਇਹਨਾਂ ਦਾ ਪਰਿਵਾਰਕ ਹਿੱਸਾ, ਸਾਰਿਆਂ ਦਾ ਸਾਥ ਦੀ ਕੁਲਵਿੰਦਰ ਔਰ ਸਨਰੋਜ਼ ਭਾਈ ਨਾਲ ਮੁਲਾਕਾਤ ਹੋਈ, ਸਰ ਨੂੰ ਤਾਂ ਅਸੀਂ ਵੇਖ ਵੇਖ ਵੱਡੇ ਹੋਏ ਹਾਂ, ਭਾਵਨਾ ਹੋ ਗਏ। ਸੋ ਗੁੱਗੂ ਗਿੱਲ ਸਾਹਿਬ ਜਿਹੜੇ ਥੰਮ ਨੇ, ਸੋ ਬਹੁਤ ਵਧੀਆ, ਇੱਕ ਮੀਨਿੰਗਫੁਲ ਸਿਨੇਮਾ। ਤੁਹਾਡੀ ਵੋਟ ਦੀ ਕੀ ਵੈਲਿਊ ਹੈ ਉਹ ਵੀ ਤੁਹਾਨੂੰ ਪਤਾ ਲੱਗੂਗੀ, ਡੌਰੀ ਸਿਸਟਮ ਦੀ ਗੱਲ ਹੋਈ ਹੈ, ਨਸ਼ੇ ਦੇ ਖਿਲਾਫ ਗੱਲ ਹੋਈ ਹੈ, ਸੋ ਇੱਕ ਪਰਿਵਾਰ ਬਹਿ ਕੇ ਫਿਲਮ ਦੇਖੂਗਾ ਔਰ ਨੌਜਵਾਨ ਪੀੜ੍ਹੀ ਜ਼ਰੂਰ ਇੱਥੋਂ ਕੁਛ ਨਾ ਕੁਛ ਸਿੱਖੂਗੀ। ਸੋ ਜ਼ਰੂਰ ਹੱਥ ਬੰਨ ਕੇ ਬੇਨਤੀ ਹੈ, ਪਰਿਵਾਰ ਜ਼ਰੂਰ ਆਉਣ। ਕਿੱਦਾਂ ਦੀ ਫਿਲਮ ਲੱਗੀ ਬਾਕੀ ਤੁਸੀਂ ਦੱਸ ਦੇਣਾ ਜੀ। ਡਾਇਰੈਕਟਰ ਸਾਹਿਬ, ਹਾਂਜੀ ਹਾਂਜੀ ਹਾਂਜੀ, ਸੁੱਖੀ ਸਾਹਿਬ, ਕੈਪਟਨ ਆਫ ਦਾ ਸ਼ਿਪ, ਕਿਵੇਂ ਦੀ ਫੀਲਿੰਗ ਹੈ ਸਰ ਤੁਹਾਡੇ ਵੱਲੋਂ? ਜਦੋਂ ਵੀ ਸਿਨੇਮਾ ਬਣਾਇਆ ਜਾਂਦਾ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਸੋ ਹੁਣ ਸਾਰੀ ਟੀਮ ਨੇ ਦੇਖੀ, ਤੁਹਾਡੇ ਦੋਸਤਾਂ ਮਿੱਤਰਾਂ ਨੇ, ਕਿਹੜੇ ਕਿਹੜੇ ਕੰਪਲੀਮੈਂਟ ਤੁਹਾਨੂੰ ਮਿਲੇ ਨੇ ਹੁਣ? ਦੇਖੋ, ਕੰਪਲੀਮੈਂਟ ਤਾਂ ਹੁਣ 25 ਤਰੀਕ ਤੋਂ ਲੋਕ ਦੇਣਗੇ। ਮੈਂ ਤਾਂ ਤੁਹਾਡੇ ਮੀਡੀਆ ਦੇ ਥਰੂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਜੇ ਤੁਹਾਨੂੰ ਫਿਲਮ ਵਧੀਆ ਲੱਗੀ ਆ ਤਾਂ ਇਹ ਇਮਾਨਦਾਰੀ ਦੇ ਨਾਲ ਮੈਸੇਜ ਸਾਰੇ ਲੋਕਾਂ ਨੂੰ ਪਹੁੰਚਾਓ ਕਿ ਆਪਾਂ ਵਾਕਈ ਚਾਹੁੰਦੇ ਹਾਂ ਵੀ ਪੰਜਾਬੀ ਸਿਨੇਮਾ ਨੈਕਸਟ ਲੈਵਲ 'ਤੇ ਜਾਵੇ, ਪੰਜਾਬੀ ਸਿਨੇਮਾ ਟੈਕਨੀਕਲੀ ਸਕ੍ਰਿਪਟ ਵਾਈਜ਼ ਗਰੋ ਕਰੇ, ਤਾਂ ਤੁਸੀਂ ਸਾਰੇ ਜਾਣੇ ਲੋਕਾਂ ਨੂੰ ਅਪੀਲ ਕਰੋ ਕਿ 25 ਤਰੀਕ ਨੂੰ ਆਉਣ ਸਾਡੇ ਨਿਸ਼ਾਨੇ ਨੂੰ, ਅਗਰ ਉਹ ਸਕਸੈਸ ਕਰਦੇ ਤਾਂ ਅੱਗੇ ਅਗਲਾ ਨਿਸ਼ਾਨਾ ਇਹ ਤੋਂ ਵੀ ਵੱਡਾ ਲਾਵਾਂ। ਨਸ਼ਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ, ਪੰਜਾਬ 'ਚ ਹੋਰ ਕਿਹੜੇ ਕਿਹੜੇ ਐਸੇ ਮੁੱਦੇ ਹੈ ਜਿੱਥੇ ਲੱਗਦਾ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ? ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ, ਬਹੁਤ ਮੁੱਦੇ ਨੇ, ਇਕੱਲਾ ਮੁੱਦਾ ਹਾਂ, ਪਰ ਇਸ ਫਿਲਮ ਦੇ ਵਿੱਚ ਆਪਾਂ ਦੇਖਿਆ ਗਿਆ ਕਿ ਦੋ ਅਸੀਂ ਜਿਹੜੇ ਹੈਗੇ ਹਾਂ ਉਹ ਬੇਰੁਜ਼ਗਾਰਾਂਗੇ, ਅਤੇ ਇਹਦੇ ਵਿੱਚ ਡੋਰੀ ਦੀ ਵੀ ਗੱਲ ਕੀਤੀ ਗਈ ਹੈ, ਨਸ਼ਿਆਂ ਦੀ ਵੀ ਗੱਲ ਕੀਤੀ ਗਈ ਹੈ, ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਹੈ, ਕਈ ਤਰ੍ਹਾਂ ਦੇ ਮੁੱਦੇ ਹੈਗੇ ਨੇ ਜੋ ਤੁਸੀਂ ਨੇ ਤਾਂ ਫਿਲਮ ਦੇਖੀ ਹੈ ਤੁਹਾਨੂੰ ਤਾਂ ਪਤਾ ਹੈ, ਇਹ ਮੈਸੇਜ ਤੁਸੀਂ ਨੇ ਦੱਸਣਾ ਆਡੀਅੰਸ ਨੂੰ ਕਿ 25 ਨਵੰਬਰ ਨੂੰ ਕਿਉਂ ਫਿਲਮ ਦੇਖਣੀ ਹੈ, ਕਿਉਂ ਫਿਲਮ ਦੇਖਣੀ ਹੈ, ਕਿਉਂਕਿ ਇਸ ਫਿਲਮ ਦੇ ਵਿੱਚ ਉਹ ਮੁੱਦਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਗੱਲਾਂ ਕਰਦੇ ਹਾਂ ਕਿ ਆਹ ਮੁੱਦਿਆਂ ਨਾਲ ਅਸੀਂ ਦੂਖ ਰਹੇ ਹਾਂ, ਅਤੇ ਇੰਟਰਟੇਨਮੈਂਟ ਵੀ ਹੈ, ਤੁਸੀਂ ਨੇ ਐਕਸ਼ਨ ਦੇਖਿਆ ਫਸਟ ਟਾਈਮ ਪੰਜਾਬੀ ਸਿਨੇਮੇ ਦੇ ਵਿੱਚ, ਮੈਂ ਤਾਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨਹੀਂ ਹੈ, ਪਰ ਡਾਇਰੈਕਟਰ ਸਾਹਿਬ ਨੇ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਬੜੀ ਮਿਹਨਤ ਨਾਲ ਸਾਊਥ ਦੇ ਆਰਟਿਸਟ ਜੋ ਐਕਸ਼ਨ ਦੇ ਕਮਾਲ ਦੇ ਬਾ ਕਮਾਲ ਦਾ, ਸਾਨੂੰ ਮੈਨੂੰ ਵੀ ਇਹ ਲੱਗਦਾ ਹੁੰਦਾ ਜਦੋਂ ਮੈਂ ਸਾਊਥ ਦੀਆਂ ਫਿਲਮਾਂ ਦੇਖਦਾ ਸੀਗਾ ਵੀ ਕਿਸੇ ਨੂੰ ਮੁੱਕੀ ਮਾਰ ਕੇ ਬੰਦਾ ਕਿਵੇਂ ਡਰਦਾ ਨੇ, ਪਰ ਉਹ ਅਸੀਂ ਮੈਂ ਖੁਦ ਆਪਣੇ ਆਪ ਅਜਮਾ ਕੇ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ। ਤੁਹਾਡੇ ਸਾਰਿਆਂ ਨੂੰ ਤੁਸੀਂ ਮੈਨੂੰ ਦੱਸੋ ਫਿਲਮ ਕਿਵੇਂ ਲੱਗੀ ਹੈ ਤੁਹਾਡੇ? ਥੈਂਕ ਯੂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਯਕੀਨ ਨਹੀਂ ਹੋ ਰਿਹਾ ਆਪਣੇ ਆਪ ਨੂੰ ਬਿਗ ਸਕਰੀਨ 'ਤੇ ਦੇਖਣਾ, ਕਦੋਂ ਦਾ ਸੁਪਨਾ ਸੀਗਾ, ਕੋਵਿਡ ਕਾਰਨ ਸਲੋ ਹੋ ਗਿਆ, ਬਟ ਫਾਈਨਲੀ ਸਫ਼ਰ ਕਾ ਫਲ ਮਿੱਠਾ ਹੁੰਦਾ ਹੈ, ਅੱਜ ਉਹ ਦੇਖ ਮਿਲੀ ਚੀਜ਼। ਅਤੇ ਪੰਜਾਬ ਦੀ ਰੀਅਲ ਪਿਕਚਰ ਡਿਪਿਕਟ ਹੋਈ ਹੈ ਨਾ, ਕਾਫੀ ਇੰਪੋਰਟੈਂਟ ਇਸ਼ੂਜ਼ ਕਵਰ ਹੋਏ ਹੈ, ਸੋ ਆਈ ਵਿਲ ਰਿਕੁਐਸਟ ਆਡੀਅੰਸ ਐਂਡ ਮੀਡੀਆ ਕਿ ਅਵੇਅਰਨੈਸ ਕ੍ਰੀਏਟ ਕਰੋ, ਵਧੀਆ ਚੀਜ਼ਾਂ ਨੂੰ ਪ੍ਰਮੋਟ ਕਰੋ ਤਾਂ ਕਿ ਸਾਡੀ ਫਿਲਮ ਸਪੋਰਟ ਕਰ ਸਕੇ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਨਿਸ਼ਾਨਾ 25 ਨਵੰਬਰ ਨੂੰ ਸਾਰੇ ਜਣੇ ਦੇਖ ਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਹੈਲੋ, ਦੇਖੋ ਜੀ ਨਿਸ਼ਾਨਾ ਦੀ ਗੱਲ ਕਰਦੇ ਹਾਂ ਕਿ ਨਿਸ਼ਾਨੇ ਦਾ ਅੱਜ ਸਾਡਾ ਫਿਲਮ ਦਾ ਪ੍ਰੀਮੀਅਰ ਹੈ, ਸਾਰਾ ਮੀਡੀਆ ਦਾ ਪਹਿਲਾਂ ਥੈਂਕਸ ਕਰਦੇ ਹਾਂ ਤੁਸੀਂ ਸਾਰੇ ਪਹੁੰਚੇ ਹੋ, ਅਤੇ ਆਪਾਂ ਸਾਰੇ ਐਕਸਾਈਟਡ ਹਾਂ ਕਿ ਫਿਲਮ ਦੇਖਣ ਜਾ ਰਹੇ ਹਾਂਗੇ ਹੁਣ ਆਪਾਂ, ਆਫਟਰ ਫਿਲਮ ਦੇਖਣ ਤੋਂ ਬਾਅਦ ਆਪਾਂ ਤੁਹਾਡੇ ਵੀ ਰਿਵਿਊਜ਼ ਲਵਾਂਗੇ ਅਤੇ ਅਸੀਂ ਵੀ ਦੱਸਾਂਗੇ ਅਸੀਂ ਆਪਣੀ ਜੋ ਮਿਹਨਤ ਕੀਤੀ ਹੈ ਉਹਦੇ 'ਤੇ ਅਸੀਂ ਖਰੇ ਉਤਰੇ ਹਾਂ ਜਾਂ ਨਹੀਂ ਉਤਰੇ। ਬਾਕੀ ਸਾਡੇ ਡਾਇਰੈਕਟਰ ਸਾਹਿਬ ਅੱਜ ਨਾਲ ਨੇ, ਇਹਨਾਂ ਨੇ ਸਾਨੂੰ ਬੜੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਡੀ ਇਸ ਫਿਲਮ ਦੇ ਲਈ ਸਾਡੇ ਤੋਂ ਕੋਸ਼ਿਸ਼ ਕਰੀ ਅਸੀਂ ਨੇ ਵਧੀਆ ਬਣਾਉਣ ਦੀ, ਅਤੇ 25 ਨਵੰਬਰ ਨੂੰ ਜਾਣ ਕੇ ਪਰਸੋਂ ਰਿਲੀਜ਼ ਹੋ ਰਹੀ ਹੈ, ਅਤੇ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਇਸ ਮਿਹਨਤ ਦਾ ਫਲ 25 ਨਵੰਬਰ ਨੂੰ ਤੁਸੀਂ ਜ਼ਰੂਰ ਦਿਓ ਜੋ ਤੁਹਾਨੂੰ ਫਿਲਮ ਵਧੀਆ ਲੱਗੀ। ਸਾਨੂੰ ਲੱਗਦਾ ਕਿ ਨਿਸ਼ਾਨਾ ਸਾਡਾ ਫੁੱਲ ਵੱਡਾ ਫੁੱਲ ਲੱਗਣਾ ਹੀ ਲੱਗਣਾ।
ਬਹੁਤ ਸਾਰੀਆਂ ਗੱਲਾਂ ਕਰਾਂਗੇ। ਫਿਲਹਾਲ ਸਾਡਾ ਤੁਸੀਂ ਪੁੱਛੋ ਵੀ ਕਿੰਨੀ ਐਕਸਾਈਟਮੈਂਟ ਹੈ, ਕਿੰਨਾ ਹਾਂਜੀ ਬਿਲਕੁਲ ਜੀ, ਮੇਰਾ ਗਾਣਾ ਹੈ ਉਹ ਵੀ ਤੁਸੀਂ ਦੇਖੋ ਨਜ਼ਾਰਾ ਲੈਣਾ ਮਤਲਬ। ਹਾਜ਼ਰੀ ਹੈਗੀ ਜੀ, ਲਵਾਈ ਹੈ ਇਹਨਾਂ ਨੇ ਧੰਜਲ ਸਾਹਿਬ ਨੇ, ਅਤੇ ਬਹੁਤ ਮੈਨੂੰ ਖੁਸ਼ੀ ਹੋਈ ਹੈ। ਮੈਂ ਪਰਮਿੰਦਰ ਬਿਰਲਾ ਜੀ ਸੰਡਰੋਜ ਅਤੇ ਨਵੀਆਂ ਹੀਰੋਇਨਾਂ ਨਾਲ ਕੰਮ ਕਰ ਰਿਹਾ, ਧੰਜਲ ਸਾਹਿਬ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਡੇ ਤੋਂ, ਰਾਜੀਵ ਮਹਿਰਾ ਸਾਡੀ ਜੋੜੀ ਹੈ ਇਹਦੇ ਵਿੱਚ, ਅਤੇ ਬਹੁਤ ਮਜ਼ਾ ਆਊਗਾ। ਬਸ ਨਿਸ਼ਾਨਾ ਤੁਸੀਂ ਮਤਲਬ ਮਜ਼ਾ ਆਜੂਗਾ ਕਰਨ ਦੇ, ਸਭ ਕੁਛ ਹੈ ਇਹਦੇ ਵਿੱਚ, ਮਤਲਬ ਪੂਰੀ ਪਟਾਰੀ ਹੈ, ਆਹ ਵੀ ਲਓ ਆਹ ਵੀ ਲਓ ਆਹ ਵੀ ਲਓ ਸਾਰਾ ਮਾਮਲਾ। ਪੰਜਾਬ 'ਚ ਮੇਰੀ ਦੂਸਰੀ ਫਿਲਮ ਹੈ, ਲੇਕਿਨ ਧੰਦਰ ਸਾਹਿਬ ਨਾਲ ਕੰਮ ਕਰਕੇ ਇੱਕ ਚੀਜ਼ ਦਾ ਮਜ਼ਾ ਆਇਆ, ਕਿਉਂਕਿ ਹੁਣ ਸਿਨੇਮਾ ਕਰਨ ਨੂੰ ਮਿਲਿਆ, ਸਿਨੇਮਾ ਅਤੇ ਫਿਲਮ ਦੇ ਵਿੱਚ ਬਹੁਤ ਫਰਕ ਹੈਗਾ, ਕਿਉਂਕਿ ਹੁਣ ਸਿਨੇਮਾ ਕਰਨ ਨੂੰ ਮਿਲਿਆ, ਇਹਦੇ ਵਿੱਚ ਬਹੁਤ ਜ਼ਿਆਦਾ ਮਟੀਰੀਅਲ, ਬਹੁਤ ਐਕਸਾਈਟਿਡ ਹੈਗੇ ਹਾਂ ਕਿ ਜਲਦੀ ਜਲਦੀ ਰਿਲੀਜ਼ ਹੋਵੇ ਅਤੇ ਔਰ ਖੈਰ ਮੇਰਾ ਡੈਬਿਊ ਹੈ, ਇਸ ਲਈ ਮੈਂ ਪੂਰੀ ਤਿਆਰੀ ਨਾਲ ਹਰ ਚੀਜ਼ ਪੂਰੀ ਤਿਆਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਜਿਵੇਂ ਇੱਕ ਸਕੂਲ ਦਾ ਬੱਚਾ ਇਗਜ਼ਾਮ ਦੇਣ ਜਾਂਦਾ, ਜਿਵੇਂ ਅਸੀਂ ਇਗਜ਼ਾਮ ਦੇਣ ਜਾਂਦੇ ਹੁੰਦੇ ਸੀ 10th 11th 12th ਦੇ ਵਿੱਚ, ਉਵੇਂ ਦੀ ਆ ਬਟਰਫਲਾਈ ਇਨ ਮਾਈ ਸਟਮਕਸ ਕਿ ਕਿਵੇਂ ਦਾ ਰਿਸਪੋਂਸ ਆਏਗਾ। ਆਪਣੇ ਵੱਲੋਂ ਸਭ ਨੇ ਬਹੁਤ ਮਿਹਨਤ ਕੀਤੀ ਹੈ, ਸਰ ਨੇ ਬਹੁਤ ਕੁਝ ਸਿਖਾਇਆ, ਅਤੇ ਅੱਜ ਫਾਈਨਲੀ ਉਹ ਡੇ ਆ ਗਿਆ ਜਿਹਦੇ ਲਈ ਸਾਰੇ ਮਿਹਨਤ ਕਰ ਰਹੇ ਸੀ, ਅਤੇ ਫਿੰਗਰ ਕ੍ਰੋਸ, ਲੈਟਸ ਸੀ ਵਾਟ ਹੈਪਨ। ਯੈਸ ਯੈਸ ਬਿਲਕੁਲ ਬਿਲਕੁਲ, ਇਹ ਤਾਂ ਬਾਅਦ 'ਚ ਸੁਣੇ, ਹੁਣ ਕਿਉਂ ਸੁਣਨੇ ਆ, ਬਿਲਕੁਲ ਆਪਣੀ ਹੁਣ ਫਿਲਮ ਆਪਾਂ ਪਹਿਲਾਂ ਦੇਖ ਕੇ ਆਉਣਾ ਸਾਰੇ, ਫਿਰ ਤੁਸੀਂ ਕਿਹੋ ਵੀ ਸਾਨੂੰ ਆਹ ਗਾਣਾ ਬੜਾ ਵਧੀਆ ਲੱਗਿਆ ਉਹ ਸੁਣਾਓ। ਹਾਂਜੀ ਮੁਰਦਾ ਬਾਈ ਨੇ ਬਣਾਇਆ ਸੀ, ਬਾਕੀ ਤੁਹਾਨੂੰ ਐਕਸਾਈਟਮੈਂਟ ਹੈ ਕਿ ਆਪਾਂ ਸਾਰੀ ਫਿਲਮ ਦੇਖਣ ਲਈ ਪੂਰੇ ਰੈਡੀ ਹੈਗੇ, ਸਾਡੇ ਸਾਨੀ ਸਾਹਿਬ ਅਤੇ ਸਾਡੇ ਡੀ ਪੀ ਐਸ ਸੀ ਸਾਹਿਬ, ਸਾਨੀ ਸਾਹਿਬ ਸਾਡੀ ਫਿਲਮ ਰਿਲੀਜ਼ ਕਰ ਰਹੇ ਨੇ, ਵੇਟ ਨਹੀਂ ਹੋ ਰਹੀ ਸਾਡੇ ਕੋਲ, ਡੀ ਪੀ ਐਸ ਸੀ ਸਾਹਿਬ ਸਾਡੇ ਹੁਣ ਫੁੱਲ ਐਕਸਾਈਟਮੈਂਟ ਹੈਗੇ ਕਿ ਨਿਸ਼ਾਨਾ ਸਾਡਾ ਬੱਚੇ ਨੂੰ ਮੌਕਾ ਲੱਗਣ ਜਾ ਰਿਹਾ। ਲਓ ਜੀ ਸਾਡੇ ਭਰਾ ਵਿਕਰਮ ਜੀ, ਹਾਂਜੀ ਹਾਂਜੀ ਹਾਂਜੀ, ਇਹ ਤਾਂ ਹੁਣ ਤੁਸੀਂ ਦੇਖ ਦੇਖ ਹੀ ਲੈਣਾ ਸਾਰੇ ਵਰਲਡ ਲੁਧਿਆਣਾ ਤੋਂ ਉਹਨਾਂ ਨੇ ਮਨੀਸ਼ ਮਲਹੋਤਰਾ ਨੂੰ ਅਸਿਸਟ ਕੀਤਾ ਹੋਇਆ, ਮੈਂ ਸੋਰੀ ਉਹਨਾਂ ਦਾ ਨਾਮ ਭੁੱਲ ਗਈ ਹਾਂ, ਬਟ ਬਹੁਤ ਵਧੀਆ ਡਿਜ਼ਾਇਨਰ ਨੇ, ਔਰ ਜਿਹੜਾ ਫਿਲਮ ਦਾ ਡਿਜ਼ਾਇਨ ਉਹ ਨਵੀਨ ਕਰਕੇ ਕੋਈ ਮੁੰਡਾ ਉਹਨੇ ਕੀਤਾ, ਐਂਟਰੀ ਬੜੀ ਖਤਰਨਾਕ ਕਰਾਈ ਉਹਨਾਂ ਨੇ, ਐਂ ਆ ਜੀ ਐਂ ਆ ਐਕਸ਼ਨ ਹੀਰੋਇਨ ਇੱਦਾਂ ਹੀ ਹੁੰਦੀ ਆ, ਲੱਤਾਂ ਜੀ ਚੱਕ ਕੇ ਮਾਰੇ ਆ ਉਹਦੇ ਸਵਾਦ 'ਚ, ਉਹ ਕਿੰਨੇ ਟੇਕਾਂ 'ਚ ਕੀਤਾ ਸੀ ਸਹੀ ਸਹੀ? ਆਈ ਥਿੰਕ ਦੋ ਤਿੰਨ ਟੇਕਸ ਹੋ ਗਿਆ ਸੀਗਾ ਹੁਣ, ਸਭ ਤੋਂ ਸਵਾਦ ਹੀ ਉਸ ਚੀਜ਼ 'ਚ, ਹਾਂ ਬਿਲਕੁਲ ਮਜ਼ਾ ਆਉਂਦਾ, ਵਿਲਨ ਨੂੰ ਕੁੱਟ ਕੇ ਤਾਂ ਵੈਸੇ ਹੀ ਸਵਾਦ ਬੜਾ ਆਉਂਦਾ ਵਾ, ਆਪਣੇ ਆਪ ਨੂੰ ਸਕਰੀਨ 'ਤੇ ਦੇਖ ਕੇ ਆਪਣੇ ਆਪ ਨੂੰ ਸਕਰੀਨ 'ਤੇ ਦੇਖ ਕੇ ਮੈਂ ਤਾਂ ਸਿਰਫ ਸੱਚੀ ਦੱਸਾਂ, ਮੈਂ ਆਪਣੀਆਂ ਮਿਸਟੇਕਸ ਦੇਖ ਰਹੀ ਸੀਗੀ, ਮੈਂ ਕੁਛ ਹੋਰ ਨਹੀਂ ਦੇਖ ਰਹੀ ਸੀ ਕਿ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ, ਇਹ ਲੱਗ ਰਹੀ ਹਾਂ, ਉਹ ਲੱਗ ਰਹੀ, ਮੈਂ ਉਹ ਦੇਖਣ ਅਸੀਂ ਹੈਗੇ ਹਾਂ ਅਸੀਂ ਹੈ, ਮੈਂ ਆਪਣੀਆਂ ਗਲਤੀਆਂ ਦੇਖ ਰਹੀ ਸੀ ਕਿ ਮੈਂ ਕੁਛ ਹੋਰ ਵਧੀਆ ਕਰ ਸਕਦੀ ਸੀ, ਇੱਥੇ ਮੈਂ ਕੁਛ ਇੱਦਾਂ ਕਰ ਸਕਦੀ, ਗਲਤੀ ਲੱਭੀ ਵੇ ਤੁਹਾਨੂੰ, ਐਂ ਥੋੜ੍ਹੀ ਦੱਸ ਦੇਣਾ ਤੁਹਾਨੂੰ, ਸੱਚੀ ਸਾਨੂੰ ਤਾਂ ਲੱਭੀ, ਤੁਹਾਨੂੰ ਕਿੱਦਾਂ ਨਹੀਂ ਲੱਭੀ, ਐਂ ਹੋ ਹੀ ਨਹੀਂ ਸਕਦਾ, ਤੁਸੀਂ ਗਲਤੀ ਕਿਹੜੀ ਕੀਤੀ ਇੱਕ ਦੱਸ ਦਿਓ ਮੈਨੂੰ, ਆਈਡੀਆ ਤਾਂ ਹੋਵੇ ਤੁਹਾਨੂੰ, ਪਤਾ ਹੀ ਨਹੀਂ ਲੱਗਣਾ, ਜਿੱਦਾਂ ਮੈਨੂੰ, ਮੈਂ ਸੋਚਦੀ ਹਾਂ ਕਿ ਜਿੱਦਾਂ ਜਿਹੜਾ ਫਾਦਰ ਸਾਹਿਬ ਨਾਲ ਸੀਨ ਸੀਗਾ ਮੈਂ ਹੋਰ ਇਨਵੋਲਵਮੈਂਟ ਨਾਲ ਕਰ ਸਕਦੀ ਸੀ, ਕੁਛ ਨਾ ਕੁਛ ਮਤਲਬ ਮੈਨੂੰ ਲੱਗਦਾ ਕਿ ਮੈਂ ਹੋਰ ਇਨਵੋਲਵ ਹੋ ਕੇ ਕਰ ਸਕਦੀ ਸੀ, ਮੈਨੂੰ ਐਂ ਲੱਗਿਆ ਕਿ ਥੋੜ੍ਹਾ ਜਿਹਾ ਮੈਂ ਮਿਸ ਕਰ ਗਈ ਕਿਤੇ, ਥੋੜ੍ਹਾ ਬਹੁਤ ਜ਼ਿਆਦਾ ਨਹੀਂ ਮਿਸ ਕਰ ਗਈ। ਵੈਸੇ ਵਧੀਆ ਗੱਲ ਆ ਵੀ ਤੁਸੀਂ ਜਲਦੀ ਸੈਟੀਸਫਾਈ ਨਹੀਂ ਹੁੰਦੇ, ਬਟ ਸਾਡੇ ਹਿਸਾਬ ਦੇ ਨਾਲ ਪਰਫਾਰਮੈਂਸ ਵਾਈਜ਼ ਤਾਂ ਸਾਰਿਆਂ ਦਾ ਹੀ ਕੰਮ ਬਹੁਤ ਸੋਹਣਾ, ਹਾਂਜੀ ਬਿਲਕੁਲ ਸਾਰਿਆਂ ਦਾ ਕੰਮ ਬਹੁਤ ਵਧੀਆ ਸੀ, ਹਾਂ। ਅਤੇ ਹੁਣ ਦਿਲੋ ਦਿਮਾਗ ਦੇ ਵਿੱਚ ਕੀ ਚੱਲਦਾ ਦਿਨ ਰਹਿ ਗਿਆ ਵਿੱਚ ਕੱਲ੍ਹ ਦਾ?
हुण तो देखो ऑडियंस ने की रिस्पोंस देना मेरा उहदे उत्ते ही आ। अज प्रीमियर हो गया पर धुड़कू तो 25 तरीक तक लगा रहना वा, बट मेरी रिक्वेस्ट सारे नूं इही आ जी, तुसी मीडिया वाले ने भी फिल्म देखी आ, तुसी तुहानू आप लगा कि फिल्म मैसेज भी देने वाली है तो एंटरटेनमेंट भी कराने वाली है, तो मैं लगता है ऑडियंस को पसंद आऊगी फिल्म और मैं लगता सारे जाके देखनी चाहिए। लास्ट सवाल, प्रीमियर से पाने लिए ड्रेस फाइनल करने को कितना टाइम लगा? बिल्कुल नहीं लगा। ये तो झूठ, ये तो जी, ये गाउन मैं 80 दी कुड़ी दे व्याह ते पाया सी, ये 3 साल पहले मैं खरीदया सी पर मैं पाया नहीं सीगा, मैनू लगा जदों कुछ आऊगा क्योंकि कोविड हो गया सी दो विचों दो नु अच्छा दुनिया नु कोविड हो गया सी, ये रह गया सी मेरा पांजा भाई जा साडी इंटरव्यू इदां हुंदा हुंदा गल करनी कोई नहीं। ये गाउन ओही उदों नहीं खरीदया सी, मैनू लगा ये पा लेनी ज्यादा की कन्ना कन्ना वाला कलना, ये मैं लाए सी 9 फेस दी मार्केट तो। किन्ने कदे आ जांदे मैडम वैसे? हुण तुहानू पता है, दस्सो ना क्यों पुछ रिया मैं, तुहानू पता है कारण? क्योंकि आगे ते कारण वाले मैनू डिस्काउंट 350। हाँ इन्ने कदे ही आए आ। मतलब उदों जे कुड़ी नू मतलब तैयार होने लिए किन्ने पैसे चाहिए, किन्ना खर्चा प्रोपर? 15-16 हज़ार का जो मैं लिता से दसी बीप ला दो एक डिजाइनर तो लिता से चंडीगढ़ों ही, तुम्हें पता डिजाइनर बहुत महंगे गाउन ला देंगे, कपड़ा बहुत सस्ता ही हो गया तो बस एक भी गल है जिदा तुम्हें पाया भी फॉर एग्जाम्पल मैं लगता ना भी चीज़ 2000 वाली भी पाई हो फॉर एग्जाम्पल वो बंदे की एक वो चीज़ हो हाथ ना जोड़ पाई इंटरव्यू थोड़ी लंबी चलनी है जे वो बंदे लगती भी है उस चीज़ ने पाई आम मैनू लगता तुम कह रही कि करते हो ये जरूरी नहीं कोई ब्रांड पाओ, मैं लगता कि तुम नॉर्मल कपड़े भी पाओ पर कॉन्फिडेंट उदा का हो तो मैं नहीं लगता बंदा माड़ा लग सकता। कॉन्फिडेंस जो लो हो अप करने की करता है? मैं उदों गाने सुनती हाँ, रब न याद कर दी हाँ। सुना दो एक। मैं सिंगर नहीं इन्नी वधिया, मैं गुनगुना लैनी हाँ पर मेरा आ बहाना सुनते ही जाते मीडिया लैन चाहे ही सुनते आए हैं नहीं एक दो लाइन ही सुना सकती मैं गा के नहीं। जीत जाएंगे हम तू अगर संग है जिंदगी हर कदम एक नई जंग है। तो मैंने तुम आ जंग जित ली है, हम बाकी ऑडियंस का फैसला की करेंगे, तो बहुत बहुत मुबारक जी तो एक बार फिर तो तुम अज मैं लगता वो बाबे वाली रिंग पाई नहीं हैगी अगली बार पा चंगा जुड़े साढ़े चैनल 25 तरीक निशाना भावना साहब की हाल चाल वधिया जी आई फिल्म च कन्फ्यूज हो रही सच्ची बहुत सोहनी लग रही जो साढ़े सूट कि डिजाइन किए पहला सवाल तो मैं ये नवदीप साढ़े कॉस्ट्यूम डिजाइनर जिन्होंने मेहनत की है अबलेज स्टूडियो उन्होंने वालों पूरनमाशी सोंग के बहुत प्यारे प्यारे सूट्स है तो कोटबंट वाली लुक भी है वो भी बड़ी खतरनाक कटी है ना। यस कन्फ्यूज हो गए थे भी केड़ी लुक नु रेट करिए वो वाली अच्छी है वो वाली अच्छी है। एक गल मैं होर नोट की आ तुहाडी सहेलियां भी बहुत सोहनिया ने। थैंक यू। तू लेके आउने इधर सर्कल ही कित्थों मिलदी है ते देख केड़ी केड़ी जगह ते पाए जांदे ए लोक एहो जे लोक ए ब्यूटी तुहानू लुधियाने च पाई जांदी है मेरे सारे फ्रेंड्स लुधियाने दी है ते फिर एवें थोड़े नाल लुधियाना मन्निया जांदा है हर किते है ना। कल के नहीं बोल सकदे सानू पता लगे तुहाडे डैडी सामने खड़े है। हां जी ते की चल रिहा हुण दिलो दिमाग विच पहली फिल्म कीती यकीन नहीं हो रहा एक ड्रीम लग रहा है ड्रीम कम ट्रू मूमेंट है लग रहा भी यही चलता रहे स्क्रीन पर मैं आँदी रहा तो मैं अपने आप देखती रहा आई एम वेरी हैप्पी आई हैव नो वर्ड्स जो स्क्रीन पर तुम आते नहीं दिल च आता नहीं हाय सुपरस्टार सुपरस्टार नहीं फील तो एक आता ही है ना मतलब जो अपने वीडी स्क्रीन पर देखता मैं एवं भी मेरी जो मैं चाहती सी मेरी मेहनत कोविड आ गया बिच काफ़ी कुछ स्लो हो गया मैं कदों तो अपने आप को बिग स्क्रीन पर देखना चाहती सी और फाइनली अज आगे पूरा होया है तो मैं सीगा बस इतने स्टॉप हो जाए तो मैं बस अपने आप को देखती रहा जो तुम देखते सीन से डायलॉग से रिएक्शन नोट किए आले दुआले के सोचे देखते नहीं मैं देख रही थी मैं रिएक्शन सच्ची नहीं इधर उधर नोट किया मैं एक करैक्टर पूरा इंजॉय कर रही थी उस वक्त अरे मैं बहुत खुश थी तो लोग बहुत तालियां भी है ना एप्रीशिएट कर रहे थे जिमें कई सीनस बहुत इंपॉर्टेंट है बहुत मैसेज डिपिक्ट हो रहे हैं तो वधिया रिव्यू है सब का बाकी मीडिया विल क्रिएट अवेयरनेस ताकि इदा के कंसैप्ट होर अगे आन ताकि लोग प्यार देन ताकि इदा के कंसैप्ट पंजाबी इंडस्ट्री भी होर ग्रो करे। घर दे नाल बैठ के अपनी फिल्म देखनी कितनी औखी होंगी है? औखी तो नहीं होंगी बिकॉज देखो फर्स्ट मूवी है डेब्यू है ਤੁਸੀਂ ਆਲਵੇਜ਼ ਲਰਨ ਕਰਦੇ ਹੋ ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ ਸੈਕਿੰਡ ਤੋਂ ਹੋਰ ਵਧੀਆ ਹੁੰਦਾ ਥਰਡ ਸ਼ੋਰ ਵਧੀਆ ਹੁੰਦਾ ਹੈ ਅਤੇ ਔਖੀ ਨਹੀਂ ਹੁੰਦੀ ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ
ਐਵੇਂ ਲੱਗਦਾ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ ਵੀ ਪੇਰੈਂਟਸ ਨੂੰ ਪੇਬੈਕ ਕੀਤਾ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ। ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ ਅਤੇ ਬੈਸਟ ਆਫ ਲੱਕ ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ। ਸਿਨੇਮਾਜ਼ ਨੀਅਰ ਯੂ, ਫਟਾਫਟ ਜਾਓ, ਹੁਮ ਹੁਮ ਆ ਕੇ ਪਹੁੰਚੋ ਅਤੇ ਬਹੁਤ ਜ਼ਿਆਦਾ ਪਿਆਰ ਦਿਓ। ਥੈਂਕ ਯੂ ਸੋ ਮਚ। ਤਨੋਏ ਭਾਅ ਜੀ ਕੀ ਹਾਲ ਚਾਲ? ਵਧੀਆ ਬਾਈ, ਤੂੰ ਦੱਸ। ਜਿਹੜੀ ਆਪਾਂ ਗੱਲ ਕਰਦੇ ਸੀ ਨਾ, ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ, ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂੰਗਾ, ਲੱਗ ਗਿਆ। ਸੱਚੀ ਕਿਵੇਂ ਲੱਗੀ ਫਿਲਮ ਬਾਈ, ਤੂੰ ਦੱਸ। ਫਿਲਮ ਸੱਚੀ ਬਹੁਤ ਅੱਛੀ ਲੱਗੀ ਆ। ਜਿਹੜੀ ਆਪਾਂ ਕੈਮਰੇ 'ਤੇ ਕਹਿ ਰਹੇ, ਮੈਨੂੰ ਜਿਹੜੀ ਚੀਜ਼ ਦੀ ਕਮੀ ਲੱਗੀ, ਮੈਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਮਿਊਜ਼ਿਕ ਦੀ ਕਮੀ ਲੱਗੀ। ਮੈਂ ਇਹਦਾ ਪਰਸਨਲ ਐਕਸਪੀਰੀਅੰਸ, ਬੈਕਗਰਾਊਂਡ ਮਿਊਜ਼ਿਕ ਸਾਡਾ ਬਹੁਤ ਅੱਛਾ ਹੈ ਫਿਲਮ ਦਾ। ਅਤੇ ਦੱਸਾਂ ਕੀ ਇਹ ਇਸ ਸਿਨੇਮਾ ਦੀ ਜਿਹੜੀ ਬੈਕਗਰਾਊਂਡ ਦੀ ਸਾਊਂਡ ਹੈ ਇੱਥੇ, ਉਹ ਥੋੜ੍ਹੀ ਜਿਹੀ ਮਾੜੀ ਹੈ। ਇਹ ਵੀ ਹੋ ਸਕਦਾ, ਹਾਂ ਤੁਸੀਂ ਕਲੀਅਰ ਕਰ, ਮਾੜੀ ਹੈ ਅਸੀਂ ਸਿਨੇਮੇ, ਅਸੀਂ ਤਾਂ ਉਦੋਂ ਹੀ ਨੋਟਿਸ ਕਰਾਂ ਕਿਉਂਕਿ ਅਸੀਂ ਐਡੀਟਿੰਗ 'ਚ ਦੇਖੀ ਹੋਈ ਹੈ ਫਿਲਮ, ਜੋ ਅਸੀਂ ਦੇਖੀ ਹੈ ਫਿਲਮ, ਇਹ ਜਿਹੜੀ ਇਸ ਸਿਨੇਮਾ ਦੀ ਸਾਊਂਡ ਕੁਆਲਿਟੀ ਅੱਛੀ ਨਹੀਂ ਗਈ, ਇਹੀ ਪ੍ਰੋਬਲਮ ਹੈ। ਜਦੋਂ ਪਤਾ ਸੀ ਵੀ ਐਂਟਰੀ ਹੋਣ ਵਾਲੀ ਹੈ, ਨਰਵਸ ਤਾਂ ਹੋਊਂਗੇ ਨਾ ਕਿਤੇ ਕਿਤੇ ਵੀ ਕਿੰਨੇ ਲੋਕਾਂ ਨੇ ਮੈਨੂੰ ਦੇਖਣਾ? ਖੁਸ਼ੀ ਸੀਗੀ, ਨਰਵਸ ਨਹੀਂ ਸੀ, ਸਾਰਾ ਕੁਝ ਸੀਗਾ, ਸਾਰੇ ਇਮੋਸ਼ਨਸ ਸੀਗੇ। ਜਦੋਂ ਇਫੈਕਟ ਕਰਦੇ ਹੋ, ਜਦੋਂ ਤੁਸੀਂ ਸ਼ਰਟ ਜੀ ਲਾਈ, ਮੈਂ ਕਿਹਾ ਜੇ ਕਿਤੇ ਵਿਕਰਮ ਸਰ ਵੀ ਲੈ ਲੈਣ, ਮੇਰਾ ਸਵਾਦ ਆ ਜਾਵੇ ਉਹਨਾਂ ਦੀ ਲਵਾਈ ਕਿਉਂ ਤੁਸੀਂ ਉਹਨਾਂ ਨੂੰ ਪੁੱਛੋ। ਅੱਛਾ ਸੀਗੀ, ਮੈਂ ਉਹਨਾਂ ਨੂੰ ਪਤਾ ਨਹੀਂ ਫਾਈਟ ਸੀਕੁਐਂਸ ਦਾ, ਮੈਂ ਪੁੱਛੂਗਾ ਉਹਨਾਂ ਕੋਲ। ਪੁੱਛੋ ਉਹਨਾਂ ਨੂੰ, ਮੈਂ ਨਹੀਂ ਕੁਛ ਕਹਿਣਾ ਉਹਨਾਂ ਨੂੰ, ਪੁੱਛਿਆ। ਅਤੇ ਹੁਣ ਜਦੋਂ ਲੋਕ ਮਿਲ ਰਹੇ ਆ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ, ਕੀ ਹੁੰਦਾ? ਰੱਬ ਦਾ ਸ਼ੁਕਰ ਨਿਕਲਦਾ ਦਿਲ ਚੋਂ? ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ, ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ, ਅਤੇ ਮੈਂ ਤਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਸ਼ੁਕਰਗੁਜ਼ਾਰ ਹਾਂ, ਆਪਣੇ ਮੋਮ ਅਤੇ ਡੈਡ ਨੂੰ ਵੀ ਥੈਂਕ ਯੂ ਜੀ, ਮੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਤੁਸੀਂ, ਅਤੇ ਮੈਨੂੰ ਇੱਥੇ ਲੈ ਕੇ ਆਏ, ਇਸ ਮੁਕਾਮ 'ਤੇ ਖੜਾ ਕੀਤਾ ਮੈਨੂੰ। ਅਤੇ ਬਾਕੀ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਕਿ ਆਡੀਅੰਸ ਨੂੰ ਆਪਣੀ ਫਿਲਮ ਵਧੀਆ ਲੱਗੀ, ਅਤੇ ਮੈਂ ਤਾਂ ਕਹਿੰਦਾ ਵੀ 25 ਨਵੰਬਰ ਨੂੰ ਪਲੀਜ਼ ਵੀ ਦੇਖਿਓ ਸਾਡੀ ਫਿਲਮ। ਜ਼ਿੰਦਗੀ ਦਾ ਬਹੁਤ ਵੱਡਾ ਦਿਨ, ਅਸੀਂ ਜ਼ਿਆਦਾ ਟਾਈਮ ਨਹੀਂ ਲੈਣਾ, ਅਤੇ ਮੁਬਾਰਕਾਂ ਬਹੁਤ ਬਹੁਤ। ਅਤੇ ਹੁਣ ਇਹ ਗੱਡੀ ਇੱਥੇ ਰੁਕਣੀ ਨਹੀਂ ਚਾਹੀਦੀ, ਇਹ ਚੜ੍ਹਾਈਆਂ ਉੱਪਰ ਨੂੰ ਚੜ੍ਹਦੀਆਂ। ਕਿਵੇਂ ਲੱਗੀ ਐਕਟਿੰਗ ਬਾਈ, ਤੂੰ ਦੱਸ? ਸੱਚੀ ਬਹੁਤ ਵਧੀਆ ਲੱਗੀ, ਅਸੀਂ ਜਦੋਂ ਚੱਲ ਰਹੀ ਸੀ ਨਾ ਫਿਲਮ, ਉਦੋਂ ਹੀ ਡਿਸਕਸ ਕਰ ਰਹੇ ਸੀਗੇ ਵੀ ਇੱਕ ਹੁੰਦੀ ਨਾ ਵੀ ਸਕਰੀਨ 'ਤੇ ਲੁੱਕ ਬੰਦੇ ਦੀ, ਪਹਿਲਾ ਸਵਾਲ ਹੁੰਦਾ ਵੀ ਸਕਰੀਨ 'ਤੇ ਬੰਦਾ ਜੱਚ ਰਿਹਾ, ਮਤਲਬ ਬਿੱਲੇ ਭਾਈ ਦੇ ਪੈਰਲਲ ਸੀ, ਅਸੀਂ ਇਹ ਨਹੀਂ ਕਹਿ, ਇਹ ਗੱਲ ਕੋਈ ਨਹੀਂ ਕਹੂਗਾ ਫਿਲਮ ਦੇਖ ਕੇ ਕਿ ਵੀ ਇਹ ਸੈਕੰਡ ਲੀਡ ਆ ਜਾਂ ਲੀਡ ਆ, ਪੈਰਲਲ ਕਰੈਕਟਰਸ ਆ, ਉਹ ਡਾਇਰੈਕਟਰ ਦੇ ਹਿੱਸੇ ਵੀ ਜਾਂਦੀ ਜੀ। ਹਾਂਜੀ ਹਾਂਜੀ, ਤਾਂ ਡਾਇਰੈਕਟਰ ਸਾਹਿਬ ਦੀ ਤਾਰੀਫ ਆ ਵੀ ਦੋਨਾਂ ਨੂੰ, ਆਏ ਨਹੀਂ ਵੀ ਇੱਕ ਬੰਦੇ ਨੂੰ ਜ਼ਿਆਦਾ ਚੱਕਦਾ ਜਾਂ ਕਿਸੇ ਨੂੰ ਚੱਕਦਾ, ਦੋਨੇ ਇਕੁਅਲ ਸੀਗੇ, ਅਤੇ ਉਹ ਮਤਲਬ ਵੀ ਅਤੇ ਸਾਡੀ ਦੋਨਾਂ ਦੀ ਮਤਲਬ ਕੈਮਿਸਟਰੀ ਵੀ ਬਹੁਤ ਵਧੀਆ ਲੱਗੀ ਮੈਨੂੰ ਆਪ ਇੰਨੀ ਵਾਰ ਜਿਵੇਂ ਸਾਰਾ ਕੁਝ ਦੇਖ ਕੇ, ਅਤੇ ਮਤਲਬ ਕਹਿੰਦਾ ਵਾਹਿਗੁਰੂ ਦੀ ਮਿਹਰ ਆ ਜੀ ਦੀ ਇੰਨੀ ਵਧੀਆ ਫਿਲਮ ਬਣ ਗਈ ਜੀ। ਠੀਕ ਆ ਬਾਈ, ਥੈਂਕ ਯੂ ਸੋ ਮਚ, ਮੁਬਾਰਕ ਇੱਕ ਵਾਰੀ। ਫਿਲਮ ਦੇਖ ਕੇ ਆਏ ਆਪਾਂ ਸਾਰੇ, ਜੇ ਪਰਸੋਂ ਹੋ ਗਈ ਸੋ ਫੀਲਿੰਗ ਕਿਵੇਂ ਦੀ ਹੈ? ਚਾਰ ਕਾਸ਼ ਨੇ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਨੇ ਫਿਲਮ ਬਾਰੇ? ਦੇਖੋ ਜੀ, ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ, ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ ਅਤੇ ਮੇਰੇ ਨਾਲ ਦੋ ਮੇਰੇ ਦੋਸਤ ਮਿੱਤਰ ਆਏ, ਅਤੇ ਬਹੁਤ ਵਧੀਆ ਫਿਲਮ ਬਣਾਈ ਡਾਇਰੈਕਟਰ ਸਾਹਿਬ ਦੀ, ਅਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ। ਰੀਜ਼ਨ ਕੀ, ਇੱਕ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ 'ਤੇ ਫਿਲਮ ਬਣਾਈ ਹੈ, ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ, ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ, ਅਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ। ਬਹੁਤ ਜ਼ਿਆਦਾ ਖੁਸ਼ੀ, ਇਮੋਸ਼ਨਲ ਵੀ ਕਿਉਂਕਿ ਫਿਲਮ ਦੇਖ ਲਈ ਅਤੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੁਣ, ਮਤਲਬ ਇੱਕ ਹਾਈ ਨਹੀਂ ਹੁੰਦਾ ਬੰਦੇ ਨੂੰ, ਉਹ ਹੋ ਰਿਹਾ ਨੈਚੁਰਲ ਹਾਈ ਹੋ ਰਿਹਾ ਮੈਨੂੰ। ਜੰਗ ਬਹਾਦਰ ਸਾਹਿਬ, ਹਾਂਜੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਅਸੀਂ ਜਿੰਨੀ ਮਿਹਨਤ ਕਰਨੀ ਸੀ ਜਾਂ ਫਿਲਮ ਜੈਸੀ ਡਾਇਰੈਕਟਰ ਸਾਹਿਬ ਨੇ ਬਣਾਉਣੀ ਸੀ ਜਾਂ ਪ੍ਰੋਡਿਊਸਰ ਸਾਹਿਬ ਨੇ ਜਿੰਨਾ ਖਰਚਾ ਕਰਕੇ ਇੰਨਾ ਵਧੀਆ ਸਿਨੇਮਾ ਬਣਾਇਆ, ਇਹ ਹੁਣ ਤੁਸੀਂ ਦੇਖ ਲਿਆ, ਹੁਣ ਤੁਸੀਂ ਇਹਦੇ ਬਾਰੇ ਦੱਸੋ ਜਾਂ ਪ੍ਰੈਸ 'ਚ ਲਿਖੋ ਜਾਂ ਸਵੇਰੇ ਅਖਬਾਰਾਂ 'ਚ ਕਹੋ ਜਾਂ ਟੀਵੀ 'ਤੇ ਦਿਖਾਓ, ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ? ਬਿਲਕੁਲ, ਅਸੀਂ ਨੇ ਮਿਹਨਤ ਕੀਤੀ ਹੈ, ਤੁਸੀਂ ਅੱਜ ਸਾਰਾ ਪ੍ਰੈਸ ਮੀਡੀਆ ਆਇਆ, ਤੁਸੀਂ ਨੇ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਚੰਗਾ ਦੱਸਿਓ, ਜੇ ਮਾੜੀ ਲੱਗੀ ਤਾਂ ਮਾੜੀ ਦੱਸਿਓ, ਪਰ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਹੀ ਲੱਗੀ ਹੋਣੀ ਹੈ। ਅਤੇ ਜਿਹੜਾ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ, ਚਾਹੇ ਬੈਕਗਰਾਊਂਡ ਹੋਣ, ਡਾਇਰੈਕਸ਼ਨ ਟੀਮ ਹੋਵੇ, ਟੈਕਨੀਕਲ ਹੋਵੇ, ਉਹਨਾਂ 'ਤੇ ਤਾਂ ਬਹੁਤ ਜ਼ੋਰ ਲਾ ਕੇ ਕੰਮ ਕੀਤਾ ਹੁੰਦਾ, ਉਹ ਕੀਤਾ ਹੁੰਦਾ ਆਡੀਅੰਸ ਵਾਸਤੇ, ਤੁਹਾਡੇ ਵਾਸਤੇ। ਬਸ ਤੁਸੀਂ ਦੱਸਿਓ ਕੱਲ੍ਹ ਨੂੰ ਵੀ ਇਹ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ। ਬਾਕੀ ਬਹੁਤ ਖੁਸ਼ੀ ਹੈ, ਸਰ ਰੋਜ਼ ਦਾ ਜਿਹੜਾ ਬ੍ਰੇਕ ਹੋਇਆ ਬਹੁਤ ਅੱਛਾ, ਇਹਦਾ ਡੈਬਿਊ ਬਹੁਤ ਅੱਛਾ। ਸਮਝ ਨਹੀਂ ਆ ਰਿਹਾ, ਮੈਂ ਨਮ ਹਾਂ ਬਹੁਤ ਜ਼ਿਆਦਾ, ਮੈਨੂੰ ਸਮਝ ਨਹੀਂ ਆ ਰਿਹਾ ਸੀ ਉਸ ਟਾਈਮ, ਲਾਈਕ ਓਵਰ
बस यही है साढ़े सारे मेहनत सफल होगी। नशे के खिलाफ गल हुई है सो एक परिवार बह के फिल्म देखूगा और नौजवान पीढ़ी जरूर इतों कुछ ना कुछ सीखूगी सो जरूर हाथ बन के बेनती है परिवार जरूर आने कि फिल्म लगी बाकी दस देना जी। डायरेक्टर साहब हाँ जी हाँ जी हाँ जी सुखी साहब कैप्टन ऑफ द शिप बेनती करता जे तुहानू फिल्म वधिया लगी आ तां इमानदारी दे नाल मैसेज सारे लोगों को पहुंचाओ कि आपां वाकई चाहते हैं भी पंजाबी सिनेमा नैक्सट लैवल ते जावे पंजाबी सिनेमा टैक्निकली सक्रिप्ट वाइज ग्रो करे तां तुसीं सारे जाणे पत्र लोगों अपील करो कि 25 तरीक नूं आउण साडे निशाने नूं अगर वो सक्सैस करदे तां अगले अगला निशाना इतों भी वड्डा लवां। नशिया के उत्ते फिल्म बनाई गई है पंजाब के होर कि ऐसे मुद्दे है जितने लगता है कि इतने फिल्म बननिया चाहिए पंजाब के बहुत मुद्दे ने बहुत मुद्दे ने कला मुद्दा तो सिर्फ कितना कितना नशा ही है। पर इस फिल्म के आप देखा गया कि दो असी जोड़े है वो बेरोजगार आगे तो ये डोरी की भी गल की गई है नशे की भी गल की गई है कई हाँ कई तरह के मुद्दे है जो तुम ने तो फिल्म देखी है तो हमें तो पता है ये मैसेज तुम्हें दसना ऑडियंस में कि 25 नवंबर में क्यों फिल्म देखनी है क्यों फिल्म देखनी है क्योंकि इस फिल्म के वो मुद्दों के उत्तर फिल्म बनाई गई है जो कि असं पंजाब सारी गल्ल करते हैं कि आह मुद्दों का असं दूर रहे हैं तो एंटरटेनमेंट भी है तुमने एक्शन देखा फर्स्ट टाइम पंजाबी सिनेमे में मैं तो बहुत सारिया फिल्मा देखिया नहीं है पर डायरेक्टर साहब ने तो साढ़े प्रोड्यूसर साहब ने बड़ी मेहनत न साउथ के आर्टिस्ट जो एक्शन के कमाल के बाह कमाल का सानू मैं भी आ लगता हूँ जो मैं साउथ दिल्म देखता सी भी किसी ने मुक्की मार के बंदा किमें डर पर असी मैं खुद आप अपने आप अजमा के मैं बहुत चंगा लगे सू सार देखो जी निशाना की गल करते हैं कि निशाने अज साडा फिल्म का प्रीमियर है सारा मीडिया का पहला थैंक्स करते हैं सारे पहुंचे हो तो आप सारे एक्साइटेड हैं कि फिल्म देखने जा रहे हैं कि हम आप आफ्टर फिल्म देखने तो बाद भी रिव्यूज़ लवेंगे तो असं भी दसांगे असी अपनी जो मेहनत की है वो असं खरे उतरे हैं या नहीं उतरे बाकी साढ़े डायरेक्टर साहब अज नाल ने इन्होंने सानू बड़े बहुत वधिया तरीके इन्होंने साड़ी इस फिल्म के लिए साढ़े तो कोशिश करी असी ने वधिया बनाउण दी तो 25 नवंबर में जाने के परसों रिलीज़ हो रही है तो फिलहाल यही कह सकते हैं कि इस मेहनत का फल 25 नवंबर में तुम जरूर दो जो तुम्हें फिल्म वधिया लगी अज ला सानू लगता है कि निशाना साड़ा फुल बड़ा फुल लगना ही लगना मैं लगता भी तुम्हें पता ही है आप जो आप फिल्म देख के आवेंगे अपने को सारे आप इकट्ठे ही होवेंगे बहुत सारिया गल्ला करांगे फिलहाल अपने साडा तुम पूछो भी कितनी एक्साइटमेंट है हाँ जी बिल्कुल जी मेरा गाना है वह भी तुम देखो नज़ारा लेना पड़ा हाजरी है जी लवाई है इन्होंने धज्जल साहब ने तो बहुत मैं खुशी हुई है मैं परमिंदर बिरला जी संतरोज के नवी हीरोइनों का काम कर रहे हैं धज्जल साहब ने बहुत वीया काम करवाया सब तो राजीव मेहरा साड़ी जोड़ी है ये बहुत मजा आऊगा बस निशाना तुम्हें मतलब मजा आजगा फिल्म देख सब कुछ है मतलब पूरी पटारी है आ भी लाओ मेरी दूसरी फिल्म है लेकिन जिंदर साहब ने कम करके चीज़ा मजा आया क्योंकि और सिनेमा कर सिनेमा तो फिल्म के बहुत फर्क है सिनेमा कर ये बहुत ज़्यादा मटीरियल बहुत एक्साइटेड है कि जल्दी जल्दी रिलीज हो गए और अच्छे चल चल
खैर मेरा डेब्यू है इसलिए मैं पूरी तैयारी हर चीज़ पूरी तैयारी कर कोशिश की है। बाकी जिमें स्कूल का बच्चा एग्जाम देन जाता है जिमें असं एग्जाम देन जाते होंगे से 10th 11th 12th उमें बटरफ्लाई इन माई स्टमक्स की किमें रिस्पोंस आएगा। अपने वालों सब ने बहुत मेहनत की है, सर ने बहुत कुछ सिखाया, तो अज फाइनली वो डे आ गया जिद सारे मेहनत कर रहे थे। फिंगर क्रॉस, लेट्स सी व्हाट हैपेंस। यस यस बिल्कुल बिल्कुल। ये तो बाद में सुने, हुण क्यों सुनने हैं? बिल्कुल अपनी हम फिल्म आप देखे होना सारे, फिर तुम क्यों भी सू आ गाना बड़ा वजिए लगे वो सुनाओ। हाँ जी मुर्दा भाई ने बनाया जी। बाकी फिल्म एक्साइटमेंट है कि आप सारी फिल्म देखने लिए पूरे रेडी है। साढ़े सानी साहब सारे वर्ल्ड पच्ची नवंबर निशाना मैम लुधियाना तो उन्होंने मनीष मल्होत्रा नु असिस्ट किया हो, मैं सॉरी उन्होंने नाम भूल गई हाँ, बट बहुत वधिया डिजाइनर ने। और जो फिल्म का डिजाइन नवीन करके कोई मुंडा उन्हें किया, एंट्री बड़ी खतरनाक कराई उन्होंने। ऐ हाँ जी ऐ हाँ एक्शन हीरोइन इदा ही होंगी लत्त जी चक्के मारे हैं स्वाद जो कि टेकन चीते सही सही आई थिंक दो तीन टेक्स हो गया सब स्वाद ही उस चीज हाँ बिल्कुल मजा आता विलन नु कुट के तो वैसे ही स्वाद बड़ा आता वा अपने आप स्क्रीन पर देख के अपने आप स्क्रीन पर देख के मैं तो सिर्फ सच्ची दसा मैं अपन मिसटेक्स देख रही थी, मैं कुछ होर नहीं देख रही थी कि मैं बहुत सोहनी लग रही हाँ ये लग रही हूँ वो लग रही मैं वो देखने असी है असी है मैं अपन गलतियाँ देख रही थी कि मैं कुछ होर वधिया कर सकती सी इतने मैं कुछ इदा कर सकती गलती लभी वैसे तुम ए थोड़ी दस देना तैनू सची सानू तो लभी तुम कि नहीं लभी है हो ही नहीं सकता गलती कि एक दस दो मैं आइडिया तो हो तुहानू पता ही नहीं लगना जिदा मैनू मैं सोचती हाँ कि जिदा जिहड़ा फादर साहब ना सीन सीगा मैं होर इनवॉल्वमेंट ना कर सकती सी कुछ ना कुछ मतलब मैनू लगता कि मैं होर इनवॉल्व होकर कर सकती सी मैनू ऐ लगे कि थोड़ा जिहा मैं मिस कर गई कितने थोड़ा बहुत ज़्यादा नहीं मिस कर गई वैसे वधिया गल है तुसीं जल्दी सैटिस्फाई नहीं होंदे बट साडे हिसाब दे नाल परफॉर्मेंस वाइज तो सारे का ही काम बहुत सोहना हाँ जी बिल्कुल सारे का काम बहुत वधिया सी हाँ ते हुण दिलो दिमाग दे विच की चलदा दिन रह गया बच्चे कल का हुण तो देखो ऑडियंस ने की रिस्पोंस देना मेरा उहदे ते ही आ अज प्रीमियर हो गया पर धुड़कू तो 25 तरीक तक लगा रहना वा बट मेरी रिक्वेस्ट सारे नूं इही आ जी तुसी मीडिया वाले ने भी फिल्म देखी आ तुसी तुहानू आप लगा कि फिल्म मैसेज भी देने वाली है तो एंटरटेनमेंट भी कराने वाली है तो मैनू लगता है ऑडियंस नूं पसंद आऊगी फिल्म और मैनू लगता सारे जाके देखनी चाहिए। लास्ट सवाल प्रीमियर ते पाउण लई ड्रेस फाइनल करन नूं किन्ना क टाइम लगा? बिल्कुल नहीं लगा। ये तो झूठ। ਇਹ ਗਾਊਨ ਉਹੀ ਉਦੋਂ ਦੀ ਖਰੀਦਿਆ ਸੀ ਮੈਨੂੰ ਲੱਗਾ ਇਹ ਪਾ ਲੈਣੀ ਜ਼ਿਆਦਾ ਕੀ ਕੰਨਾ ਵਾਲਾ ਕੱਲਣਾ ਇਹ ਮੈਂ ਲੈ ਸੀਗੇ ਨੌ ਫੇਸ ਦੀ ਮਾਰਕੀਟ ਤੋਂ ਕਿੰਨੇ ਕੁ ਦੇ ਆ ਜਾਂਦੇ ਮੈਡਮ ਮੈਂ ਹੁਣ ਤੁਹਾਨੂੰ ਪਤਾ ਦੱਸਿਓ ਨਾ ਕਿਉਂ ਪੁੱਛ ਰਿਹਾ ਮੈਂ ਤੁਹਾਨੂੰ ਪਤਾ ਹੈ ਕਾਰਨ ਕਿ ਆਗੇ ਦੁਕਾਨ ਵਾਲਿਆਂ ਮੈਨੂੰ ਡਿਸਕਾਊਂਟ 350
हाँ इन्ने के ही आए मतलब तो ये कुड़ी नू मतलब तैयार होने लिए किन्ने के पैसे चाहिए कि खर्चा प्रॉपर है मेरे घर 15-16 हज़ार का जो मैं लिता से दसी बीप ला दो एक डिजाइनर तो लिता से चंडीगढ़ों ही तुम पता डिजाइनर बहुत महंगे गाउन ला देंगे कपड़ा बहुत सस्ता ही हो बस एक भी गल है जिदा तुम्हें पाया भी फॉर एग्जाम्पल मैं लगता ना भी चीज़ 2000 वाली भी पाई हो फॉर एग्जाम्पल वो बंद की एक वो चीज़ हो हाथ ना जोड़ पाई इंटरव्यू थोड़ी लंबी चलनी है जे वो बंद लगती भी है उस चीज़ ने पाई आम मैं लगता तो कह रही किदा करते हो जरूरी नहीं कोई ब्रांड पाओ मैं लगता कि तुम नॉर्मल कपड़े भी पाओ पर कॉन्फिडेंट उदा का हो फिर मैं नहीं लगता बंदा माड़ा लग सकता कॉन्फिडेंस जो लो हो अप करने की करता मैं उदों गाने सुनती हाँ रब न याद करती हाँ सुना दो मैं सिंगर नहीं इन्नी वधिया मैं गुनगुना लैनी हाँ पर मेरा बहाना सुनते जाते मीडिया लाइन चाहिए ही सुनते आए हैं नहीं नहीं एक दो लाइन ही सुना सकती मैं गा के नहीं जीत जाएंगे हम तू अगर संग है जिंदगी हर कदम एक नई जंग है तो मैंने तुम आ जंग जित ली है हम बाकी ऑडियंस का फैसला की करेंगे तो बहुत बहुत मुबारक जी तो एक बार फिर तो अज मैं लगता वो बाबे वाली रिंग पाई नहीं हैगी अगली बार पाई चंगा जुड़े साढ़े चैनल 25 तरीक निशाना भावना साहब की हाल चाल वधिया जी आई फिल्म से कन्फ्यूज हो रही सच्ची बहुत सोहनी लग रही जो साढ़े सूट कि डिजाइन किए पहला सवाल तो मैं ये नवदीप साढ़े कॉस्ट्यूम डिजाइनर जिन्होंने मेहनत की है अबलेज स्टूडियो उन्हों वालों पूरनमाशी सोंग बहुत प्यारे प्यारे सूट्स है तो कोट पेंट वाली लुक भी है बड़ी खतरनाक कटी है ना यस कन्फ्यूज हो गए भी कि लुक में रेट करिए वाली अच्छी है वो वाली अच्छी है एक गल मैं होर नोट की आड़िया सहेलियां भी बहुत सोहनिया ने थैंक यू तू लेके आने इधर सर्कल ही कितों मिलती है कि जगह पर पाए जाते लोग योजे लोग ये ब्यूटी तो लुधियाने से पाई जाती है मेरे सारे फ्रेंड्स लुधियाने की है तो फिर एवं थोड़े ना लुधियाना मनिया जाता है हर कित है ना खुल के नहीं बोल सकते सू पता लगे तो डैडी सामने खड़े हाँ जी तो की चल रहा हूँ दिलों दिमाग पहली फिल्म की यकीन नहीं हो रहा एक ड्रीम लग रहा है ड्रीम कम ट्रू मूमेंट है लग रहा भी यही चलता रहे स्क्रीन पर मैं आँदी रहा तो मैं अपने आप देखती रहा आई एम वेरी हैप्पी आई हैव नो वर्ड्स जो स्क्रीन पर आते नहीं दिल चाहता नहीं हाई सुपरस्टार सुपरस्टार नहीं मतलब फील तो एक आता ही है ना मतलब जो अपने वीड्डी स्क्रीन पर देखता मैं एवं सगा भी मेरी जो मैं चाहती सी मेरी मेहनत कोविड आ गया बिच काफ़ी कुछ स्लो हो गया मैं कदों तो अपने आप बिग स्क्रीन पर देखना चाहती सी और फाइनली अज जाके पूरा होया है तो मैं सगा बस इतने स्टॉप हो जाए तो मैं बस अपने आप देखती रहा जो तुम देखते सीन से डायलॉग से रिएक्शन नोट किए आले दुआले के सोचे देख नहीं मैं देख रही थी मैं रिएक्शन सच्ची नहीं इधर उधर नोट किया मैं महक का करैक्टर पूरा इंजॉय कर रही थी उस वक्त अरे मैं बहुत खुश थी तो लोग बहुत तालियां भी है ना एप्रीशिएट कर रहे थे जिमें कई सीन्स बहुत इंपॉर्टेंट है बहुत मैसेज डिपिक्ट हो रहे हैं तो वधिया रिव्यू है सब का बाकी मीडिया विल क्रिएट अवेयरनेस ताकि इदा के कंसैप्ट होर अगे आन ताकि लोग प्यार देन ताकि इदा के कंसैप्ट पंजाबी इंडस्ट्री भी होर ग्रो करे घर दे नाल बैठ के अपनी फिल्म देखनी कितनी औखी होंगी है औखी तो नहीं होंगी बिकॉज देखो फर्स्ट मूवी है डेब्यू है ਤੁਸੀਂ ਆਲਵੇਜ਼ ਲਰਨ ਕਰਦੇ ਹੋ ਤੁਸੀਂ ਗਰੋ ਕਰਦੇ ਹੋ ਫਸਟ ਮੂਵੀ ਦੇ ਵਿੱਚ ਸੈਕਿੰਡ ਤੋਂ ਹੋਰ ਵਧੀਆ ਹੁੰਦਾ ਥਰਡ ਸ਼ੋਰ ਵਧੀਆ ਹੁੰਦਾ ਹੈ ਅਤੇ ਔਖੀ ਨਹੀਂ ਹੁੰਦੀ ਪੇਰੈਂਟਸ ਵੀ ਬਹੁਤ ਮਿਹਨਤ ਕਰਦੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਤੇ ਜਦੋਂ ਪੇਰੈਂਟਸ ਦੇ ਨਾਲ ਬੈਠ ਕੇ ਦੇਖੋ ਐਵੇਂ ਲੱਗਦਾ ਕਿ ਹਾਂ ਅਸੀਂ ਕੁਛ ਲਾਈਫ 'ਚ ਵਧੀਆ ਕੀਤਾ ਵੀ ਪੇਰੈਂਟਸ ਨੂੰ ਪੇਬੈਕ ਕੀਤਾ ਕਿ ਉਹਨਾਂ ਦੀ ਮਿਹਨਤ ਹੈ ਜਿਹੜੀ ਸਫਲ ਹੋਈ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਤਾਂ ਸਤਿ ਸ਼੍ਰੀ ਅਕਾਲ ਵੀ ਨਾ ਬੁਲਾ ਹੋਵੇ ਜੇ ਘਰ ਦੇ ਕੋਲ ਬੈਠੇ ਹੋਣ ਕੈਮਰੇ 'ਤੇ ਅਤੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੋਂ ਅਤੇ ਬੈਸਟ ਆਫ ਲੱਕ ਅਤੇ ਹੋਰ ਫਿਲਮਾਂ ਕਰਦੇ ਰਹੋ ਅਤੇ ਇੱਦਾਂ ਹੀ ਸਾਨੂੰ ਮਿਲਦੇ ਰਹੋ ਸਿਨੇਮਾਜ਼ ਨੀਅਰ ਯੂ ਫਟਾਫਟ ਜਾਓ ਹੁਮ ਹੁਮ ਆ ਕੇ ਪਹੁੰਚੋ ਅਤੇ ਬਹੁਤ ਜ਼ਿਆਦਾ ਪਿਆਰ ਦਿਓ ਥੈਂਕ ਯੂ ਸੋ ਮਚ ਤਨੋਰ ਭਾਜੀ ਕੀ ਹਾਲ ਚਾਲ ਵਧੀਆ ਬਾਈ ਤੂੰ ਦੱਸ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦੂੰਗਾ ਲੱਗ ਗਿਆ ਸੱਚੀ ਕਿਵੇਂ ਲੱਗੀ ਫਿਲਮ ਬਾਈ ਤੂੰ ਦੱਸ ਫਿਲਮ ਸੱਚੀ ਬਹੁਤ ਅੱਛੀ ਲੱਗੀ ਆ ਜਿਹੜੀ ਆਪਾਂ ਕੈਮਰੇ 'ਤੇ ਕਹਿ ਰਹੇ ਮੈਨੂੰ ਜਿਹੜੀ ਚੀਜ਼ ਦੀ ਕਮੀ ਲੱਗੀ ਮੈਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਮਿਊਜ਼ਿਕ ਦੀ ਕਮੀ ਲੱਗੀ ਮੈਂ ਮੇਰਾ ਪਰਸਨਲ ਐਕਸਪੀਰੀਅੰਸ ਕੀ ਆ ਬੈਕਗਰਾਊਂਡ ਮਿਊਜ਼ਿਕ ਸਾਡਾ ਬਹੁਤ ਅੱਛਾ ਹੈ ਫਿਲਮ ਦਾ ਅਤੇ ਦੱਸਾਂ ਕੀ ਇਸ ਸਿਨੇਮਾ ਦੀ ਜਿਹੜੀ ਬੈਕਗਰਾਊਂਡ ਦੀ ਸਾਊਂਡ ਹੈ ਇੱਥੇ ਉਹ ਥੋੜ੍ਹੀ ਜਿਹੀ ਮਾੜੀ ਹੈ ਇਹ ਵੀ ਹੋ ਹਾਂ ਤੁਸੀਂ ਕਲੀਅਰ ਕਰ ਮਾੜੀ ਹੈ ਅਸੀਂ ਸਿਨੇਮੇ ਅਸੀਂ ਤਾਂ ਉਦੋਂ ਹੀ ਨੋਟਿਸ ਕਰਾਂ ਕਿਉਂਕਿ ਅਸੀਂ ਐਡੀਟਿੰਗ 'ਚ ਦੇਖੀ ਹੋਈ ਹੈ ਫਿਲਮ ਜੋ ਅਸੀਂ ਦੇਖੀ ਹੈ ਫਿਲਮ ਇਹ ਜਿਹੜੀ ਇਸ ਸਿਨੇਮਾ ਦੀ ਸਾਊਂਡ ਕੁਆਲਿਟੀ ਅੱਛੀ ਨਹੀਂ ਗਈ ਇਹੀ ਪ੍ਰੋਬਲਮ ਹੈ ਜਦੋਂ ਪਤਾ ਸੀ ਵੀ ਐਂਟਰੀ ਹੋਣ ਵਾਲੀ ਹੈ ਨਰਵਸ ਤਾਂ ਹੋਊਂਗੇ ਨਾ ਕਿਤੇ ਕਿਤੇ ਵੀ ਕਿੰਨੇ ਲੋਕਾਂ ਨੇ ਮੈਨੂੰ ਦੇਖਣਾ ਖੁਸ਼ੀ ਸੀਗੀ ਨਰਵਸ ਨਹੀਂ ਸੀ ਸਾਰਾ ਕੁਝ ਸੀਗੇ ਸਾਰੇ ਇਮੋਸ਼ਨਸ ਸੀਗੇ ਜੀ ਜਦੋਂ ਇਫੈਕਟ ਕਰਦੇ ਜਦੋਂ ਤੁਸੀਂ ਸ਼ਰਟ ਜੀ ਲਾਈ ਮੈਂ ਕਿਹਾ ਜੇ ਕਿਤੇ ਵਿਕਰਮ ਸਰ ਵੀ ਲੈ ਲੈਣ ਮੇਰੇ ਸਵਾਦ ਅੱਜ ਵੀ ਉਹਨਾਂ ਦੀ ਲਵਾਈ ਕਿਉਂ ਨਹੀਂ
ਤੁਸੀਂ ਉਹਨਾਂ ਨੂੰ ਪੁੱਛੋ। ਅੱਛਾ ਸਿੱਗੀ ਮੈਨੂੰ ਲੱਗ ਰਿਹਾ ਪਤਾ ਨਹੀਂ ਫਾਈਟ ਸੀਕੁਐਂਸ ਦਾ, ਮੈਂ ਪੁੱਛੂਗਾ ਉਹਨਾਂ ਕੋਲ, ਪੁੱਛੋ ਉਹਨਾਂ ਨੂੰ, ਮੈਂ ਨਹੀਂ ਕੁਛ ਕਹਿਣਾ ਉਹਨਾਂ ਨੂੰ ਪੁੱਛਿਆ। ਅਤੇ ਹੁਣ ਜਦੋਂ ਲੋਕ ਮਿਲ ਰਹੇ ਆ ਫਿਲਮ ਨੂੰ ਐਪਰੀਸ਼ੀਏਟ ਕਰ ਰਹੇ, ਕੀ ਹੁੰਦਾ? ਰੱਬ ਦਾ ਸ਼ੁਕਰ ਨਿਕਲਦਾ ਦਿਲ ਚੋਂ? ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ, ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ, ਅਤੇ ਮੈਂ ਤਾਂ ਆਪਣੇ ਪੇਰੈਂਟਸ ਨੂੰ ਪਹਿਲਾਂ ਸ਼ੁਕਰ ਗੁਜ਼ਾਰ ਹਾਂ, ਆਪਣੀ ਮੋਮ ਅਤੇ ਡੈਡ ਨੂੰ ਵੀ ਥੈਂਕ ਯੂ ਜੀ, ਮੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਤੁਸੀਂ, ਅਤੇ ਮੈਨੂੰ ਇੱਥੇ ਲੈ ਕੇ ਆਏ, ਇਸ ਮੁਕਾਮ 'ਤੇ ਖੜਾ ਕੀਤਾ ਮੈਨੂੰ। ਅਤੇ ਬਾਕੀ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਹੈ ਜੀ ਕਿ ਆਡੀਅੰਸ ਨੂੰ ਆਪਣੀ ਫਿਲਮ ਵਧੀਆ ਲੱਗੀ, ਅਤੇ ਮੈਂ ਤਾਂ ਕਹਿੰਦਾ ਵੀ 25 ਨਵੰਬਰ ਨੂੰ ਪਲੀਜ਼ ਵੀ ਦੇਖਿਓ ਸਾਡੀ ਫਿਲਮ। ਜ਼ਿੰਦਗੀ ਦਾ ਬਹੁਤ ਵੱਡਾ ਦਿਨ, ਅਸੀਂ ਜ਼ਿਆਦਾ ਟਾਈਮ ਨਹੀਂ ਲੈਣਾ, ਅਤੇ ਮੁਬਾਰਕਾਂ ਬਹੁਤ ਬਹੁਤ। ਅਤੇ ਹੁਣ ਇਹ ਗੱਡੀ ਇੱਥੇ ਰੁਕਣੀ ਨਹੀਂ ਚਾਹੀਦੀ, ਇਹ ਚੜ੍ਹਾਈਆਂ ਉੱਪਰ ਨੂੰ ਚੜ੍ਹਦੀਆਂ। ਕਿਵੇਂ ਲੱਗੀ ਐਕਟਿੰਗ ਬਾਈ, ਤੂੰ ਦੱਸ? ਸੱਚੀ ਬਹੁਤ ਵਧੀਆ ਲੱਗੀ, ਅਸੀਂ ਜਦੋਂ ਚੱਲ ਰਹੀ ਸੀ ਨਾ ਫਿਲਮ, ਉਦੋਂ ਹੀ ਡਿਸਕਸ ਕਰ ਰਹੇ ਸੀ ਵੀ ਇੱਕ ਹੁੰਦੀ ਨਾ ਵੀ ਸਕਰੀਨ 'ਤੇ ਲੁੱਕ ਬੰਦੇ ਦੀ, ਪਹਿਲਾ ਸਵਾਲ ਹੁੰਦਾ ਵੀ ਸਕਰੀਨ 'ਤੇ ਬੰਦਾ ਜੱਚ ਰਿਹਾ, ਮਤਲਬ ਬਿੱਲੇ ਭਾਈ ਦੇ ਪੈਰਲਲ ਸੀ, ਅਸੀਂ ਇਹ ਨਹੀਂ ਕਹਿ, ਇਹ ਗੱਲ ਕੋਈ ਨਹੀਂ ਕਹੂਗਾ ਫਿਲਮ ਦੇਖ ਕੇ ਕਿ ਵੀ ਇਹ ਸੈਕਿੰਡ ਲੀਡ ਆ ਜਾਂ ਲੀਡ ਆ, ਪੈਰਲਲ ਕਰੈਕਟਰਸ ਆ, ਉਹ ਡਾਇਰੈਕਟਰ ਦੇ ਹਿੱਸੇ ਵੀ ਜਾਂਦੀ ਜੀ। ਹਾਂਜੀ ਹਾਂਜੀ, ਤਾਂ ਡਾਇਰੈਕਟਰ ਸਾਹਿਬ ਦੀ ਤਾਰੀਫ ਆ ਵੀ ਦੋਨਾਂ ਨੂੰ, ਆਏ ਨਹੀਂ ਵੀ ਇੱਕ ਬੰਦੇ ਨੂੰ ਜ਼ਿਆਦਾ ਚੱਕਦਾ ਜਾਂ ਕਿਸੇ ਨੂੰ ਚੱਕਦਾ, ਦੋਨੇ ਇਕੁਅਲ ਸੀਗੇ, ਅਤੇ ਉਹ ਮਤਲਬ ਵੀ, ਅਤੇ ਸਾਡੀ ਦੋਨਾਂ ਦੀ ਮਤਲਬ ਕੈਮਿਸਟਰੀ ਵੀ ਬਹੁਤ ਵਧੀਆ ਲੱਗੀ ਮੈਨੂੰ ਆਪ ਇੰਨੀ ਵਾਰ ਜਿਵੇਂ ਸਾਰਾ ਕੁਝ ਦੇਖ ਕੇ, ਅਤੇ ਮੈਂ ਤਾਂ ਕਹਿੰਦਾ ਵਾਹਿਗੁਰੂ ਦੀ ਮਿਹਰ ਆ ਜੀ ਦੀ, ਇੰਨੀ ਵਧੀਆ ਫਿਲਮ ਬਣ ਗਈ ਜੀ। ਠੀਕ ਆ ਬਾਈ, ਥੈਂਕ ਯੂ ਸੋ ਮੱਚ, ਮੁਬਾਰਕ ਇੱਕ ਵਾਰੀ। ਤੁਹਾਨੂੰ ਦੇਖ ਕੇ ਆਏ ਆਪਾਂ ਸਾਰੇ, ਜੀ ਪਰਸੋਂ ਹੋਣੀ ਆ, ਫੀਲਿੰਗ ਕਿਵੇਂ ਦੀ ਹੈ ਜੀ? ਚਾਰ ਕਾਸ਼ ਨੇ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਫਿਲਮ ਬਾਰੇ? ਦੇਖੋ ਜੀ, ਸਾਨੂੰ ਲੱਗਦਾ ਅਸੀਂ ਫਿਲਮ ਬਣਾਉਣ ਵੇਲੇ ਉਦੋਂ ਆਪਣਾ ਆਪਣਾ ਸੀਨ ਦੇਖਿਆ ਜਾਂਦਾ ਖਾਸ ਕਰਕੇ, ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖੀ ਤਾਂ ਮੈਨੂੰ ਖਾਸ ਕਰਕੇ, ਅਤੇ ਮੇਰੇ ਨਾਲ ਜੋ ਮੇਰੇ ਦੋਸਤ ਮਿੱਤਰ ਆਏ, ਅਤੇ ਬਹੁਤ ਵਧੀਆ ਫਿਲਮ ਬਣਾਈ ਡਾਕਟਰ ਸਾਹਿਬ ਦੀ, ਅਤੇ ਸਾਡੀ ਸਾਰਿਆਂ ਦੀ ਮਿਹਨਤ ਆਈ ਥਿੰਕ ਸਫਲ ਵੀ ਲੱਗਦੀ ਹੈ। ਰੀਜ਼ਨ ਕੀ ਹੈ ਕਿ ਇਹ ਫਿਲਮ ਜੋ ਅਸੀਂ ਬਣਾਈ ਹੈ ਕਿਸੇ ਮੁੱਦਿਆਂ 'ਤੇ ਫਿਲਮ ਬਣਾਈ ਹੈ, ਇੰਟਰਟੇਨਮੈਂਟ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਮੈਸੇਜ ਵੀ ਨੇ, ਫਿਰ ਤੋਂ ਜੋ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੇ ਮੈਸੇਜ ਨੇਗੇ, ਅਤੇ ਆਈ ਥਿੰਕ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਇਸ ਲਈ ਕਾਮਯਾਬ ਹੈ ਕਿ ਸਾਡਾ ਨਿਸ਼ਾਨਾ 25 ਨਵੰਬਰ ਨੂੰ ਜ਼ਰੂਰ ਲੱਗੂਗਾ ਹੀ ਲੱਗੂਗਾ ਜੀ। ਬਹੁਤ ਜ਼ਿਆਦਾ ਖੁਸ਼ੀ, ਇਮੋਸ਼ਨਲ ਵੀ, ਕਿਉਂਕਿ ਫਿਲਮ ਦੇਖ ਲਈ ਅਤੇ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੁਣ, ਮਤਲਬ ਇੱਕ ਹਾਈ ਨਹੀਂ ਹੁੰਦਾ ਬੰਦੇ ਨੂੰ, ਉਹ ਹੋ ਰਿਹਾ, ਨੈਚੁਰਲ ਹਾਈ ਹੋ ਰਿਹਾ ਮੈਨੂੰ। ਜੰਗ ਬਹਾਦਰ ਸਾਹਿਬ, ਹਾਂਜੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਅਸੀਂ ਜਿੰਨੀ ਮਿਹਨਤ ਕਰਨੀ ਸੀ ਜਾਂ ਫਿਲਮ ਜੈਸੀ ਡਾਇਰੈਕਟਰ ਸਾਹਿਬ ਨੇ ਬਣਾਉਣੀ ਸੀ ਜਾਂ ਪ੍ਰੋਡਿਊਸਰ ਸਾਹਿਬ ਨੇ ਜਿੰਨਾ ਖਰਚਾ ਕਰਕੇ ਸਿਨੇਮਾ ਬਣਾਇਆ, ਇਹ ਹੁਣ ਤੁਸੀਂ ਦੇਖ ਲਿਆ, ਹੁਣ ਤੁਸੀਂ ਇਹਦੇ ਬਾਰੇ ਦੱਸੋ, ਜਾਂ ਪ੍ਰੈਸ 'ਚ ਲਿਖੋ, ਜਾਂ ਸਵੇਰੇ ਅਖਬਾਰਾਂ 'ਚ ਕਹੋ, ਜਾਂ ਟੀਵੀ 'ਤੇ ਦਿਖਾਓ, ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ? ਬਿਲਕੁਲ, ਅਸੀਂ ਨੇ ਮਿਹਨਤ ਕੀਤੀ ਹੈ, ਤੁਸੀਂ ਅੱਜ ਸਾਰਾ ਪ੍ਰੈਸ ਮੀਡੀਆ ਹੈ, ਤੁਸੀਂ ਨੇ ਦੱਸਣਾ ਜੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਚੰਗਾ ਦੱਸਿਓ, ਜੇ ਮਾੜੀ ਲੱਗੀ ਤਾਂ ਮਾੜੀ ਦੱਸਿਓ, ਪਰ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਚੰਗੀ ਹੀ ਲੱਗੀ ਹੋਣੀ ਹੈ। ਅਤੇ ਜਿਹੜਾ ਫਿਲਮ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ, ਚਾਹੇ ਬੈਕਗਰਾਊਂਡ ਹੋਣ, ਡਾਇਰੈਕਸ਼ਨ ਟੀਮ ਹੋਵੇ, ਟੈਕਨੀਕਲ ਹੋਵੇ, ਉਹਨਾਂ ਨੇ ਤਾਂ ਬਹੁਤ ਜ਼ੋਰ ਲਾ ਕੇ ਕੰਮ ਕੀਤਾ ਹੁੰਦਾ, ਉਹ ਕੀਤਾ ਹੁੰਦਾ ਆਡੀਅੰਸ ਵਾਸਤੇ, ਤੁਹਾਡੇ ਵਾਸਤੇ, ਬਸ ਤੁਸੀਂ ਦੱਸਿਓ ਕੱਲ੍ਹ ਨੂੰ ਵੀ ਇਹ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ। ਬਾਕੀ ਬਹੁਤ ਖੁਸ਼ੀ ਹੈ, ਤਾਂ ਰੋਜ਼ ਦਾ ਜਿਹੜਾ ਬ੍ਰੇਕ ਹੋਇਆ ਬਹੁਤ ਅੱਛਾ, ਇਹਦਾ ਡੈਬਿਊ ਬਹੁਤ ਅੱਛਾ। ਸਮਝ ਨਹੀਂ ਆ ਰਿਹਾ, ਮੈਂ ਤਾਂ ਮੈਂ ਨਮ ਹਾਂ ਬਹੁਤ ਜ਼ਿਆਦਾ, ਮੈਨੂੰ ਮੈਨੂੰ ਸਮਝ ਨਹੀਂ ਆ ਰਿਹਾ ਸੀ ਇਸ ਟਾਈਮ ਲਾਈਕ ਓਵਰ ਲਾਈਕ, ਬਟ ਸਟਿਲ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ, ਤੁਹਾਨੂੰ ਕਿਵੇਂ ਦੀ ਲੱਗੀ, ਔਰ ਤੁਸੀਂ ਇਹ ਮੈਸੇਜ ਦੇਣਾ ਲੋਕਾਂ ਨੂੰ 25 ਤਰੀਕ ਨੂੰ ਤਾਂ ਕਿ ਲੋਕ ਸਿਨੇਮਾ 'ਚ ਆਉਣ, ਸਾਡੀ ਫਿਲਮ ਦੇਖਣ, ਬਸ ਇਹੀ ਆ, ਸਾਡੇ ਸਾਰਿਆਂ ਨੂੰ ਮਿਹਨਤ ਸਫਲ ਹੋਣੀ। ਰਵਨੀਤ ਭਾਈ, ਸਾਨੂੰ ਤੁਹਾਡੇ ਰਿਵਿਊ ਚਾਹੀਦੇ ਨੇ ਜੀ। ਹਾਂਜੀ ਹਾਂਜੀ, ਦੱਸੋ। ਮੈਂ ਫਿਲਮ ਦਾ ਹਿੱਸਾ ਨਹੀਂ ਹਾਂ, ਪਰ ਮੈਂ ਇਹਨਾਂ ਦਾ ਪਰਿਵਾਰਕ ਹਿੱਸਾ, ਸਾਰਿਆਂ ਦਾ, ਸਾਰਦੀਪ, ਰਵਿੰਦਰ ਔਰ ਸਨਰੋਜ਼ ਭਾਈ ਨਾਲ ਮੁਲਾਕਾਤ ਹੋਈ, ਸਰ ਨੂੰ ਤਾਂ ਅਸੀਂ ਵੇਖ ਵੇਖ ਵੱਡੇ ਹੋਏ ਹਾਂ, ਭਾਵਨਾ ਹੋ ਗਏ, ਸੋ ਗੁੱਗੂ ਗਿੱਲ ਸਾਹਿਬ ਜਿਹੜੇ ਥੰਮ ਨੇ, ਸੋ ਬਹੁਤ ਵਧੀਆ, ਇੱਕ ਮੀਨਿੰਗਫੁੱਲ ਸਿਨੇਮਾ। ਤੁਹਾਡੀ ਵੋਟ ਦੀ ਕੀ ਵੈਲਿਊ ਹੈ ਉਹ ਵੀ ਤੁਹਾਨੂੰ ਪਤਾ ਲੱਗੂਗੀ, ਡਾਊਰੀ ਸਿਸਟਮ ਦੀ ਗੱਲ ਹੋਈ ਹੈ, ਨਸ਼ੇ ਦੇ ਖਿਲਾਫ ਗੱਲ ਹੋਈ ਹੈ, ਸੋ ਇੱਕ ਪਰਿਵਾਰ ਬਹਿ ਕੇ ਫਿਲਮ ਦੇਖੂਗਾ ਔਰ ਨੌਜਵਾਨ ਪੀੜ੍ਹੀ ਜ਼ਰੂਰ ਇੱਥੋਂ ਕੁਛ ਨਾ ਕੁਛ ਸਿੱਖੂਗੀ, ਸੋ ਜ਼ਰੂਰ ਹੱਥ ਬੰਨ ਕੇ ਬੇਨਤੀ ਹੈ, ਪਰਿਵਾਰ ਜ਼ਰੂਰ ਆਉਣ, ਕਿੱਦਾਂ ਦੀ ਫਿਲਮ ਲੱਗੀ ਬਾਕੀ ਤੁਸੀਂ ਦੱਸ ਦੇਣਾ ਜੀ। ਡਾਇਰੈਕਟਰ ਸਾਹਿਬ, ਹਾਂਜੀ ਹਾਂਜੀ ਹਾਂਜੀ, ਸੁੱਖੀ ਸਾਹਿਬ, ਕੈਪਟਨ ਆਫ ਦਾ ਸ਼ਿਪ, ਕਿਵੇਂ ਦੀ ਫੀਲਿੰਗ ਹੈ ਸਰ? ਤੁਹਾਡੇ ਵੱਲੋਂ ਜਦੋਂ ਵੀ ਸਿਨੇਮਾ ਬਣਾਇਆ ਜਾਂਦਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਸੋ ਹੁਣ ਸਾਰੀ ਟੀਮ ਨੇ ਦੇਖੀ, ਤੁਹਾਡੇ ਦੋਸਤਾਂ ਮਿੱਤਰਾਂ ਨੇ, ਕਿਹੜੇ ਕਿਹੜੇ ਕੰਪਲੀਮੈਂਟ ਤੁਹਾਨੂੰ ਮਿਲੇ ਨੇ ਹੁਣ? ਦੇਖੋ, ਕੰਪਲੀਮੈਂਟ ਤਾਂ ਹੁਣ 25 ਤਰੀਕ ਤੋਂ ਲੋਕ ਦੇਣਗੇ, ਮੈਂ ਤਾਂ ਤੁਹਾਡੇ ਮੀਡੀਆ ਦੇ ਥਰੂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਜੇ ਤੁਹਾਨੂੰ ਫਿਲਮ ਵਧੀਆ ਲੱਗੀ ਆ ਤਾਂ ਇਹ ਇਮਾਨਦਾਰੀ ਦੇ ਨਾਲ ਮੈਸੇਜ ਸਾਰੇ ਲੋਕਾਂ ਨੂੰ ਪਹੁੰਚਾਓ ਕਿ ਆਪਾਂ ਵਾਕਈ ਚਾਹੁੰਦੇ ਹਾਂ ਵੀ ਪੰਜਾਬੀ ਸਿਨੇਮਾ ਨੈਕਸਟ ਲੈਵਲ 'ਤੇ ਜਾਵੇ, ਪੰਜਾਬੀ ਸਿਨੇਮਾ ਟੈਕਨੀਕਲੀ, ਸਕ੍ਰਿਪਟ ਵਾਈਜ਼ ਗਰੋ ਕਰੇ, ਤਾਂ ਤੁਸੀਂ ਸਾਰੇ ਜਾਣੇ ਮਤਲਬ ਲੋਕਾਂ ਨੂੰ
ਵਿਸ਼ਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਪੰਜਾਬ 'ਚ ਹੋਰ ਕਿਹੜੇ ਕਿਹੜੇ ਐਸੇ ਮੁੱਦੇ ਹੈ ਜਿੱਥੇ ਲੱਗਦਾ ਹੈ ਕਿ ਇੱਥੇ ਫਿਲਮਾਂ ਬਣਨੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ ਬਹੁਤ ਮੁੱਦੇ ਨੇ ਇਕੱਲਾ ਮੁੱਦਾ ਹਾਂ ਪਰ ਇਸ ਫਿਲਮ ਦੇ ਵਿੱਚ ਆਪਾਂ ਦੇਖਿਆ ਗਿਆ ਕਿ ਦੋ ਅਸੀਂ ਜਿਹੜੇ ਹੈਗੇ ਹਾਂ ਉਹ ਬੇਰੁਜ਼ਗਾਰਾਂਗੇ ਅਤੇ ਇਹਦੇ ਵਿੱਚ ਡੋਰੀ ਦੀ ਵੀ ਗੱਲ ਕੀਤੀ ਗਈ ਹੈ ਨਸ਼ਿਆਂ ਦੀ ਵੀ ਗੱਲ ਕੀਤੀ ਗਈ ਹੈ ਕਈ ਹਾਂ ਕਈ ਤਰ੍ਹਾਂ ਦੇ ਮੁੱਦੇ ਹੈਗੇ ਨੇ ਜੋ ਤੁਸੀਂ ਨੇ ਤਾਂ ਫਿਲਮ ਦੇਖੀ ਹੈ ਤੁਹਾਨੂੰ ਤਾਂ ਪਤਾ ਹੈ ਇਹ ਮੈਸੇਜ ਤੁਸੀਂ ਨੇ ਦੱਸਣਾ ਆਡੀਅੰਸ ਨੂੰ ਕਿ 25 ਨਵੰਬਰ ਨੂੰ ਕਿਉਂ ਫਿਲਮ ਦੇਖਣੀ ਹੈ ਕਿਉਂ ਫਿਲਮ ਦੇਖਣੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਉਹ ਮੁੱਦਿਆਂ ਦੇ ਉੱਤੇ ਫਿਲਮ ਬਣਾਈ ਗਈ ਹੈ ਜੋ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਗੱਲਾਂ ਕਰਦੇ ਹਾਂ ਕਿ ਆਹ ਮੁੱਦਿਆਂ ਨਾਲ ਅਸੀਂ ਦੂਰ ਰਹੇ ਹਾਂ ਅਤੇ ਇੰਟਰਟੇਨਮੈਂਟ ਵੀ ਹੈ ਤੁਸੀਂ ਨੇ ਐਕਸ਼ਨ ਦੇਖਿਆ ਫਸਟ ਟਾਈਮ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਤਾਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਨਹੀਂ ਹੈ ਪਰ ਡਾਇਰੈਕਟਰ ਸਾਹਿਬ ਨੇ ਅਤੇ ਸਾਡੇ ਪ੍ਰੋਡਿਊਸਰ ਸਾਹਿਬ ਨੇ ਬੜੀ ਮਿਹਨਤ ਨਾਲ ਸਾਊਥ ਦੇ ਆਰਟਿਸਟ ਜੋ ਐਕਸ਼ਨ ਦੇ ਕਮਾਲ ਦੇ ਬਾ ਕਮਾਲ ਦਾ ਸਾਨੂੰ ਮੈਨੂੰ ਵੀ ਇਹ ਲੱਗਦਾ ਹੁੰਦਾ ਜਦੋਂ ਮੈਂ ਸਾਊਥ ਦੀਆਂ ਫਿਲਮਾਂ ਦੇਖਦਾ ਸੀਗਾ ਵੀ ਕਿਸੇ ਨੂੰ ਮੁੱਕੀ ਮਾਰ ਕੇ ਬੰਦਾ ਕਿਵੇਂ ਡਰ ਰਿਹਾ ਪਰ ਉਹ ਅਸੀਂ ਮੈਂ ਖੁਦ ਆਪਣੇ ਆਪ ਅਜਮਾ ਕੇ ਮੈਨੂੰ ਬਹੁਤ ਚੰਗਾ ਲੱਗਿਆ ਸਾਨੂੰ ਸਾਰਿਆਂ ਨੂੰ ਥੈਂਕ ਯੂ ਸੋ ਮਚ ਨਿਸ਼ਾਨਾ 25 ਨਵੰਬਰ ਨੂੰ ਸਾਰੇ ਜਾਣੇ